ਬਾਅਦ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਚੀਫ ਮਿਨਿਸਟਰੀ ਕਰਕੇ ਨਹੀਂ ਛੱਡੀ। ਨੋਟਿਸ ਦੇ ਰਹੇ ਮੈਨੂੰ 50 ਸਾਲਾਂ ਦੇ ਬਾਅਦ ਸਾਹਿਬ, ਕਿਆ ਚੋਰ ਹੈ ਜੋ ਹਮਕੋ ਦਰਬਾਰ ਤੁਹਾਰਾ ਰੋਕੇ, ਕਹਿ ਦੋ ਕਿ ਹਮ ਤੋ ਜਾਣੇ ਪਹਿਚਾਣੇ ਆਦਮੀ ਹੈ। ਪਰ ਦੇਖੋ ਗੱਲ ਇਹ ਕਿ ਇੱਕ ਮੈਸੇਜ ਤਾਂ ਗਿਆ, ਮੈਂ ਦਿੱਤਾ ਮੈਸੇਜ, ਕਹਿੰਦੇ ਮੈਸੇਜ ਗਿਆ ਕਿ ਜਾਖੜ ਉਸਦੇ ਉੱਪਰ ਗੱਲ ਕਰ ਰਹੇ ਸੀ, ਉਹਦਾ ਨੁਕਸਾਨ ਹੋ ਗਿਆ ਪਾਰਟੀ, ਤੂੰ ਕਰੂਗਾ ਗੱਲ ਜਾਖੜ ਨਾਲ ਗੱਲ ਕਰੂਗਾ ਤਾਂ ਕੌਣ ਕਰੂਗਾ? ਜਿਹੜੇ ਲੋਕ ਕਹਿ ਰਹੇ ਸੀ ਵੀ ਸੁਨੀਲ ਨੂੰ ਹੱਥਕੜੀਆਂ ਪਾ ਕੇ, ਤੁਹਾਡੇ ਕੋਲ ਵੀਡੀਓ ਨਹੀਂ ਕੱਢਣੀ ਵੀ ਹੱਥਕੜੀਆਂ ਪਾ ਕੇ ਖੜੀਸ ਕੇ ਕੱਢਾਂਗੇ ਇਹਨੂੰ, ਲੈ ਕੇ ਜਾਵਾਂਗੇ ਸੁਨੀਲ, ਕੋਈ ਐਵੇਂ ਕੋਈ ਖਡਾਉਣਾ ਥੋੜਾ ਜਿਹਾ ਨੂੰ ਸਭ ਐ ਚੱਕ ਕੇ ਲੈ ਜਾਣਗੇ। ਸੁਨੀਲ ਨੇ ਦਾਣੇ ਤੁਲਵਾਏ ਯਾਰ ਕਿਸੇ ਤੋਂ, ਸਦੀਆਂ ਰਹਾ ਹੈ ਦੁਸ਼ਮਣ ਬੈਰੀ ਜਮਾ ਹਮਾਰਾ, ਕਿ ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ। ਕਹਿੰਦੇ ਨੇ ਸਿਆਸਤ ਸੱਪ ਸੀੜੀ ਦੇ ਖੇਡ ਵਰਗੀ ਹੁੰਦੀ ਹੈ ਕਿ ਕਈ ਵਾਰ ਤੁਹਾਡੀ ਕਿਸਮਤ ਇੰਨੀ ਜ਼ਿਆਦਾ ਚਮਕਦੀ ਹੈ ਕਿ ਕੁਝ ਹੀ ਪਲਾਂ ਦੇ ਵਿੱਚ ਤੁਸੀਂ 100 ਵਾਲੇ ਨੰਬਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋ ਅਤੇ ਨੇੜੇ ਪਹੁੰਚ ਵੀ ਜਾਂਦੇ ਹੋ। ਪਰ ਸਿਆਸਤ ਦੇ ਵਿੱਚ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕੌਣ 99 ਨੰਬਰ ਦੇ ਉੱਤੇ ਜਾ ਕੇ ਸੱਪ ਬਣ ਕੇ ਬੈਠਾ ਹੈ ਅਤੇ ਉਹ ਡੰਗ ਮਾਰੇਗਾ ਅਤੇ ਤੁਹਾਨੂੰ ਵਾਪਸ 0 ਦੇ ਉੱਤੇ ਭੇਜ ਦੇਵੇਗਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਅਤੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਲੈ ਕੇ ਨਿਊਜ਼ ਰੂਮ ਕਟਹਿਰਾ, ਸਾਡਾ ਖਾਸ ਪ੍ਰੋਗਰਾਮ। ਮੈਂ ਸ਼ੁਰੂਆਤ ਦੇ ਵਿੱਚ ਇਸ ਕਰਕੇ ਜ਼ਿਕਰ ਕੀਤਾ ਕਿ ਕਈ ਵਾਰ ਸਿਆਸਤਦਾਨ ਬਹੁਤ ਅੱਗੇ ਪਹੁੰਚਦੇ ਨੇ ਪਰ ਕੋਈ ਇੱਕ ਸਟੇਟਮੈਂਟ ਜਾਂ ਕਿਸੇ ਦੇ ਬਿਆਨ ਦੀ ਵਜ੍ਹਾ ਦੇ ਨਾਲ ਉਹ ਉਸ ਮੁਕਾਮ ਤੱਕ ਜਾਂ ਉਸ ਆਪਣੇ ਟੀਚੇ ਤੱਕ ਨਹੀਂ ਪਹੁੰਚ ਪਾਉਂਦੇ ਜਿੱਥੇ ਉਹ ਜਾਣਾ ਚਾਹੁੰਦੇ ਨੇ, ਜਾਂ ਫਿਰ ਉਹਨਾਂ ਨੂੰ ਦੁਬਾਰਾ ਹੇਠਾਂ ਤੋਂ 0 ਤੋਂ ਸਟਾਰਟ ਕਰਨਾ ਪੈਂਦਾ ਹੈ। ਅੱਜ ਗੱਲਬਾਤ ਕਰਾਂਗੇ, ਸਾਡੇ ਨਾਲ ਬਹੁਤ ਖਾਸ ਮਹਿਮਾਨ ਜੁੜ ਰਹੇ ਨੇ, ਪੰਜਾਬ ਬੀਜੇਪੀ ਦੇ ਪ੍ਰਧਾਨ, ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਨਾਮ ਸੁਨੀਲ ਜਾਖੜ ਸਾਡੇ ਨਾਲ ਆ ਰਹੇ ਨੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਨਿਊਜ਼ ਰੂਮ ਕਟਹਿਰਾ ਦੇ ਵਿੱਚ। ਸੁਨੀਲ ਜਾਖੜ ਜੀ, ਤਾੜੀਆਂ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਸਰ ਨਿਊਜ਼ 18 ਪੰਜਾਬ ਦੇ ਇਸ ਖਾਸ ਸ਼ੋਅ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਇਸ ਪੂਰੇ ਚੋਣ ਅਖਾੜੇ ਦੇ ਵਿੱਚ ਕਹੇ ਹੋਏ ਮਾਹੌਲ ਦੇ ਵਿੱਚ ਵਾਲੇ, ਬਹੁਤ ਸ਼ੁਕਰੀਆ ਸਰ। ਦੇਖੋ ਸਿਆਸਤ ਦੀ ਕਚਹਿਰੀ ਇਸ ਸਮੇਂ ਲੋਕਾਂ ਦੀ ਕਚਹਿਰੀ ਸਜੀ ਹੋਈ ਹੈ ਅਤੇ ਨਿਊਜ਼ 18 ਨੇ ਨਿਊਜ਼ ਰੂਮ ਕਟਹਿਰਾ ਸਜਾ ਦਿੱਤਾ ਹੈ ਤਾਂ ਕਿ ਸਵਾਲ ਜਵਾਬ ਹੋ ਸਕਣ। ਜੱਜ ਜਨਤਾ ਹੈ ਔਰ ਜੱਜ ਹੀ ਫੈਸਲਾ ਸੁਣਾਏਗੀ 4 ਜੂਨ ਨੂੰ, ਜਿਹੜਾ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ। ਅਸੀਂ ਸ਼ੁਰੂਆਤ ਕਰਦੇ ਹਾਂ, ਮੈਂ ਸ਼ੁਰੂਆਤ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਦੇ ਨਾਲ, ਜਾਖੜ ਸਾਹਿਬ ਨੂੰ ਕਿਸੇ ਵੈਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ, ਪਰ ਜੇਕਰ ਮੈਂ ਜਾਖੜ ਸਾਹਿਬ ਦਾ ਜ਼ਿਕਰ ਕਰਾਂ ਪੋਲੀਟੀਕਲ ਐਜੂਕੇਸ਼ਨ ਦੀ, ਤਾਂ ਜਾਖੜ ਸਾਹਿਬ ਜਾਖੜ ਫੈਮਿਲੀ 'ਚੋਂ ਆਉਂਦੇ ਨੇ ਜੋ ਆਪਣੇ ਆਪ ਦੇ ਵਿੱਚ ਸਿਆਸਤ ਦੀ ਇੱਕ ਯੂਨੀਵਰਸਿਟੀ ਹੈ। ਇਹਨਾਂ ਦੀ ਇੱਛਾ ਡਿਜ਼ਾਇਰ ਜਾਂ ਤਾਂ ਇਹ ਖੁੱਲ੍ਹ ਕੇ ਦੱਸਦੇ ਨਹੀਂ ਜਾਂ ਫਿਰ ਇਹਨਾਂ ਨੂੰ ਪਤਾ ਨਹੀਂ। ਰੰਜ ਕਿ ਇਹ ਮੁੱਖ ਮੰਤਰੀ ਨਹੀਂ ਬਣ ਸਕੇ, ਬਿਲਕੁਲ ਪੁਆਇੰਟ ਦੇ ਉੱਤੇ ਪਹੁੰਚ ਗਏ ਸੀ। ਐਕਸਪਰਟੀਜ਼ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਾਖੜ ਸਾਹਿਬ ਸਿਆਸਤ ਦੇ ਐਕਸਪਰਟ ਤਾਂ ਹੈਗੇ ਨੇ ਪਰ ਖਾਸ ਤੌਰ 'ਤੇ ਪ੍ਰਧਾਨਗੀ ਬਹੁਤ ਐਕਸਪਰਟੀਜ਼ ਦੇ ਤੌਰ ਦੇ ਉੱਤੇ ਇਹਨਾਂ ਦੀ ਕਹੀ ਜਾਂਦੀ ਹੈ। ਅੱਛਾ, ਇਤਰਾਜ਼ ਇਹਨਾਂ ਨੂੰ ਹਿੰਦੂ ਲੀਡਰ ਕਹੇ ਜਾਣ ਦੇ ਉੱਤੇ ਇਤਰਾਜ਼ ਹੈ। ਅਤੇ ਇਲਜ਼ਾਮ ਇਹਨਾਂ ਦੇ ਉੱਤੇ ਇਹ ਨੇ ਕਿ ਇਹਨਾਂ ਨੇ 2022 ਦੇ ਵਿੱਚ ਕਾਂਗਰਸ ਦੇ ਲਈ ਜੋ ਸਟੇਟਮੈਂਟ ਦਿੱਤੀ ਗਈ ਕਾਂਗਰਸ ਦੇ ਵਿੱਚ ਰਹਿੰਦੇ ਹੋਏ, ਉਸਨੇ ਕਾਂਗਰਸ ਨੂੰ ਬਹੁਤ ਨੁਕਸਾਨ ਕੀਤਾ, ਕਾਂਗਰਸ ਨੂੰ ਛੱਡ ਚੁੱਕੇ ਨੇ ਬੀਜੇਪੀ ਦੇ ਵਿੱਚ ਨੇ। ਇਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਬਸ ਹੁਣ ਇਹਨਾਂ ਦੇ ਟਾਰਗੇਟ ਦੇ ਉੱਤੇ ਪੰਜਾਬ ਕਾਂਗਰਸ ਹੈ। ਅਤੇ ਗੱਲ ਇਹ ਵੀ ਹੈ ਕਿ ਇਹਨਾਂ 'ਤੇ ਇਲਜ਼ਾਮ ਲੱਗਦੇ ਨੇ ਕਿ ਐਥਿਕਸ ਦੀ ਗੱਲ ਬਹੁਤ ਕਰਦੇ ਨੇ ਪਰ ਐਥਿਕਸ ਨੂੰ ਫੋਲੋ ਨਹੀਂ ਕਰਦੇ, ਬਹੁਤ ਸਾਰੇ ਇਲਜ਼ਾਮਾਂ ਦੇ ਨਾਲ। ਸਰ ਬਹੁਤ ਬਹੁਤ ਸਵਾਗਤ ਹੈ, ਇਹਨਾਂ ਸਾਰੇ ਇਲਜ਼ਾਮਾਂ ਦੇ ਉੱਤੇ ਜਵਾਬ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਮੇਰੇ ਸੀਨੀਅਰ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਹੋਣਗੇ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜਾਖੜ ਸਾਹਿਬ। ਮੈਂ ਸ਼ੁਰੂਆਤ ਕਰਦਾ ਜਾਖੜ ਸਾਹਿਬ, ਪਹਿਲਾਂ ਸਵਾਲ ਇਹੀ ਕਿ ਸਵਾਲ ਬਾਅਦ 'ਚ ਕਰਿਓ ਤੁਸੀਂ ਗੌਰਵ ਜੀ। ਜੀ, ਪਹਿਲਾਂ ਤਾਂ ਮੈਨੂੰ ਆਹ ਦੱਸੋ ਮੈਂ ਤੁਹਾਡਾ ਮਾੜਾ ਕੀ ਕੀਤਾ ਵੀ ਮੈਨੂੰ ਤੁਸੀਂ ਲਿਆ ਕੇ ਕਟਕਰੇ 'ਚ ਬਿਠਾ ਤਾ? ਅਤੇ ਦੇਖੋ ਤੁਸੀਂ ਕਹਿ ਰਹੇ ਹੋ ਰੈੱਡ ਕਾਰਪੇਟ 'ਤੇ ਲੈ ਕੇ ਆਉਂਦੇ ਆ, ਜਿਹੜੇ ਬੰਦੇ ਨੂੰ ਕਟਕਰੇ 'ਚ ਬਿਠਾਉਂਦੇ ਆ ਨਾ ਕੋਰਟ ਦੇ ਅੰਦਰ, ਉਹ ਰੈੱਡ ਕਾਰਪੇਟ 'ਤੇ ਨਹੀਂ ਆਉਂਦਾ ਸਾਹਿਬ।
ਤੁਸੀਂ ਪ੍ਰੋਬਲਮ ਕੀ ਹੋਈ ਖੜੀ ਅੱਜ ਦੀ ਰਾਜਨੀਤੀ 'ਚ? ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਸਵਾਲ ਕਰੋ, ਅੱਜ ਮੌਕਾ ਮਿਲਿਆ ਤੁਹਾਡੇ ਰਾਹੀਂ ਮੈਂ ਵੀ ਆਪਣੀ ਗੱਲ ਕਹਿ ਲਾਂ। ਤੁਸੀਂ ਸਾਰਿਆਂ ਨੂੰ ਬਰਾਬਰ ਤੋਲ ਦਿੰਦੇ ਹੋ, ਲੋਕ ਵੀ, ਮੈਂ ਤੁਹਾਡੇ ਤੋਂ ਸੌਰੀ, ਮੈਂ ਜਦੋਂ ਤੁਹਾਨੂੰ ਕਹਿੰਦਾ ਮੈਂ ਲੋਕਾਂ ਨਾਲ ਮੁਖਾਤਬ ਹਾਂ ਵੀ ਸਾਰਿਆਂ ਨੂੰ ਬਰਾਬਰ ਤੋਲ ਦਿੰਦੇ ਹਾਂ, ਇੱਕੋ ਤਗੜੀ 'ਚ ਸਾਰੇ ਬਰਾਬਰ ਤੋਲ ਅਤੇ ਉਹਦੇ 'ਚ ਜਿਨ੍ਹਾਂ 'ਤੇ ਕੋਈ ਇਲਜ਼ਾਮ ਵੀ ਹੈ ਸਾਰਿਆਂ ਨੂੰ ਹੈ। ਮੈਂ ਤੁਸੀਂ ਆ ਮੇਰਾ ਇੰਟਰੋ ਕਰਵਾ ਰਹੇ ਸੀਗੇ ਸਭ, ਮੈਂ ਹਰੇਕ ਬੰਦੇ ਦੇ ਰਾਂਝੇ ਹੁੰਦੇ ਸਭ, ਮੈਂ ਵੀ ਹਰੇ ਮੇਰੇ ਆਪਦੇ ਆਪਣੇ ਹੋਣੇ ਹੈ, ਪਰ ਮੇਰੀ ਸਾਰੀ ਉਮਰ ਆਹ ਖੁਆਇਸ਼ ਰਹੀ ਵੀ ਮੇਰੇ ਆਖ ਚਿੱਟਾ ਹੈ ਨਾ, ਆ ਚਿੱਟਾ ਹੀ ਰਵੇ ਸਭ। ਕਿੰਨੇ ਇਸ ਗੱਲ ਦੀ ਇਹਨੂੰ ਲਿਆ ਕੇ ਤੁਸੀਂ ਕਟਕਰੇ 'ਚ ਬਿਠਾ ਤਾ, ਮੈਨੂੰ ਆਹ ਰਾਂਝਾ ਸਭ ਤੋਂ ਪਹਿਲਾਂ ਤਾਂ ਤੁਸੀਂ। ਮੈਂ ਫਿਰ ਜੇ ਫਿਰ ਮੈਂ ਕਮਾਈ ਕੀ ਕੀਤੀ ਹੈ ਇੰਨੇ ਸਾਲਾਂ ਦੀ ਰਾਜਨੀਤੀ 'ਚ, ਜੇ ਕਟਕਰੇ 'ਚ ਆ ਕੇ ਖੜਾ ਕਰਤਾ ਸਾਰਿਆਂ ਨੂੰ ਬਰਾਬਰ ਤੋਲਣਾ ਲੋਕਾਂ ਨੂੰ। ਦੇਖੋ ਸਾਹਿਬ, ਲੋਕ ਰਾਜਨੀਤਿਕ ਨੂੰ ਵੈਸੇ ਤਾਂ ਜਿਹਨੇ ਖੱਦਰ ਪਾ, ਚਲੋ ਮੈਂ ਤਾਂ ਖੱਦਰ ਪਾਉਂਦਾ, ਲੋਕ ਤਾਂ ਅੱਜ ਕੱਲ੍ਹ ਜੋ ਕੁਛ ਪਾਉਂਦੇ ਆ ਪਰ ਪਾਉਂਦੇ ਸਫੇਦ ਹੀ ਹੈ, ਖੱਦਰ ਪਾ ਕੇ ਤਿਆਰ ਹੋ ਜਾਂਦੇ ਵੀ ਲੀਡਰ ਬਣ ਗਏ ਸਾਹਿਬ। ਸਾਰਿਆਂ ਨੂੰ ਕਹਿੰਦੇ ਜਿਹੜਾ ਅੱਜ ਕੱਲ੍ਹ ਕਿਸੇ ਨੂੰ ਲੀਡਰ ਕਹਿਣਾ ਗਾਲੀ ਦੇਣ ਦੇ ਬਰਾਬਰ ਹੈ। ਅੱਜ ਦੇ ਲੋਕਾਂ ਦੀ ਪਰਸੈਪਸ਼ਨ ਹੈ ਵੀ ਸਾਰੇ ਚੋਰ ਹੈ, ਕਹਿਣਾ ਬੜਾ ਆਸਾਨ ਹੈ ਸਾਹਿਬ। ਚੋਰ ਰਾਜਨੀਤੀ 'ਚ ਆਉਂਦਾ ਕਿਉਂ ਹੈ, ਸਕਸੈਸਫੁੱਲ ਕਿਉਂ ਰਹਿੰਦਾ ਵਿਜੇ ਜੀ, ਤੁਸੀਂ ਦੱਸੋ? ਕਿਉਂਕਿ ਲੋਕ ਵੋਟ ਪਾਉਂਦੇ ਆ ਸਾਹਿਬ। ਚੋਰਾਂ ਨੂੰ ਤੁਸੀਂ ਪਾਸੇ ਕਰਨਾ ਹੈ ਤਾਂ ਲੋਕ ਫੈਸਲਾ ਕਰਨਗੇ ਸਾਹਿਬ। ਜਦੋਂ ਤਾਂ ਹੀ ਚੋਰਾਂ ਨੂੰ ਵੋਟ ਦੇ ਕੇ ਭੇਜਦੇ ਰਹਾਂਗੇ, ਫਿਰ ਸਾਰੇ ਇਸ ਕਟਕਰੇ 'ਚ, ਨਹੀਂ ਤਾਂ ਉਹ ਅਸਲ ਕਟਕਰੇ 'ਚ, ਉੱਥੇ ਜਾ ਕੇ ਫਿਰ ਚੀਕਾਂ ਮਾਰਦੇ ਜੀ ਸਾਡੇ ਨਾਲ ਰਾਜਨੀਤਿਕ ਰੰਜਿਸ਼ ਹੋ ਰਹੀ ਹੈ ਜੀ, ਸਾਨੂੰ ਭਗਵੰਤ ਮਾਨ ਜੀ ਨੇ ਕਹਿ ਤਾ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦਾ ਤੂੰ। ਉਹ ਇਸ ਕਰਕੇ ਕਿਉਂਕਿ ਚੋਰ ਹੈ, ਚੋਰ ਦੇ ਪੈਰ ਨਹੀਂ ਹੁੰਦੇ। ਲੋਕ ਫੈਸਲਾ ਕਰਨ, ਤੁਹਾਨੂੰ ਲੋਕਾਂ ਦਾ ਪਤਾ ਹੈ ਵੀ ਕਿਹੜੇ ਬੰਦਿਆਂ ਨੂੰ ਆਪਾਂ ਚੁਣ ਕੇ ਭੇਜ ਰਹੇ ਹਾਂ। ਪਹਿਲੀ ਵਾਰੀ ਬੰਦਾ ਗਲਤੀ ਕਰ ਸਕਦਾ ਵੀ ਮੈਨੂੰ ਨਹੀਂ ਸੀ ਪਤਾ ਵੀ ਸੁਨੀਲ ਜਾਖੜ ਚੋਰ ਹੈ ਜੀ, ਇੱਕ ਵਾਰੀ ਵੋਟ ਲੈ ਗਿਆ। ਜੇ ਸੁਨੀਲ ਨੇ ਠੱਗੀ ਮਾਰੀ ਦੁਬਾਰਾ ਕਿਉਂ ਵੋਟ ਦਿੰਦੇ ਹਾਂ ਜੀ ਆਪਾਂ ਉਹਨਾਂ ਨੂੰ, ਕਿਉਂ ਚੁਣ ਕੇ ਫਿਰ ਭੇਜ ਦਿੰਦੇ ਹਾਂ? ਤੁਸੀਂ ਦੇਖੋ ਵਿਜੇ ਜੀ, ਕਿੰਨੇ ਲੋਕ ਜਿਹੜੇ ਚੁਣ ਕੇ ਆਏ ਹੈ, ਹੁਣ ਵਾਲੇ ਅਸੈਂਬਲੀ 'ਚ ਲੈ ਲਓ, ਪਹਿਲਾਂ ਵਾਲੀ 'ਚ ਲੈ ਲਓ, ਲੋਕ ਸਭਾ 'ਚ ਲੈ ਲਓ, ਕਿੰਨੇ ਲੋਕਾਂ ਦੇ ਉੱਤੇ ਪਰਚੇ, ਕੁਛ ਪਰਚੇ ਹੋ ਸਕਦਾ ਰਾਜਨੀਤਿਕ ਰੰਜਿਸ਼ ਦੇ ਹੋਣ, ਕੋਈ ਕਤਲ ਦੇ ਹੈ, ਕੋਈ ਫਰੋਡ ਦੇ ਹੈ, ਕੋਈ ਠੱਗੀਆਂ ਦੇ ਹੈ, ਫਿਰ ਜਿੱਤ ਕੇ ਆਈ ਜਾਂਦੇ ਜੀ। ਦੇਅਰ USP ਇਜ਼ ਦੈਟ ਦੇ ਵਿਨ ਇਲੈਕਸ਼ਨ, ਕਹਿ ਦਿੰਦੇ ਜੀ ਪਾਰਟੀ, ਫਲਾਣੀ ਪਾਰਟੀ ਉਹਨਾਂ ਨੂੰ ਗੰਦੇ ਆਦਮੀਆਂ ਨੂੰ ਟਿਕਟਾਂ ਦੇ ਰਹੀਆਂ। ਅਤੇ ਅੱਜ ਕੱਲ੍ਹ ਫਿਰ ਸਵਾਲ ਕਿੱਥੇ ਖੜ੍ਹਾ? ਸਵਾਲ ਉੱਥੇ ਖੜ੍ਹਾ ਲੋਕਾਂ 'ਚ ਜੀ, ਲੋਕ ਵੋਟ ਪਾਉਣ ਲੱਗੇ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਦਰਕਿਨਾਰ ਕਰ ਦਿੰਦੇ। ਮੈਂ BJP ਤੋਂ ਚਾਲੂ ਹੋਣਾ ਗੌਰਵ ਜੀ, ਤੁਸੀਂ ਜਿਹੜੇ ਗੱਲਾਂ 'ਤੇ ਆਓਗੇ ਮੈਂ ਪਹਿਲਾਂ ਤੁਹਾਡੇ ਵਾਲੇ ਸਵਾਲ ਮੈਂ ਹੀ ਕਹਿ ਦੇਣਾ। ਤੁਸੀਂ ਕਹੋਗੇ ਜੀ ਗੁਰਦਾਸਪੁਰ ਦੇ ਅੰਦਰ ਕਿੱਧਰ ਗਿਆ ਤੁਹਾਡਾ ਕੈਂਡੀਡੇਟ, ਕਿੱਧਰ ਗਿਆ ਸਨੀ ਦਿਓਲ, ਕਿੱਧਰ ਗਿਆ? ਮੈਂ ਪੁੱਛਣਾ ਸਨੀ ਦਿਓਲ ਨੂੰ ਜਿਤਾਇਆ ਕਿ ਨਹੀਂ ਸੀਗਾ ਜੀ? ਲੋਕਾਂ ਨੇ ਜਿਤਾਇਆ ਹੋਣਾ ਹੈ, ਲੋਕਾਂ ਨੇ ਜਿਤਾਇਆ ਸੀ। ਮੈਂ ਕਾਂਗਰਸ 'ਚ ਸੀਗਾ, ਮੈਂ ਉਹਦੇ ਓਪੋਨੈਂਟ ਸੀਗਾ, ਮੈਂ ਕਹਿੰਦਾ ਸੀ ਵੀ ਇਹ ਬੰਦੇ ਦਾ ਕੰਮ ਹੀ ਹੈ ਨਹੀਂ ਆ, ਉਹਨੇ ਫਿਲਮਾਂ ਬਣਾਉਣੀਆਂ, ਉਹ ਫਿਲਮਾਂ ਬਣਾਉਣ ਜਾਂਦਾ ਰਹੂਗਾ, ਚਲੇ ਗਏ ਜੀ। ਪਰ ਤੁਸੀਂ ਸਟੀਰੀਓਟਾਈਪ ਨਹੀਂ ਕਰ ਸਕਦੇ ਸਾਹਿਬ, ਉਹਦੀ ਥਾਂ ਵਿਨੋਦ ਖੰਨਾ ਸੀਗੇ ਪਹਿਲਾਂ, 3 ਵਾਰੀ ਉੱਥੋਂ ਜਿੱਤੇ ਜੀ, ਉੱਥੋਂ ਲੜੇ ਹੈ। ਉਹਨੂੰ ਵਿਨੋਦ ਖੰਨਾ ਜੀ ਦਾ ਨਾਂ ਅੱਜ ਵੀ ਤੁਸੀਂ ਗੁਰਦਾਸਪੁਰ ਹਲਕੇ 'ਚ ਜਾਂਦੇ ਰਹੋ, ਧਾਰ ਇਲਾਕੇ 'ਚ ਜਾ ਕੇ, ਖੁੰਡ 'ਚ ਜਾ ਕੇ ਪਤਾ ਕਰੋਗੇ, ਉੱਥੇ ਲੋਕ ਬੜੇ ਰਿਸਪੈਕਟ ਨਾਲ ਗੱਲ ਕਰਦੇ ਵੀ ਸਾਡੇ ਉਮੀਦਵਾਰ ਸੀ। ਹਰੇਕ ਬੰਦੇ ਨੂੰ ਬਰਾਬਰ ਤੋਲਣਾ ਨਾ ਤੋਲਣਾ ਆਪਾਂ ਨੂੰ ਦੇਖਣਾ ਪਊਗਾ। ਵੋਟ ਪਾਉਣ ਜਾ ਰਹੇ ਹਾਂ ਉਹਨੂੰ ਨਲਕੇ ਪੱਟਣ ਵਾਸਤੇ ਪਾਉਣ ਜਾ ਰਹੇ ਹਾਂ, ਨਲਕੇ ਲਵਾਉਣ ਵਾਸਤੇ ਜਾ ਰਹੇ ਹਾਂ ਆਪਾਂ? ਜਦੋਂ ਤਾਈਂ ਆਹ ਮੇਰਾ 2 ਕਿਲੋ ਦਾ ਹੱਥ ਹੈ, ਮੈਂ ਨਲਕੇ ਪੱਟ ਦੇਣਾ, ਫਿਰ ਨਲਕੇ ਪੱਟਣ ਨਾਲ ਤੋਂ ਫਿਰ ਨਲਕੇ ਲਵਾਉਣ ਵਾਸਤੇ ਕਿਉਂ ਉਡੀਕਦੇ ਹੋ ਸਭ? ਆਹ ਨਹੀਂ ਵੀ ਸਾਡੇ ਵਾਲੇ ਬਥੇਰੇ ਨਮੂਨੇ, ਸਾਡੇ ਜਦੋਂ ਮੈਂ ਕਹਿੰਦਾ ਪੁਰਾਣੇ ਕਾਂਗਰਸੀ ਬਥੇਰੇ ਨਮੂਨੇ ਫਿਰਦੇ ਆ, ਉਹਨਾਂ ਨੂੰ ਲੋਕ ਪਾਈ ਜਾਂਦੇ, ਜਿੱਤ ਜਾਂਦੇ, ਆ ਜਾਂਦੇ। ਸੋ ਕਿਸੇ ਨੂੰ ਕਟਕਰੇ 'ਚ ਲਿਆ ਕੇ ਬਿਠਾਉਣ ਵਾਲੇ ਵੀ ਲੋਕ ਹੈ, ਅਤੇ ਉਹਨੂੰ ਕਟਕਰੇ 'ਚ ਨਾ ਪਹੁੰਚਣ ਉਹ ਜਿਹੇ ਬੰਦੇ ਭੇਜਣ ਦੀ ਰਿਸਪੋਂਸੀਬਿਲਟੀ ਲੋਕਾਂ ਦੀ ਹੈ। ਹੁਣ ਤੁਹਾਡੇ ਸਵਾਲ ਪੁੱਛੋ, ਕਿਉਂਕਿ ਆਹ ਜਿਹੜਾ ਕਟਕਰ ਹੈ ਆਹ ਪੰਜਾਬ ਦਾ
ਇੱਕ ਪਛਾਣ ਨਾ ਬਣ ਜੇ ਸਭ। ਮੈਂ ਬੜਾ ਡਰ ਕੇ ਕਹਿ ਰਿਹਾ ਵਾਹਿਗੁਰੂ ਤੋਂ, ਕਹਿੰਦੇ ਨਾ ਐਡਾ ਵੱਡਾ ਬੋਲ ਵੀ ਨਾ ਬੋਲੀਏ, ਮੈਂ ਕੋਈ ਦੁੱਧ ਦਾ ਧੋਤਾ ਨਹੀਂ ਸਾਹਿਬ, ਮੇਰੇ 'ਚ 150 ਗੁਣ ਹੋਣਗੇ, ਤੁਹਾਡੇ ਨਾਲੋਂ 1000 ਗੁਣਾ ਜ਼ਿਆਦਾ ਹੋਣਗੇ, ਪਰ ਮੇਰਾ ਮੰਨਣਾ ਹੈ ਗਲਤ ਬੰਦੇ ਨਾ ਭੇਜੀਏ ਚੁਣ ਕੇ ਕਿਸੇ ਪਾਰਟੀ ਦੇ ਹੋਣ। ਮੈਂ ਅੱਜ ਇੱਥੇ ਕੋਈ ਕਿਸੇ ਪਾਰਟੀ ਦੇ ਵੋਟ ਮੰਗਣ ਨਹੀਂ ਆਇਆ, ਨਾ ਹੀ ਮੈਂ ਕਹਿਣ ਆਇਆ ਵੀ ਮੇਰੇ ਕਰਕੇ, ਮੈਨੂੰ ਇਹਦਾ ਵਹਿਮ ਕਦੇ ਵੀ ਨਹੀਂ ਸੀਗਾ ਵੀ ਸੁਨੀਲ ਜਾ ਕੇ ਸਟੇਜ ਤੋਂ ਬੋਲੂਗਾ ਅਤੇ ਵੋਟਾਂ ਦੀਆਂ ਪੰਡਾਂ ਤੁਰੀਆਂ ਆਉਣਗੀਆਂ, ਲੋਕਾਂ ਨੇ ਫੈਸਲੇ ਆਪਣੇ ਆਪ ਕਰਨੇ ਆ। ਪਰ ਜੇ ਚੰਗੇ ਚੁਣ ਕੇ ਭੇਜਾਂਗੇ ਉਹ ਸਾਡੇ, ਫਿਰ ਮੈਂ ਗੱਲ ਉੱਥੇ ਆ ਜਾਂਦੀ, ਕਿਉਂਕਿ 50 ਸਾਲ ਰਿਹਾ ਸਭ ਕਾਂਗਰਸ 'ਚ, ਸਾਡਾ ਇੱਕ ਪੁਰਾਣਾ ਕੁਲੀਗ ਵਿਜੇ ਜੀ, ਕੁਲੀਗ ਜੇਲ੍ਹ ਮੰਤਰੀ ਸੀਗਾ, ਅਤੇ ਜੇਲ੍ਹ ਮੰਤਰੀ ਦਾ, ਕਿਉਂਕਿ ਅੱਜ ਕੱਲ੍ਹ ਪੰਜਾਬ 'ਚ ਰੌਲਾ ਚੱਲਦਾ, ਜੇਲ੍ਹਾਂ 'ਚ ਉਹ ਸੈੱਲਫੋਨ ਚੱਲੀ ਜਾਂਦੇ ਆ ਜੀ, ਉੱਥੋਂ ਸੱਟਾ ਚੱਲ ਰਿਹਾ ਜੀ, ਉੱਥੋਂ ਡਰੱਗ ਸਪਲਾਈ ਹੋ ਰਹੀਆਂ ਜੀ, ਉੱਥੋਂ ਥਰੈਟ ਹੋ ਰਹੀਆਂ ਜੀ, ਫਿਰੌਤੀਆਂ ਲਈ ਸਾਰਾ ਕੁਛ ਜੋ ਕੁਛ ਹੋ ਸਕਦਾ ਅੰਦਰੋਂ ਹੋ ਰਿਹਾ। ਉਹ ਮੈਂ ਕਿਹਾ ਪੁੱਤਰੋ ਕੁਛ ਤਾਂ ਕਰਾਓ, ਉਹ ਕਹਿੰਦੇ ਨਹੀਂ ਭਾਈ ਸਾਹਿਬ ਮੈਂ ਤਾਂ ਇੱਕ ਸਕੀਮ ਬੜੀ ਚਾਲੂ ਕੀਤੀ ਹੈ। ਉਹ ਕੀ? ਕਹਿੰਦਾ ਜੀ 200 ਰੁਪਈਏ 'ਚ ਜੇਲ੍ਹ ਦੀ ਥਾਲੀ, ਕਹਿੰਦੇ ਹੈ ਵੀ ਜੇ ਜਿਹੜਾ ਬੰਦਾ ਜੇਲ੍ਹ ਦੀ ਰੋਟੀ ਸਾਰਿਆਂ ਦੀ ਲਿਖੀ ਹੁੰਦੀ ਹੈ, ਜਿਹੜਾ ਪਹਿਲਾਂ ਖਾ ਲਵੇ ਨਾ ਉਹਨੂੰ ਜੇਲ੍ਹ ਨਹੀਂ ਜਾਣਾ ਪਊਗਾ। ਉਹ ਮੈਂ ਕਿਹਾ ਪਤੰਦਰ ਆ ਜੇਲ੍ਹ 'ਚ ਲੋਕਾਂ ਨੂੰ ਕੰਮ ਕਰਨਾ ਨਾ ਸਿਖਾਓ, ਵੀ ਜੇਲ੍ਹ 'ਚ ਜਾਣਾ ਨਾ ਪਵੇ, ਆਹ ਸਿਖਾਓ ਵੀ ਕਰਪਸ਼ਨ ਨਾ ਕਰੋ, ਰੋਟੀਆਂ ਖਾਣ ਨਾਲ ਨਹੀਂ ਜੇਲ੍ਹ ਤੋਂ ਬਚਦੇ। ਇਹ ਜਿੰਨੇ ਕੁ ਲੀਡਰ ਤੁਰੇ ਫਿਰਦੇ ਨਾ ਜੀ, ਆਈ ਐਮ ਸੋਰੀ ਟੂ ਸੇ, ਆਈ ਐਮ ਨੋਬਡੀ ਟੂ ਕਮੈਂਟ, ਪਰ ਜਿੰਨਿਆਂ ਨੂੰ ਮੈਂ ਦੇਖਦਾ ਸਾਹਿਬ, ਉਹ ਰੋਟੀਆਂ ਖਾ ਕੇ ਤਾਂ ਬਚਦੇ ਨਹੀਂ ਸਾਹਿਬ, ਚਾਹੇ 200 ਰੁਪਏ ਵਾਲੀ ਥਾਲੀ ਜੇਲ੍ਹ 'ਚ ਜਾ ਕੇ ਖਾ ਜਾਣ ਫਰੀਦਕੋਟ ਵਾਲੀ 'ਚ, ਫਿਰ ਜਾਣਾ ਤਾਂ ਪਊਗਾ। ਅੱਜ ਜੇ ਭਗਵੰਤ ਮਾਨ ਔਰ ਹੀ ਨਾ ਪਕੜਨਗੇ ਤਾਂ ਕੱਲ੍ਹ ਆ ਕੇ ਮੁੱਖ ਮੰਤਰੀ ਫੜ ਦੂਗਾ ਜੀ, ਕਿਤੇ ਨਾ ਕਿਤੇ ਤਾਂ ਇਹਨਾਂ ਦੀ ਧੌਣ 'ਚ ਹੱਥ ਪੈਣਾ ਪੈਣਾ ਸਾਹਿਬ। ਜਦੋਂ ਤਾਂ ਹੀ ਕਰਪਸ਼ਨ ਖਤਮ ਨਹੀਂ ਹੁੰਦੀ ਸਾਹਿਬ, ਉਹਦੇ ਵਿੱਚ ਸਰਕਾਰ ਦਾ ਰੋਲ ਵੀ ਜ਼ਰੂਰੀ ਹੈ ਅਤੇ ਉੱਧਰਲੇ ਪਾਸੇ ਲੋਕਾਂ ਦਾ ਰੋਲ ਉਸ ਤੋਂ ਵੀ ਜ਼ਰੂਰੀ ਹੈ। ਲੋਕ ਚੰਗੇ ਬੰਦਿਆਂ ਨੂੰ ਭੇਜਣ ਇੱਥੇ ਤਾਂ ਜਾ ਕੇ ਆਪਣੀ ਰਾਜਨੀਤੀ ਸੁਧਰੂਗੀ। ਪੰਜਾਬ ਨੂੰ ਤਾਂ ਕੁੰਨ ਲੱਗੀ ਖੜੀ ਹੈ, ਜਿਹੜਾ ਕੋ ਆਉਂਦਾ ਧੰਦਾ ਬਣਾ ਲਿਆ। ਮੈਂ ਤੁਹਾਡੇ ਨਾਲ ਸਾਂਝੇ ਕਰ ਲਿਆ ਸਾਹਿਬ, ਅੱਜ ਮੈਨੂੰ ਲੱਗਦਾ ਫ੍ਰੀ ਫਲੋਇੰਗ ਰੱਖਿਓ। ਮੈਂ ਜਾਣਨਾ ਚਾਹੁੰਦਾ ਕਿ ਜੱਖੜ ਸਾਹਿਬ ਤੁਹਾਡੇ, ਕਿਉਂਕਿ ਮੈਂ ਤਾਂ ਹੋਰ ਸਵਾਲ ਤੋਂ ਸ਼ੁਰੂ ਕਰਨਾ ਸੀ, ਉੱਥੋਂ ਹੀ ਸ਼ੁਰੂ ਕਰ ਲਿਆ, ਪਰ ਮੈਂ ਉੱਥੇ ਹੀ ਆ ਜਾਂਦਾ। ਆ ਜਾਓ, ਚੰਗੇ ਉਮੀਦਵਾਰ ਤੋਂ ਕੀ ਭਾਵ ਹੈ? ਜਿਹੜਾ ਲੋਕਰ ਕੋਈ ਪਰਚਾ ਨਾ ਹੋਵੇ, ਨਹੀਂ ਇਲਜ਼ਾਮ ਨਾ, ਹੁਣ ਗੱਲ ਇਹ ਹੈ ਕਿ ਜਿਹਦੇ ਪਰ ਇਲਜ਼ਾਮ ਲੱਗ ਗਏ ਉਹ ਦੋਸ਼ੀ ਨਹੀਂ ਹੈ, ਤੇ ਤੁਸੀਂ ਵੀ ਸਮਝਦੇ ਹੋ? ਮੈਂ ਬਿਲਕੁਲ ਸਮਝਦਾ ਸਾਹਿਬ, ਉਮੀਦਵਾਰ ਤੋਂ ਭਾਵ ਕੀ? ਜਿਹੜਾ ਲੋਕਾਂ 'ਚ ਵਿਚਰਦਾ ਸਾਹਿਬ, ਤੁਸੀਂ ਆਪਣੇ ਪੜੋਸੀ ਨੂੰ ਚੰਗੇ ਨੂੰ ਜਾਣਦੇ ਹੋ, ਇੱਕ ਵਾਰੀ ਤਾਂ ਮੈਂ ਕਹਿ ਕੇ ਹਟਾਂ ਵੀ ਇੱਕ ਵਾਰੀ ਤਾਂ ਗਲਤੀ ਖਾ ਸਕਦੇ ਹੋ ਕਿਸੇ ਨਾਲ ਚੁਣ ਲੱਗੇ, ਉਹਨਾਂ ਲੋਕਾਂ ਨੂੰ ਫੇਰ ਦੇਈ ਜਾਂਦੇ ਹੋ ਜਿਹੜੇ ਲੋਕ ਸਾਈਕਲ 'ਤੇ ਚੜ੍ਹ ਕੇ ਜਾਂਦੇ ਸੀ, ਬੱਸਾਂ 'ਚ ਜਾਂਦੇ ਸੀ, ਅੱਜ 2-2 ਕਰੋੜ ਦੀ ਕਾਰਾਂ 'ਚ ਚੜ੍ਹੇ ਫਿਰਦੇ ਸਾਹਿਬ, ਤੇ ਤੁਸੀਂ ਮੇਰੇ ਤੋਂ ਪੁੱਛੀ ਜਾਂਦੇ ਹੋ ਕਿਹੜੀ ਪਛਾਣ ਹੁੰਦੀ ਹੈ? ਇਹ ਤਾਂ 2-2 ਕਰੋੜ ਦੀ ਕਾਰਾਂ 'ਚ ਦੇਖੋ ਸਾਹਿਬ, ਲੀਡਰ ਇਹ ਇੱਕ ਧਾਰਨਾ ਬਣੀ ਹੋਈ ਹੈ ਕਿ ਜਿਹੜਾ ਇੱਕ ਵਾਰੀ MLA ਬਣ ਗਿਆ ਪੁਸ਼ਤਾਂ ਤਰ ਗਈਆਂ, ਜਿਹੜਾ ਇੱਕ ਵਾਰ MP ਬਣ ਗਿਆ ਪੁਸ਼ਤਾਂ ਤਰ ਗਈਆਂ। ਇਹ ਲੋਕਾਂ 'ਚ ਧਾਰਨਾ ਕਿ MLA ਬਣ ਗਿਆ ਬਸ ਬੱਲੇ ਬੱਲੇ ਹੈ, ਕੋਈ ਚੱਕਰ ਹੀ ਨਹੀਂ ਹੈ ਕਿ ਕੀ MLA ਕੀ MP ਦੇਖ ਕੇ ਸਾਹਿਬ, ਤੁਸੀਂ ਪਤਾ ਤਾਂ ਲੱਗ ਹੀ ਜਾਂਦਾ ਵੀ ਕਿੱਥੇ ਖੜਾ ਸੀ, ਕਿੱਥੇ ਜਾ ਰਿਹਾ, ਕਿੱਥੋਂ ਆ ਰਿਹਾ ਪੈਸਾ। ਤੁਸੀਂ ਇਹਨੂੰ ਜਿਹੜਾ ਬੰਦਾ ਧੰਦਾ ਬਣਾ ਕੇ ਬਹਿ ਗਿਆ ਸਾਹਿਬ, ਮੈਂ ਪਹਿਲਾਂ ਵੀ ਕਿਤੇ ਜ਼ਿਕਰ ਕੀਤਾ ਵਿਜੇ ਜੀ, ਸ਼ਾਇਦ ਆਪਾਂ ਹੀ ਕਿਤੇ ਇੰਟਰਵਿਊ ਕਰ ਰਹੇ ਸੀਗੇ, ਮੈਂ ਰਾਜਨੀਤੀ 'ਚ ਪੈਣ ਤੋਂ ਪਹਿਲਾਂ ਬਹੁਤ, ਮੈਂ ਮੇਰੇ ਖਿਆਲ 20-25 ਸਾਲ ਸਿਰਫ ਟਰੈਵਲ ਹੀ ਕੀਤਾ ਜੀ, ਕੋਈ ਕਹਿ ਦੇ ਕੀ ਕੀਤਾ, ਮੈਂ ਕੋਈ ਸਾਰੀ ਦੁਨੀਆ 'ਚ ਤੁਰਿਆ ਫਿਰਿਆ। ਜਦੋਂ ਇਮੀਗ੍ਰੇਸ਼ਨ 'ਤੇ ਜਾਈਦਾ ਸੀਗਾ, ਅਤੇ ਹੁਣ ਖਾਸ ਤੌਰ 'ਤੇ ਹੁਣ 2002 ਦੇ ਬਾਅਦ ਜਦੋਂ ਉਹ ਕੌਲਮ ਆ ਜਾਂਦਾ ਸੀਗਾ ਪ੍ਰੋਫੈਸ਼ਨ, ਓਕੇ ਨਾ ਓਕਿਊਪੇਸ਼ਨ, ਧੰਦਾ ਕੀ ਹੈ, ਅਤੇ ਉਸ 'ਚ ਕੋਈ ਕਹਿੰਦਾ ਵੀ ਤੂੰ MLA ਕਿਉਂ ਨਹੀਂ ਪਾਉਂਦਾ, ਉਦੋਂ MLA ਸੀ ਮੈਂ। ਮੈਂ ਕਿਹਾ ਯਾਰ MLA ਕੋਈ ਧੰਦਾ ਥੋੜ੍ਹਾ ਹੈ, ਮੈਂ ਆਪਣੇ ਆਪ ਨੂੰ ਫਾਰਮਰ ਲਿਖਦਾ ਸੀ, ਮੈਂ ਫਾਰਮਰ ਹਾਂ ਜੀ, ਚਾਹੇ ਜਿੰਨਾ ਕੁ ਫਾਰਮਰ ਹਾਂ, ਮੈਂ ਫਾਰਮਰ ਦੇ ਘਰੇ ਪੈਦਾ, ਇਸ ਕਰਕੇ ਮੈਨਾਂ ਮਾੜਾ ਮੋਟਾ ਕਲੇਮ ਹੈ, ਮੈਂ ਆਪਣੇ ਆਪ ਨੂੰ ਕਿਸਾਨ ਹੋਣ ਦਾ ਐਡਾ ਕਲੇਮ ਨਹੀਂ ਕਰਦਾ ਜਿੰਨਾ ਲੋਕ ਕਹਿੰਦੇ ਵੀ ਆ ਕਿਸਾਨੀ ਦਾ। ਮੈਂ ਕਹਿੰਦਾ ਵੀ ਮੈਂ ਉਸ 'ਚ ਪਾਉਂਦਾ ਸੀ, ਬਿਕੋਜ਼ ਰਾਜਨੀਤੀ ਧੰਦਾ ਨਹੀਂ ਸਾਹਿਬ,
ਇਹਨਾਂ ਨੇ ਧੰਦਾ ਬਣਾ ਤਾ, ਧੰਦਾ ਬਣਾ ਕੇ ਫਿਰ 200 ਰੁਪਈਏ ਦੀ ਥਾਲੀ ਭਾਲਦੇ ਫਿਰਦੇ ਵੀ 200 ਰੁਪਈਏ ਥਾਲੀ ਖਾ ਲਈਏ, ਜੇਲ੍ਹ 'ਚ ਜਾਣ ਤੋਂ ਬੱਜਾਂਗੇ। ਜਿਹਨਾਂ ਨੇ ਚੋਰੀਆਂ ਠੱਗੀਆਂ ਕੀਤੀਆਂ ਸਾਹਿਬ, ਜਿਹਨਾਂ ਨੇ ਗਰੀਬਾਂ ਦਾ ਪੈਸਾ ਲੁੱਟਿਆ, ਜਿਹਨਾਂ ਨੇ ਲੋਕਾਂ ਦਾ ਪੈਸਾ ਲੁੱਟਿਆ ਰਾਜਨੀਤੀ, ਉਹ ਸਾਰੇ ਦੇ ਸਾਰੇ ਅੰਦਰ ਧੱਕੇ ਜਾਣੇ ਚਾਹੀਦੇ ਹੈ। ਚਾਹੇ ਉਹ ਮੁੱਖ ਮੰਤਰੀ ਹੈ, ਚਾਹੇ ਉਹ ਮੰਤਰੀ ਹੈ, ਚਾਹੇ ਉਹ ਸੰਤਰੀ ਹੈ, ਇਹਨਾਂ ਸਾਰਿਆਂ 'ਤੇ ਕਾਰਵਾਈ। ਅੱਜ ਮੇਨ ਕੰਮ ਹੈ ਵੀ ਕਰਪਸ਼ਨ ਨੂੰ ਜਦੋਂ ਖਤਮ ਕਰਨਾ ਚਾਹੀਦਾ, ਉਹਦੇ ਵਾਸਤੇ ਮੈਂ ਲੋਕਾਂ ਨੂੰ ਅਪੀਲ ਕਰਦਾ। ਜਿਹੜਾ ਸੀਐਮ ਭਗਵੰਤ ਮਾਨ ਕਰ ਰਹੇ ਹੈ ਕਾਰਵਾਈ ਇਸ ਵੇਲੇ ਜਾਂ ਜਿਸ ਤਰੀਕੇ ਨਾਲ ਵੀ ਹੋ ਰਹੀ ਹੈ, ਉਹ ਤਾਂ ਕਹਿੰਦੇ ਕਾਨੂੰਨ ਦੇ ਮੁਤਾਬਕ ਹੀ ਹੋ ਰਿਹਾ, ਉਹ ਠੀਕ ਹੈ ਤੁਹਾਡੇ ਹਿਸਾਬ ਨਾਲ? ਗੱਲਾਂ ਠੀਕ ਕਰੀ ਜਾਂਦੇ ਜੀ, ਪਰ ਗੱਲਾਂ ਹੀ ਕਰੀ ਜਾਂਦੇ ਆ। ਬੜਾ ਤੁਸੀਂ ਸਵਾਲ ਪੁੱਛ ਲਿਆ, ਅੱਜ ਮੈਂ ਇਹਦਾ ਵੀ ਲੈ ਕੇ ਆਇਆ ਹਿਸਾਬ ਕਿਤਾਬ। ਕਹੋ ਤਾਂ ਮੈਂ ਲਿਸਟ ਤੁਹਾਨੂੰ ਮੈਂ ਨਹੀਂ ਬਾਅਦ 'ਚ ਭੇਜ ਦੂੰਗਾ, ਆਪਣੇ ਪ੍ਰੋਗਰਾਮ 'ਚ ਦਿਖਾ ਦਿਓ ਜੀ। ਇਹਨਾਂ ਨੇ ਕੱਲ੍ਹ ਪਰਸੋਂ ਇੱਕ ਲਿਸਟ ਕੱਢੀ ਹੈ ਆਮ ਆਦਮੀ ਪਾਰਟੀ ਨੇ, ਭਗਵੰਤ ਮਾਨ ਜੀ ਨੇ, ਬਠਿੰਡੇ ਹਲਕੇ ਦੀ ਜੀ ਕੰਪੇਨ ਕਮੇਟੀ ਦੀ। ਮੈਂ ਨਾਮ ਲੈ ਦਿਆਂ ਕਿ ਉਹਨਾਂ ਲੋਕਾਂ ਦੇ, ਕਿਉਂਕਿ ਉਹਨਾਂ 'ਤੇ ਤਾਂ ਚਲੋ ਕੇਸ ਬਣੇ, ਅੰਦਰ ਵੀ ਜਾ ਕੇ ਆਏ ਆ। ਪਹਿਲਾਂ ਤਾਂ ਉਹਦੇ ਨਾਂ ਹੈ ਵਿਜੇ ਸਿੰਗਲਾ ਜੀ, ਦੂਜਾ ਨਾਂ ਹੈ ਉਹਨਾਂ ਦਾ ਸ਼੍ਰੀਮਾਨ ਜੀ ਬਠਿੰਡੇ ਰੂਰਲ ਵਾਲੇ, ਕੋਟ ਫਤਿਹ, ਕੋਟ ਫਤਿਹ ਹੀ ਹੈ ਨਾ ਜੀ, ਕੀ ਨਾਂ ਉਹਨਾਂ ਦਾ, ਅਮਿਤ ਰਤਨ ਜੀ, ਅਮਿਤ ਰਤਨ ਜੀ ਦਾ ਸਭ। ਉਹ ਤਾਂ ਭਗਵੰਤ ਮਾਨ ਜੀ ਨੇ ਫੜੇ ਹੈ, ਉਹ ਤਾਂ ਮੋਦੀ ਸਾਹਿਬ ਨੇ ਨਹੀਂ ਫੜੇ। ਉਹਦੇ ਵਿੱਚ ਤਾਂ ਪੈਸੇ ਵਾਲਾ ਵੀ ਪਕੜਿਆ ਗਿਆ, ਜਿਹੜਾ ਕਹਿੰਦਾ ਸੀ ਵੀ ਮੈਂ 5 ਲੱਖ ਰੁਪਇਆ ਦਿੱਤਾ ਇਹਨਾਂ ਨੂੰ, ਅਮਿਤ ਰਤਨ ਜੀ ਨੂੰ। ਚਲੋ ਵਿਜੇ ਸਿੰਗਲਾ ਜੀ ਨੂੰ ਤਾਂ ਮਾਤਰ ਨੂੰ ਮਾਰਤਾ ਇਹਨਾਂ ਨੇ, ਵੀ ਬਣਦੀ ਨਹੀਂ ਸੀ ਇਸ ਕਰਕੇ ਠੋਕਤਾ, ਉਹ ਤਾਂ ਕਹਿੰਦੇ ਕੋਰਟ ਨੇ ਚਲਾ ਕੇ ਕੇਸ ਮਾਰਿਆ। ਵਿਜੇ ਸਿੰਗਲਾ ਜੀ ਦਾ ਨਾਂ ਪਾ ਤਾ, ਜੇ ਅੱਜ ਤੁਸੀਂ ਅਮਿਤ ਰਤਨ ਦਾ ਨਾਮ ਪਾਈ ਜਾਂਦੇ ਹੋ, ਮੈਂ ਕਿਵੇਂ ਯਕੀਨ ਕਰ ਲਾਂ ਜੀ ਤੁਹਾਡੇ 'ਤੇ? ਭਗਵੰਤ ਮਾਨ ਜੀ ਕਿਵੇਂ ਯਕੀਨ ਕਰ ਲਾਂ ਤੁਹਾਡੇ 'ਤੇ? ਮੈਨੂੰ ਆਹ ਤਾਂ ਦੱਸੋ, ਮੈਂ ਤੁਹਾਡੀ ਇਸ ਮੁਹਿੰਮ ਦਾ, ਜੇ ਤੁਸੀਂ ਵਾਕਈ ਸੱਚੇ ਸੁੱਚੇ ਚੱਲਦੇ, ਫਿਰ ਆਹ ਤਾਂ ਨਹੀਂ ਵੀ ਕੋਈ ਇੱਕ ਗੁਰਦਾਸ ਮਾਨ ਹੋਰਾਂ ਨੂੰ ਆ ਕੇ ਤੁਹਾਡੇ ਘਰ ਆ ਕੇ ਅਤੇ ਇੱਕ ਚੋਰ ਨੂੰ ਪਗੜੀ ਤੁਹਾਡੇ ਪੈਰਾਂ 'ਚ ਸਿੱਟ ਕੇ ਮਾਫ਼ੀ ਮੰਗਵਾ ਕੇ ਲੈ ਗਿਆ, ਅਤੇ ਤੁਸੀਂ ਉਹਨੂੰ ਫੜੋ ਨਾ, ਉਹ ਦਮਕੇ ਜੇ ਮਾਰਦੇ ਫਿਰਦੇ, ਫਿਰ ਕਾਹਦੇ ਫਿਰ ਭਗਵੰਤ ਮਾਨ ਜੀ, ਅਤੇ ਦੂਜਿਆਂ 'ਚ ਕੀ ਫਰਕ ਹੈ ਸਾਹਿਬ? ਗੱਲਾਂ ਕਰਨੀਆਂ ਬਹੁਤ ਸੁਖਲੀਆਂ ਨੇ ਬਸ, ਗੱਲਾਂ ਬਹੁਤ ਸੁਖਲੀਆਂ ਸੀ ਸਾਹਿਬ। ਅੱਜ ਇਲਜ਼ਾਮ ਤਾਂ ਬਹੁਤ ਲੱਗੀ ਜਾਂਦੇ ਆ, ਮੈਂ ਕੋਈ ਅੱਜ ਭਗਵੰਤ ਮਾਨ ਹੋਰਾਂ ਦੇ ਖਿਲਾਫ਼ ਨਹੀਂ ਕੋਈ ਏਜੰਡਾ ਲੈ ਕੇ ਆਇਆ ਵੀ ਉਹਨਾਂ 'ਤੇ ਮੈਂ ਚੜ੍ਹਾਈ ਕਰਦਾ। ਮੈਂ ਤਾਂ ਇਹਨੂੰ ਜਨਰਲ ਕਰ ਰਿਹਾ ਸਾਹਿਬ, ਜਿਹਦੇ ਸੂਤ ਆ ਜਾਂਦੀ ਹੈ, ਜਿਹੜਾ ਕੁਰਸੀ 'ਤੇ ਬੈਠਦਾ ਉਹ ਏਜੰਡਾ ਆ ਫੜ ਲੈਂਦਾ ਵੀ ਚੱਲ ਮੇਰੇ ਸ਼ੇਰ ਬੜੀ ਸੂਤ ਆਈ ਹੈ, ਇੱਕ ਤਾਂ ਮਾਂਜ ਲਓ ਅਤੇ ਦੂਜਾ ਆਪਣੇ ਜਿਹੜੇ ਵਿਰੋਧੀ ਹੈ ਸਾਰਿਆਂ ਨੂੰ ਠੋਕ ਦਿਓ ਇਸ ਕੰਮ। ਪਰ ਇਹ ਤਾਂ ਪਿਛਲੇ ਸਮੇਂ ਤੋਂ ਜਾਖੜ ਸਾਹਿਬ ਚੱਲਿਆ ਆ ਰਿਹਾ, ਤੁਸੀਂ ਵੀ ਉਹਨਾਂ ਹੀ ਪਾਰਟੀਆਂ ਦਾ ਹਿੱਸਾ ਰਹੇ ਹੋ। ਉਸ ਵੇਲੇ ਇਲਜ਼ਾਮ ਲੱਗਦੇ ਸੀ ਕਿ ਇਹ ਸਭ ਕੁਝ ਜਿਹੜਾ ਹੈ ਪੋਲੀਟੀਕਲ ਵੰਡੈਟੇ ਹੋ ਰਹੇ ਹੈ, ਪਰਚੇ ਦਰਜ ਹੋ ਰਹੇ ਆ, ਉਹ ਤਾਂ ਛੋਟੇ ਲੈਵਲ 'ਤੇ ਵੀ ਬਹੁਤ ਸੀ, ਪਿੰਡ ਲੈਵਲ 'ਤੇ। ਮੈਂ ਕਿਹਾ ਆਪਣੇ ਸਮਾਜ 'ਚ ਹੈ ਸਾਹਿਬ, ਮੈਂ ਉੱਤੋਂ ਤਾਂ ਨਹੀਂ ਡਿੱਗਿਆ, ਜਿਹੜਾ ਕੋਈ ਲੀਡਰ ਬੈਠਾ ਹੈ, ਕੋਈ MLA ਹੈ ਜਾਂ ਮਿਨਿਸਟਰ ਹੈ, ਉੱਤੋਂ ਤਾਂ ਨਹੀਂ ਡਿੱਗਿਆ। ਹੈ ਤਾਂ ਸਮਾਜ 'ਚੋਂ ਅਸੀਂ ਨਿਕਲ ਗਏ, ਕਿਸੇ ਦੇ ਸੂਤ ਆ ਗਈ, ਕੋਈ ਬਾਹਰ ਰਹਿ ਗਿਆ। ਜਿਨ੍ਹਾਂ ਦੇ ਸੂਤ ਆ ਗਈ ਉਹ ਆ ਕੇ ਪ੍ਰਵਚਨ ਪੜ੍ਹਾਉਣ ਲੱਗੇ ਵੀ ਅਸੀਂ ਤਾਂ ਐਂ ਕਰ ਦਿਆਂਗੇ। ਅਤੇ ਜਦੋਂ ਮੇਰੇ ਫਾਦਰ ਦੇਖੋ ਉਹਨਾਂ ਦੇ ਗੱਲਾਂ ਦਾ, ਉਹ ਕਹਿੰਦੇ ਬੇਟਾ ਜਿਹੜਾ ਤਾਲਾ ਲੱਗਦਾ ਨਾ ਘਰਾਂ ਦੇ, ਆਪਾਂ ਜਾ ਕੇ ਤਾਲਾ ਲਾ ਕੇ ਜਾਂਦੇ ਹਾਂ, ਆ ਕੋਈ ਚੋਰ ਨੂੰ ਬਾਹਰ ਰੱਖਣ ਵਾਸਤੇ ਨਹੀਂ ਹੁੰਦਾ। ਚੋਰ ਨੇ ਤਾਂ ਆ ਕੇ ਕਿੰਨਾ ਹੀ ਵੱਡਾ ਪੈਡਲੋਕ ਲਾ ਲਓ, ਉਹਨੇ ਤੋੜ ਲੈਣਾ, ਤੋੜ ਲੂਗਾ, ਖੁੱਲੂ ਨਾ ਤੋੜ ਲੂਗਾ। ਆਹ ਤਾਲਾ ਤਾਂ ਸ਼ਰੀਫ ਨੂੰ ਸ਼ਰੀਫ ਰੱਖਣ ਵਾਸਤੇ ਹੈ ਵੀ ਖੁੱਲ੍ਹਾ ਦਰਵਾਜ਼ਾ ਦੇਖ ਕੇ ਸ਼ਰੀਫ ਦਾ ਮਨ ਵੀ ਬੇਈਮਾਨ ਨਾ ਹੋ ਜੇ। ਪਤਾ ਤਾਂ ਉਦੋਂ ਲੱਗਦਾ ਸਾਹਿਬ ਜਦੋਂ ਜਾ ਕੇ ਕੋਈ ਕੁਰਸੀ 'ਤੇ ਬੈਠਦਾ, ਜਦੋਂ ਮਾਲ ਆ ਰਿਹਾ ਹੁੰਦਾ, ਉਦੋਂ ਕਿਹੜਾ ਬੰਦਾ ਹੈ ਜਿਹੜਾ ਉਹਨੂੰ ਵੀ ਆਹ ਮੇਰਾ ਹੱਕ ਨਹੀਂ ਬਣਦਾ, ਲੋਕਾਂ ਦਾ ਹੱਕ ਹੈ ਸਾਹਿਬ। ਮੈਂ ਸਪਸ਼ਟ ਕਹਿ ਰਿਹਾ ਸਾਹਿਬ, ਕੈਪਟਨ ਸਾਹਿਬ ਬਿਲਕੁਲ ਠੀਕ ਕਹਿ ਰਹੇ। ਜਦੋਂ ਮੈਂ ਕਾਂਗਰਸ ਦਾ ਪ੍ਰਧਾਨ ਸੀਗਾ ਅਤੇ ਰਾਹੁਲ ਜੀ ਦੇ ਪ੍ਰੈਜੈਂਸ 'ਚ ਗੱਲ ਹੋਈ ਅਤੇ ਉਹਨਾਂ ਨੇ ਕਿਹਾ ਬਹੁਤ ਸ਼ਿਕਾਇਤਾਂ ਆ ਰਹੀਆਂ ਰਾਹੁਲ ਜੀ ਨੇ, ਅਤੇ ਕੈਪਟਨ ਸਾਹਿਬ ਕਹਿੰਦੇ ਮੈਂ ਕਿਆ ਕਰੂੰ ਜੀ, ਬਹੁਤ ਸਾਰੇ ਚੋਰ ਹੈ। ਅਤੇ ਰਾਹੁਲ ਜੀ ਸੋਚਣ ਲੱਗੇ, ਮੈਂ ਕਿਹਾ ਜੀ ਇਹਦਾ ਤਾਂ ਮੈਂ ਹੱਲ ਦੱਸਦਾ। ਉਹ ਕਹਿੰਦੇ ਕਿਆ ਬਤਾਓ? ਮੈਂ ਕਿਹਾ ਜੀ ਇਹਦਾ ਹੱਲ ਆਇਆ ਵੀ ਜਿਹੜੇ ਨਹੀਂ ਚੋਰ ਉਹਨਾਂ ਨੂੰ ਸ਼ਾਬਾਸ਼ੀ ਦੇ ਦਿਓ, ਫੜ ਨਹੀਂ ਸਕਦੇ ਦੂਜਿਆਂ ਨੂੰ ਤਾਂ ਇਹਨਾਂ ਨੂੰ ਸ਼ਾਬਾਸ਼ੀ ਦੇ ਦਿਓ, ਇਨਕਰੇਜ ਦੇਮ, ਉਹਨਾਂ ਨੂੰ ਥਾਪੀ ਦਿਓ,
ਉਹਨਾਂ ਨੇ ਇਹੋ ਜਿਹੀ ਥਾਪੀਆਂ ਦਿੱਤੀਆਂ ਵੀ ਚੋਰਾਂ ਨੂੰ ਚੱਕ ਕੇ ਸਿਰ 'ਤੇ ਬਿਠਾ ਤਾ, ਜਿਹਨਾਂ ਲੋਕਾਂ ਨੂੰ ਰਾਹੁਲ ਗਾਂਧੀ ਕਹਿੰਦੇ ਸੀ, ਕਹਿੰਦਾ ਯੂ ਡੋਂਟ ਈਵਨ ਨੋ ਕੈਪਟਨ ਸਾਹਿਬ ਹਾਊ ਫਾਰ ਹੀ ਸਪਰੈਡ ਹਿਜ਼ ਵਿੰਗਸ, ਹੀ ਇਜ਼ ਨੋਟ ਜਸਟ ਅ ਚੋਰ, ਹੀ ਇਜ਼ ਅ ਮਹਾਂਚੋਰ। ਉਹ ਮਹਾਂਚੋਰ ਨੂੰ ਚੱਕ ਕੇ ਕਾਂਗਰਸੀਆਂ ਦੇ ਸਿਰ 'ਤੇ ਬਿਠਾ ਦਿੰਦੇ ਸਾਹਿਬ, ਉਹੀ ਰਾਹੁਲ ਗਾਂਧੀ ਜੀ ਹੈ ਸਾਹਿਬ। ਸੋ ਪਈ ਰਹਿਣ ਦਿਓ ਸਾਹਿਬ, ਜਾਖੜ ਸਾਹਿਬ ਸੋਰੀ, ਤੁਸੀਂ ਕੜੀ ਦੇਖੀ ਜਾਂਦਾ, ਫਿਰ ਮੈਂ ਤੁਹਾਨੂੰ ਕੜੀ ਦੱਸਦਾ ਮੈਂ ਕਿਉਂ ਦੇਖ ਰਿਹਾ, ਲੈਣਾ ਨਹੀਂ ਸੀ। ਮੈਂ ਦੇਖ ਰਿਹਾ ਕਿ ਪਹਿਲੇ 2-4-5 ਮਿੰਟ ਦੇ ਵਿੱਚ ਇਲੈਕਟੋਰਲ ਸਿਆਸਤ ਤੋਂ ਦੂਰ ਸੁਨੀਲ ਜਾਖੜ ਬਹੁਤ ਗੁੱਸੇ 'ਚ ਨਜ਼ਰ ਆ ਰਹੇ ਹਨ ਜਿਹੜੇ ਇਲੈਕਸ਼ਨ ਲੜ ਰਹੇ ਉਹਨਾਂ ਦੇ ਕਾ। ਇਹ ਦੇਖੋ ਕੋਈ ਗੁੱਸਾ ਨਹੀਂ ਸਾਹਿਬ, ਮੈਂ ਸੋਰੀ, ਮੈਂ ਬੋਲਣ ਦਾ ਭਾਵ ਹਰੇਕ ਕੋਈ ਉਹ ਮੰਨ ਲਾ ਦਾ ਤੁਹਾਡਾ ਖੁੱਲ ਕੇ ਗੱਲਬਾਤ ਹੋਣੀ ਚਾਹੀਦੀ, ਖੁੱਲ ਕੇ ਗੱਲ ਕਰਦਾ ਮੈਂ, ਗੁੱਸਾ ਮੇਰਾ ਕਿਵੇਂ ਨਾਲ ਚਾਹ ਰਿਹਾ ਕਿ ਦੇਖੋ ਤੁਸੀਂ ਜਿਹੜੀ ਪੋਲੀਟੀਕਲ ਪਾਰਟੀ ਤੋਂ ਆਉਂਦੇ ਹੋ ਮੌਜੂਦਾ ਸਮੇਂ ਦੇ ਵਿੱਚ, ਉਹਨਾਂ ਦੇ ਉੱਪਰ ਵੀ ਬਹੁਤ ਸਾਰੇ ਐਲੀਗੇਸ਼ਨ ਲੱਗਦੇ ਨੇ, ਮੈਂ ਕਦੋਂ ਕਿਹਾ ਏਜੰਸੀਆਂ ਨੂੰ ਲੈ ਕੇ, ED ਨੂੰ ਲੈ ਕੇ, CBI ਨੂੰ ਲੈ ਕੇ, ਜੇ ਤੁਸੀਂ ਪੰਜਾਬ ਸਰਕਾਰ ਦੀ ਵਿਜੀਲੈਂਸ ਨੂੰ ਲੈ ਕੇ ਕਰਦੇ ਹੋ, ਗੱਲ ਫਿਰ ਉਹੀ ਐਥਿਕਸ ਵਾਲੀ ਆ ਗਈ। ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਜਿਹੜੀ ਐਥਿਕਸ ਵਾਲੀ ਗੱਲ, ਰਾਜਾ ਵੜਿੰਗ ਕਹਿੰਦੇ ਨੇ ਕਿ ਸੁਨੀਲ ਜਾਖੜ ਐਥਿਕਸ ਦੀਆਂ ਗੱਲਾਂ ਬਹੁਤ ਕਰਦੇ ਨੇ ਪਰ ਐਥਿਕਸ ਨੂੰ ਫੋਲੋ ਨਹੀਂ ਕਰਦੇ। ਦੱਸੋ ਕਿਹੜਾ ਸੁਨੀਲ, ਕਿਹੜੀ ਐਥਿਕਸ ਨਹੀਂ ਫੋਲੋ ਕਰਦਾ, ਆਹ ਦੱਸੋ। ਆਹੀ ਕਹਿ ਰਹੇ ਕਿ ਜਿਹੜੇ ਹੁਣ ਸਿਆਸਤ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹ ਲੋਕ ਜਾਣੇ ਚਾਹੀਦੇ, ਇਹ ਲੋਕ ਨਹੀਂ ਜਾਣੇ ਚਾਹੀਦੇ, ਪਰ ਗੱਲ ਇਹ ਕਿ ਪਿਕਚਰ ਬਣੀ ਹੋਈ ਆ ਔਰ ਦਿਖ ਰਿਹਾ। ਹੁਣ ਤੁਸੀਂ ਵੀ ਇੱਕ ਕੈਂਡੀਡੇਟ ਫਰੀਦਕੋਟ ਤੋਂ ਜਿਹੜੇ ਅਨਾਊਂਸ ਕੀਤੇ ਹੰਸਰਾਜ ਹੰਸ, ਉਹ ਕਿਸੇ ਥਾਂ ਤੋਂ ਕਿਸੇ ਥਾਂ ਲਿਆ ਕੇ ਲੋਕਾਂ ਦੇ ਸਾਹਮਣੇ ਐਥਿਕਸ ਦੀ ਗੱਲ ਕਰੋ ਸਾਹਿਬ, ਦਿਸ ਇਜ਼ ਪੋਲੀਟੀਕਲ ਮੂਵ, ਟਾਕ ਅਬਾਊਟ ਐਥਿਕਸ। ਕਿਹੜੀ ਐਥਿਕਸ ਦੀ ਗੱਲ ਕਰਦੇ ਹੋ? ਰਾਜਾ ਵੜਿੰਗ ਕਹਿੰਦੇ ਕਿ ਤੁਸੀਂ ਐਥਿਕਸ ਫੋਲੋ ਨਹੀਂ ਕਰਦੇ। ਉਹ ਰਾਜਾ ਵੜਿੰਗ ਹੋਰਾਂ ਨੂੰ ਪੁੱਛ ਲਓ, ਸੁਨੀਲ ਜਾਖੜ ਤੇ ਇੱਕ ਪੈਸੇ ਦਾ ਇਲਜ਼ਾਮ ਲਗਾ ਕੇ ਦਿਖਾ, ਇੱਕ ਪੈਸੇ ਦਾ। ਉਹ ਅੱਜ ਕਿ ਜੇ ਸੁਨੀਲ ਜਾਖੜ ਤੇ ਸਵਾਲ ਚੱਕਦਾ, ਉਹਨੂੰ ਕਹਾਂ ਸੁਨੀਲ ਜਾਖੜ ਤੇ ਇੱਕ ਰਵੇ ਪੈਸੇ ਦਾ? ਅਸੀਂ 50 ਸਾਲ ਤੋਂ, ਸਾਡਾ ਪਰਿਵਾਰ ਰਾਜਨੀਤੀ 'ਚ ਸਾਹਿਬ, ਮੈਂ ਇਸੇ ਕਰਕੇ ਕਿਹਾ ਵੀ ਕਟਘਰੇ ਤੋਂ ਮੈਨੂੰ ਤਾਂ ਕਟਘਰੇ 'ਚ ਨਾ ਬਿਠਾਓ, ਸਾਡੀ ਤਾਂ ਕਮਾਈ ਆਈ ਹੈ, ਸਾਡੀ ਤਾਂ ਕਮਾਈ ਆਇਆ ਸਾਹਿਬ, ਅੱਜ ਤੁਸੀਂ ਕਮਾਈ ਰੋਲਤੀ, ਤੁਸੀਂ ਮੇਰੀ ਤਾਂ ਇਸ ਕਟਘਰੇ 'ਚ ਲਿਆ ਕੇ ਸਾਰੀ ਉਮਰ ਲੜਾਈ ਆਈ ਲੜਦੇ ਰਹੇ ਵੀ ਇੱਥੇ ਨਾ ਜਾ ਕੇ ਖੜਨਾ ਪਵੇ, ਚਾਹੇ ਰੈੱਡ ਕਾਰਪੇਟ ਤੇ ਲੈ ਕੇ ਆਏ ਹੋ, ਕਾਹਦੀ ਰੈੱਡ ਕਾਰਪੇਟ ਹੈ ਸਾਹਿਬ, ਕਟਘਰਾ ਤਾਂ ਕਟਘਰਾ ਹੀ, ਕੋਈ ਇੱਕ ਪੈਸੇ ਦਾ ਇਲਜ਼ਾਮ ਲਗਾਓ ਸਾਹਿਬ ਜੀ। ਫਿਰ ਐਥਿਕਸ ਦੀ ਗੱਲ ਕਰੀਏ, ਰਾਜਨੀਤੀ ਦੀ ਹੱਲ ਕਰੋ ਸਾਹਿਬ, ਰਾਜਨੀਤੀ ਦੀ ਗੱਲ ਅੱਡ ਕਰੋ ਮੇਰੇ ਨਾਲ, ਐਥਿਕਸ ਦੀ ਗੱਲ ਮੇਰੇ ਨਾਲ ਅੱਡ ਕਰੋ। ਐਥਿਕਸ, ਤੁਸੀਂ ਐਥਿਕਸ ਤੋਂ ਭਾਵ ਕੀ ਸਮਝਦੇ ਹੋ ਕਿ ਕੋਈ ਚਾਰਜਸ, ਕੋਈ ਇਲਜ਼ਾਮ ਲੱਗੇ ਹੋਣ ਕਰਪਸ਼ਨ ਦੇ? ਅੱਜ ਦੇ ਦਿਨ ਦੇਖੋ ਐਥਿਕਸ ਦੇ ਵਿੱਚ ਇਹ ਵੀ ਇੱਕ ਸੌਰੀ ਗੌਰਵ ਜੀ, ਲੈਗੇਸੀ ਦਾ ਜ਼ਿਕਰ ਕਰ ਰਹੇ ਹੋ, ਕਾਂਗਰਸ ਛੱਡ ਕੇ ਤੁਸੀਂ ਬੀਜੇਪੀ ਚਲੇ ਗਏ, ਬਿਲਕੁਲ ਉਹਨੂੰ ਵੀ ਲੈ ਕੇ ਉਹਨਾਂ ਨੂੰ ਐਥਿਕਸ ਲੱਗਦੇ ਹੋਣੇ? ਬਿਲਕੁਲ। ਅੱਛਾ, ਉਹ ਲੋਕ ਮੈਨੂੰ ਐਥਿਕਸ ਸਿਖਾਣਗੇ ਸਾਹਿਬ, ਜਿਹੜੇ ਲੋਕਾਂ ਨੇ ਪੰਜਾਬ ਦੇ ਭਾਈਚਾਰੇ 'ਚ ਆਹ ਜਿਹੜੀ ਹਿੰਦੂ ਸਿੱਖ ਵਾਲੀ, ਸੁਨੀਲ ਜਾਖੜ ਨੇ ਕਿਹਾ ਸੀਗਾ ਕਿ ਇਹਨੇ ਤਾਂ ਹਿੰਮਤ ਨਹੀਂ, ਉਹ ਜਿਹੜੇ ਜਿਹਨਾਂ ਲੀਡਰਾਂ ਨੂੰ ਇਹ ਜਾ ਕੇ ਤੁਹਾਡੇ ਵਾਲੇ ਵੜਿੰਗ ਸਾਹਿਬ ਜਾ ਕੇ ਇੱਜ਼ਤ ਨਾਲ ਕਹਿੰਦੇ ਹੋਣੇ, ਵੈਸੇ ਕਹਿੰਦੇ ਹੋਣੇ, ਮਸਕਾ ਲਗਾਉਣ ਨੂੰ ਆਂਟੀ ਕਹਿੰਦੇ ਹੈ, ਆਂਟੀ ਦੇ ਖਿਲਾਫ਼ ਤਾਂ ਕੋਈ ਬੋਲਿਆ ਨਹੀਂ ਸਾਹਿਬ, ਜਦੋਂ ਉਹਨੇ ਕਿਹਾ ਵੀ ਹਿੰਦੂ ਨੂੰ ਕਿਸੇ ਨੇ ਬਣਾ ਤਾ ਅਤੇ ਅੱਗ ਲੱਗ ਜੂਗੀ, ਸੁਨੀਲ ਨੇ ਕਿਹਾ ਸੀਗਾ? ਨੋਟਿਸ ਕਿਹਨੂੰ ਕੱਢਿਆ? ਸੁਨੀਲ ਨੂੰ ਨੋਟਿਸ ਕੱਢਣਾ ਚਾਹੀਦਾ ਸੀ ਉਹਨਾਂ ਨੂੰ। ਔਰ ਐਥਿਕਸ ਮੇਰੇ ਤੋਂ ਤੁਸੀਂ ਪੁੱਛ ਰਹੇ ਹੋ ਸਾਹਿਬ, ਜਿਨ੍ਹਾਂ 'ਚ ਐਥਿਕਸ ਸਵਾਲ ਪੁੱਛਦੇ ਆ ਉਹਨਾਂ ਨੇ ਬੋਲਿਆ ਸਾਹਿਬ ਕਿਤੇ ਵੀ ਆਹ ਗਲਤ ਕਹਿ ਰਹੀ ਹੈ ਕਾਂਗਰਸ ਪਾਰਟੀ, ਵੀ ਹਿੰਦੂ ਸਿੱਖ ਦੀ ਗੱਲ ਨਾ ਕਰੀਏ, ਆਪਾਂ ਸੁਨੀਲ ਨੂੰ ਕਹਿ ਦੇ ਵੀ ਸੁਨੀਲ MLA ਨਹੀਂ, ਇਸ ਕਰਕੇ ਨਹੀਂ ਬਣਾਉਂਦੇ। ਸੁਨੀਲ ਨੂੰ ਉਦੋਂ ਕਹਿ ਦਿੰਦੇ ਵੀ ਸੁਨੀਲ ਤਾਂ ਚੋਰ ਹੈ ਜੀ, ਪੈਸੇ ਲੈਂਦਾ ਜੀ, ਸੁਨੀਲ ਨੂੰ ਨਾ ਬਣਾਉਂਦੇ ਸਾਹਿਬ। ਉਹ ਮੈਨੂੰ ਕਹਿ ਰਹੇ, ਐਥਿਕਸ ਸਿਖਾ ਰਹੇ ਮੈਨੂੰ, ਹੁਣ ਜਾ ਕੇ ਟੱਲੀਆਂ ਵਜਾਉਂਦੇ ਫਿਰਦੇ, ਕੱਲ੍ਹ ਕਨ੍ਹੱਈਆ ਜੀ ਦੇ ਉੱਥੇ ਨੱਚੀ ਜਾਂਦੇ ਸੀਗੇ, ਉਦੋਂ ਇਹਨਾਂ ਨੂੰ ਹਿੰਦੂ ਧਰਮ ਯਾਦ ਆ ਗਿਆ, ਉਦੋਂ ਜਦੋਂ ਸੀਗੀ ਉਹ ਗੱਲ ਸੀ, ਉਦੋਂ ਕਹਿੰਦਾ ਨੱਚੀ ਜਾਂਦੇ ਸੀ ਨਹੀਂ ਸਾਹਿਬ, ਉੱਥੇ ਨੱਚੀ ਜਾਂਦੇ ਸੀ ਸਾਰੇ, ਅਕਸ਼ਤ ਲਈ ਫਿਰਦੇ ਸੀਗੇ ਗਿੱਦੜ ਵਿੱਚ ਜੀ, ਅਕਸ਼ਤ ਦੇਣ ਆਏ ਆ ਜੀ, ਰਾਮ ਮੰਦਿਰ ਚੱਲਣਾ ਹੈ ਜੀ, ਉਹਦਾ ਇਹਨਾਂ ਨੂੰ ਹਿੰਦੂ ਧਰਮ ਯਾਦ ਆ ਗਿਆ। ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿਹੜੀਆਂ ਸੈਕੂਲਰਿਜ਼ਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਕਾਂਗਰਸ ਪਾਰਟੀ 'ਚ, ਸਾਰੇ ਕਰਦੇ ਆ ਜੀ ਰਾਜਨੀਤਿਕ, ਮੈਂ ਤੁਹਾਨੂੰ ਪਾਰਟੀ ਦਾ ਕਿਤੇ ਨਾਂ ਲਿਆ ਸਾਹਿਬ, ਮੈਂ ਕਹੀ ਜਾਂਦਾ ਵੀ ਰਾਜਨੀਤੀ 'ਚ ਇਹ ਜੇ ਲੋਕਾਂ ਨੂੰ ਆਪਾਂ ਲੈ ਕੇ ਆ ਗਏ ਜਿਹੜੇ ਪਖੰਡ ਕਰਦੇ ਆ ਸਾਹਿਬ, ਸੁਨੀਲ ਜੋ ਕੁਛ ਹੈ ਜੇ ਜਾ ਕੇ ਸਾਹਮਣੇ ਖੜਾ ਹੈ ਸਾਹਿਬ, ਐਨ ਸੱਚਾ ਸੁੱਚਾ ਬੋਲੇ ਕੋਈ, ਕਿਹੜੀ ਗੱਲ 'ਤੇ ਕਿਹੜੇ 'ਤੇ ਮੇਰੇ 'ਚ ਨੁਕਸ ਕੱਢਦੇ, ਮੈਂ ਜੇ ਜਾ ਖੜਾ ਉਹ ਜੇ ਖੜਾ ਸਾਹਿਬ, ਕਿਸੇ ਨੂੰ ਚੰਗੀ ਲੱਗੇ ਮਾੜੀ ਲੱਗੇ ਠੀਕ ਹੈ, ਮੈਂ ਉਹਦੀ ਆਈ ਹੈਵ ਪ੍ਰਾਈ ਪੇਡ ਦਾ ਪ੍ਰਾਈਸ ਫੋਰ ਇਟ,
ਉਹ ਮੈਨੂੰ ਸਿਖਾਉਣਗੇ ਸਭ। ਮੈਂ ਤਾਂ ਕਹਿੰਦਾ ਹਮ ਤੋਂ ਲੁੱਟ ਗਏ ਤੇਰੇ ਪਿਆਰ ਮੇਰ ਤੁਝ ਕੋ ਖਬਰ ਕਬ ਹੋ ਗਈ। ਅਸੀਂ ਤਾਂ ਮੇਰੇ ਤਾਂ ਮਗਰਾ ਡਾਂਗ ਲੈ ਕੇ ਸੁਖਬੀਰ ਬਾਦਲ ਹੋਰ ਪਏ ਕਿਉਂ ਫਿਰਦੇ ਸੀ, ਯਾਦ ਹੈ? ਬਾਦਲ ਸਾਹਿਬ ਤਾਂ ਚਲੋ ਅੱਜ ਹੈ ਨਹੀਂ ਜੀ, ਮੇਰੇ ਰਾਜਨੀਤਿਕ ਫਰਕ ਰਹੇ ਸੀਗੇ। ਮੈਂ ਸਮਝਦਾ ਵੀ ਇਸ ਮੇਰੇ ਦੇਖਣ ਦੇ ਵਿੱਚ ਬਾਦਲ ਸਾਹਿਬ ਰਾਜਨੀਤੀ 'ਚ ਕਿਸੇ ਬੰਦੇ ਦਾ ਕੋਈ ਇੱਜ਼ਤ ਸਤਿਕਾਰ ਕਰਦੇ ਸੀ ਤਾਂ ਮੇਰਾ ਸਭ ਤੋਂ ਜ਼ਿਆਦਾ ਮੇਰੀ ਚੌਧਰੀ ਹੈਸੀਅਤ ਤੋਂ ਫਾਲਤੂ ਕਰਦੇ ਸੀਗੇ। ਪਰ ਜਦੋਂ ਆਹ ਮੁੱਦਾ ਆਇਆ, ਜਦੋਂ ਬੇਅਦਬੀ ਦਾ ਮੁੱਦਾ ਆਇਆ, ਜਦੋਂ ਆਹ ਸਾਰਾ ਇੱਥੇ ਬਰਗਾੜੀ ਕਾਂਡ ਹੋਇਆ, ਮੁੱਦਾ ਕਿਹਨੇ ਚੱਕਿਆ? ਸੁਨੀਲ ਜਾਖੜ ਨੇ। ਅਤੇ ਹੋਇਆ ਕਿ ਬਾਦਲ ਸਾਹਿਬ ਅਤੇ ਸੁਖਬੀਰ ਬਾਦਲ ਪੰਚਕੋਸੀ ਸਾਡਾ ਪਿੰਡ ਹੈ, ਸਾਡੇ ਘਰ ਦੇ ਅੱਗੇ ਜਾ ਕੇ ਉਹਨਾਂ ਨੇ ਤੰਬੂ ਲਾਇਆ ਦੋਨਾਂ। ਬਾਦਲ ਸਾਹਿਬ ਨੇ, ਮੈਨੂੰ ਅੱਜ ਵੀ ਉਸ ਗੱਲ ਦਾ ਦਰਦ ਹੈ, ਬਾਦਲ ਸਾਹਿਬ ਨੇ ਅਤੇ ਸੁਖਬੀਰ ਬਾਦਲ ਹੋਰਾਂ ਨੇ ਖੜ੍ਹ ਕੇ ਕਿਹਾ ਮੈਂ ਸੁਨੀਲ ਜਾਖੜ ਦੇ ਹੱਥਕੜੀਆਂ ਪਵਾ ਕੇ ਇੱਥੇ ਘੜੀਸ ਕੇ ਲੈ ਕੇ ਜਾਊਂਗਾ ਇੱਥੋਂ। ਕਿਸ ਕਰਕੇ? ਕਿਉਂਕਿ ਸੁਨੀਲ ਜਾਖੜ ਨੇ ਆਹ ਨਹੀਂ ਦੇਖਿਆ ਮੈਂ ਤਾਂ ਹਿੰਦੂ ਹਾਂ, ਮੈਂ ਕੀ ਲੈਣਾ ਦੇਣਾ। ਸੁਨੀਲ ਨੇ ਜਾਖੜ ਨੇ ਉਹ ਗੱਲ ਕੀਤੀ ਵੀ ਧਰਮ ਦੇ ਉੱਤੇ ਆ ਫਰਕ ਪਾ ਰਹੇ ਆ ਇਹ ਲੋਕ ਅੱਜ ਜਾ ਕੇ। ਇਹ ਤੁਹਾਡਾ ਕੀ ਖਿਆਲ ਹੈ? ਇਹ ਜਾ ਜਾ ਕੇ ਜਿਹੜੇ ਫੋਟੋਆਂ ਖਿਚਾ ਕੇ ਇਹ ਰਾਮ ਮੰਦਿਰ 'ਚ, ਇਹਨਾਂ ਨੂੰ ਲੋਕ ਇਹਨਾਂ ਨੂੰ ਭੁੱਲ ਜਾਣਗੇ ਵੀ ਇਹਨਾਂ ਲੋਕਾਂ ਨੇ ਹਿੰਦੂ ਸਿੱਖ ਵਾਲੀ ਅੱਗ ਇਹਨਾਂ ਲੋਕਾਂ ਨੇ ਲਾਈ ਹੈ? ਨਾ ਪੁੱਛੋਗੇ ਕਿ ਮੈਂ ਨਾ ਦੱਸਾਂ? ਅੱਜ ਮੈਂ ਤਿੰਨਾਂ ਦੇ ਹਲਕਿਆਂ 'ਚ ਜਾ ਕੇ ਦੱਸੂੰਗਾ ਉੱਥੇ। ਇਹ ਜਿਹੜੇ ਲੋਕਾਂ ਨੇ ਆਹ ਸਵਾਲ ਚੱਕੇ ਸੀ ਨਾ ਆਂਟੀ ਕੋਲ ਜਾ ਕੇ ਅਤੇ ਆਂਟੀ ਤੋਂ ਘੁਆਇਆ, ਉਹ ਇਹ ਜਿਹੜੇ ਲੋਕ ਸੀ ਇਹਨਾਂ ਦੇ ਹਲਕਿਆਂ 'ਚ ਜਾ ਕੇ ਮੈਂ ਕਹੂੰਗਾ ਸਰ। ਅਤੇ ਇਕੱਲੀ ਕਰਪਸ਼ਨ ਪੈਸੇ ਨਾਲ ਨਹੀਂ ਹੁੰਦੀ ਸਭ, ਇਕੱਲੀ ਕਰਪਸ਼ਨ, ਕਰਪਸ਼ਨ ਇਜ਼ ਮੋਰਲ ਕਰਪਸ਼ਨ ਆਲਸੋ। ਇਹ ਚਰਿੱਤਰਹੀਨ ਜਿਹੜੇ ਲੋਕ ਹੈ ਸਭ, ਫਿਰ ਉਹੀ ਗੱਲ ਆ ਜਾਊਗੀ ਸੁਨੀਲ, ਹਰੇਕ ਥਾਂ ਸਭ ਕਰਨਾਟਕ 'ਚ ਅੱਜ ਕੀ ਅੱਗ ਲੱਗੀ ਪੜੀ ਪਈ ਹੈ, ਇਸੇ ਗੱਲ ਦੀ ਹੈ ਨਾ ਵੀ ਇਸ ਕਿਸਮ ਦੇ ਲੋਕ ਰਾਜਨੀਤੀ 'ਚ ਆ ਗਏ। ਯੂਪੀ ਦੇ ਅੰਦਰ, ਹਿਸਾਰ ਆਪਣੇ ਇੱਥੇ ਤੁਹਾਡੇ ਹਰਿਆਣੇ ਦੇ ਅੰਦਰ, ਆਹ ਪੰਜਾਬ ਦੇ ਅੰਦਰ, ਇਹਨਾਂ ਲੋਕਾਂ ਨੂੰ ਫਿਰ ਵੋਟ ਪਾਉਣਗੇ ਸਭ। ਸੋ ਤੁਸੀਂ ਜਿਹੜਾ ਇਹ ਲਬੋ ਲਬਾਬ ਹੈ ਗੱਲ ਦਾ, ਜਿਹੜਾ ਤੁਸੀਂ ਵਾਰ ਵਾਰ ਜ਼ਿਕਰ ਕਰਦੇ ਹੋ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਇਹ ਧਾਰਨਾ ਚੱਲੀ ਆ ਰਹੀ ਵੀ ਇੱਕ ਤਾਂ ਪਗੜੀ ਧਾਰੀ ਨਹੀਂ ਚੱਲਦੀ, ਇੱਕ ਸਿੱਖ ਸਿਰ। ਇੱਕ ਮਿੰਟ ਸਾਹਿਬ, ਮੈਨੂੰ ਮੇਰੀ ਐਥਿਕਸ 'ਚ ਸਵਾਲ ਪੰਜਾਬ ਦੇ ਅੰਦਰ ਰਾਜਨੀਤੀ 'ਚ ਚੱਲੀ ਆ ਰਹੀ ਹੈ, ਮੈਂ ਨਹੀਂ ਕਹਿੰਦਾ ਕਿ ਕੋਈ ਰਾਜਨੀਤੀ 'ਚ ਹੋਣੀ ਹੈ ਸਾਹਿਬ, ਕਿਤੇ ਚੱਲਦੀ ਹੋਣੀ ਹੈ। ਪਰ ਸੁਨੀਲ ਨੂੰ ਜੇ ਕੋਈ ਸਵਾਲ ਪੁੱਛ ਸਕਦਾ ਇਸ ਗੱਲ ਦਾ ਜੀ, ਉਹ ਹੈ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦਾ ਹੱਕ ਹੈ, ਉਹ ਕਹਿ ਸਕਦੇ ਆ ਵੀ ਸੁਨੀਲ ਇਹ ਜੀ ਗੱਲ ਕਿਉਂ, ਕਿਉਂਕਿ ਇਕੱਲੇ ਉਹ ਵਾਹਿਦ ਸ਼ਖਸ ਸੀਗੇ ਜਦੋਂ ਉਹਨੇ ਅੰਬਿਕਾ ਸੋਨੀ ਜੀ ਨੇ ਉੱਥੇ ਕਿਹਾ ਵੀ ਹਿੰਦੂ ਨਾਲ ਨੂੰ ਸੁਨੀਲ ਜਾਖੜ ਨੂੰ ਬਣਾਤਾ ਅਤੇ ਅੱਗ ਲੱਗ ਜੂਗੀ ਪੰਜਾਬ 'ਚ। ਹਰਪ੍ਰੀਤ ਗਿਆਨੀ ਜੀ ਦਾ ਉਹ ਅਕਾਲ ਤਖਤ ਜਥੇਦਾਰ ਸਾਹਿਬ ਨੇ ਉਹ ਦਿਨ ਇਹ ਜੇ ਅੱਖਰ ਬੋਲੇ, ਉਹ ਗੋਲਡਨ ਵਰਡਸ ਜਿਹੜੇ ਸੀਗੇ ਸੋਨੇ 'ਚ ਲਿਖੇ ਜਾਣੇ ਅੱਖਰ ਹੈ, ਕਹਿੰਦਾ ਪੰਜਾਬ ਦੇ ਅੰਦਰ ਹਿੰਦੂ ਸਿੱਖ ਦਾ ਕੋਈ ਸਵਾਲ ਨਹੀਂ, ਕਾਬਲ ਆਦਮੀ ਹੋਣਾ ਚਾਹੀਦਾ ਸਰ। ਆਹ ਹੋਈ ਨਾ ਗੱਲ ਸਿੱਖੀ ਵਾਲੀ, ਇਹ ਪਗੜੀਆਂ ਧਰ ਧਰ ਕੇ ਸਿੱਖੀ ਬਣੀ ਜਾਂਦੇ, ਉਹ ਕੀ ਕੋਈ ਮੇਰੇ 'ਤੇ ਇਲਜ਼ਾਮ ਕਿਸੇ ਸਾਵੇਂ ਬੰਦੇ ਤੋਂ ਲਵਾਉਣਾ ਸੀਗਾ? ਕਮਾਲ ਕਰੀ ਜਾਂਦੇ ਹੋ ਤੁਸੀਂ, ਜਿਹੜੇ ਟੋਟਲ ਨਕਲੀ ਹੈ। ਉੱਥੇ ਲੁਧਿਆਣੇ ਲੱਗਦਾ ਵੀ ਸ਼ਹਿਰ 'ਚ ਹਿੰਦੂ ਵੋਟਾਂ ਹੈ, ਟੋਪੀ ਪਾ ਕੇ ਆ ਜਾਂਦੇ ਹੈ, ਸਿੱਖ ਹਲਕੇ 'ਚ ਜਾਣਗੇ ਉੱਥੇ ਜਾਣਗੇ ਉੱਧਰਲੇ ਪਾਸੇ ਆਪਣੇ ਅਲੀ ਸਾਹਿਬ ਵਾਲੇ ਉੱਥੇ ਜਾ ਕੇ ਪੱਗ ਬੰਨ ਲੈਣਗੇ। ਤੁਸੀਂ ਤੇ ਕਾਂਗਰਸ ਦੀ ਸਿਆਸਤ ਨੂੰ ਬੜਾ ਡੂੰਘਾਈ ਨਾਲ ਜਾਣਦੇ ਹੋ, ਕਿਉਂ ਇਹ ਫੇਰ ਬਦਲ ਕੀਤਾ ਗਿਆ, ਰੱਦੋ ਬਦਲ ਕੀਤਾ ਕਿ ਕਿਹਨੂੰ ਇੱਧਰ ਭੇਜ ਦਿਓ ਉਹਨੂੰ ਉੱਧਰ ਭੇਜ ਦਿਓ? ਕਾਂਗਰਸ ਦੀ ਗੱਲ ਨਹੀਂ ਸਾਹਿਬ, ਪਾਰਟੀ ਕੀ ਚੀਜ਼ ਹੁੰਦੀ ਹੈ ਸਾਹਿਬ? ਪਾਰਟੀ ਕੋਈ ਇੱਕ ਸਿੰਬਲ ਨਹੀਂ ਸਾਹਿਬ, ਫੁੱਲ ਦਾ ਨਿਸ਼ਾਨ ਜਾਂ ਹੱਥ ਦਾ ਨਿਸ਼ਾਨ ਕੋਈ, ਆਹ ਪਾਰਟੀ, ਪਾਰਟੀ ਬੰਦਿਆਂ ਨਾਲ ਪਾਰਟੀ ਬਣਦੀ ਹੈ ਸਰ ਜੀ, ਬੰਦਿਆਂ ਨਾਲ ਪਾਰਟੀ ਹੁੰਦੀ ਹੈ। ਜੇ ਜੇ ਬੰਦੇ ਆ ਜਾਣਗੇ, ਜੇ ਜੇ ਕੈਲੀਬਰ ਵਾਲਾ, ਤੁਹਾਨੂੰ ਯਾਦ ਹੈ ਜਦੋਂ ਰੌਲਾ ਪਿਆ ਸੀ ਆਹ ਜਿਹੜਾ ਇਹਨਾਂ ਦਾ ਬਿਆਨ ਆਇਆ ਸੀਗਾ ਅੰਬਿਕਾ ਜੀ ਦਾ, ਮੈਂ ਕੀ ਕਿਹਾ ਸੀਗਾ ਵੀ ਰੌਲਾ ਕਾਂਗਰਸ ਦੀ ਫਿਲੋਸਫੀ ਨਹੀਂ, ਆ ਇਹਨਾਂ ਲੋਕਾਂ ਦੀ ਫਿਲੋਸਫੀ ਹੈ, ਜਿਹੜੇ ਛੋਟੀ ਸੋਚ ਦੇ ਲੋਕ ਰੈਂਗ ਕੇ ਵੱਡੇ ਅਹੁਦਿਆਂ ਤਾਂ ਪਹੁੰਚ ਗਏ,
ਉਹਨਾਂ ਦੀ ਸੋਚਦਾ ਹੈ। ਬਾਕੀ ਪਾਰਟੀਆਂ ਸਾਰੀਆਂ ਦੀ ਆਪਣੇ ਆਪਣੇ ਆਈਡੀਆਲੋਜੀ 'ਤੇ ਖੜੀਆਂ ਸਭ। ਹਲਕੇ ਲੋਕ ਉੱਚੀਆਂ ਕੁਰਸੀਆਂ 'ਤੇ ਜਾ ਕੇ ਬਹਿ ਗਏ, ਫੈਸਲੇ ਲੈਣ ਵਾਲੀ ਪੁਜੀਸ਼ਨਾਂ 'ਚ ਆ ਗਏ, ਉਹਦਾ ਖਾਮਿਆਜ਼ਾ ਭੁਗਤੀ ਜਾਂਦੇ ਆ। ਕਿਤੇ ਕੋਈ ਸਾਵਾਂ ਲੀਡਰ ਆ ਜਾਂਦਾ ਨਾਲ ਲੈ ਕੇ ਚੱਲਦਾ, ਪਾਰਟੀ ਨੂੰ ਅੱਗੇ ਤੋਰ ਕੇ ਲੈ ਜਾਂਦਾ, ਇਹ ਜੇ ਕੋਈ ਆ ਜਾਂਦੇ ਬੈਕ ਗੇਅਰ ਲਾ ਕੇ ਬਹਿ ਜਾਂਦੇ, ਉਹਦਾ ਵੀ ਜਾਖੜ ਸਾਹਿਬ। ਮੇਰੇ ਸਵਾਲਾਂ ਦੀ ਲਿਸਟ ਦੇ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਮੈਂ ਸੋਚਿਆ ਸੀ ਕਿ ਮੈਂ ਪੁੱਛੂੰਗਾ ਤੁਹਾਨੂੰ ਕਿ ਕਦੇ ਤੁਹਾਨੂੰ ਕਾਂਗਰਸ ਛੱਡਣ ਦਾ, ਬੀਜੇਪੀ ਜੁਆਇਨ ਕਰਨ ਦਾ ਰਿਗਰੈਟ ਤਾਂ ਨਹੀਂ ਹੈ, ਪਰ ਤੁਹਾਡੀ ਹੁਣ ਤੱਕ ਦੀ ਗੱਲਬਾਤ ਤੋਂ ਨਹੀਂ ਲੱਗ ਰਿਹਾ। ਤਾਂ ਤੁਸੀਂ ਕਾਂਗਰਸ ਨੂੰ ਲਾ ਕੇ, ਦੇਖੋ ਇੱਕ ਗੱਲ ਸੁਣੋ ਸਾਹਿਬ, ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਲੈ ਕੇ ਬਹੁਤ ਮੇਰਾ ਰੌਲਾ ਲੀਡਰ ਨਾਲ ਸੀਗਾ ਸਾਹਿਬ। ਮੈਂ ਜਿਹੜਾ ਸੀ, ਮੈਂ ਕਾਂਗਰਸ ਪਾਰਟੀ ਇੱਕ ਗੱਲ ਹੈ ਗੌਰਵ ਜੀ, ਮੈਂ ਪਿਛਲੀ ਵਾਰੀ ਵੀ ਆਪਾਂ ਇੱਥੇ ਖਾਸੇ ਟਾਈਮ ਲੈ ਕੇ ਗਏ, ਤੁਸੀਂ ਤੁਹਾਡਾ ਸਵਾਲ ਇੱਥੇ ਆ ਕੇ ਫਸ ਗਿਆ ਵੀ ਚੀਫ ਮਿਨਿਸਟਰ 'ਚ ਫਸ ਗਿਆ ਤੁਸੀਂ, ਮੇਰੇ ਖਿਆਲ 10 ਮਿੰਟਾਂ ਦੇ ਲੈ ਮੈਂ ਕਰਦਾ ਕਲੀਅਰ ਤੁਹਾਨੂੰ ਸਾਹਿਬ। ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਚੀਫ ਮਿਨਿਸਟਰੀ ਕਰਕੇ ਨਹੀਂ ਛੱਡੀ। ਚੀਫ ਮਿਨਿਸਟਰ ਵਾਲਾ ਫੈਸਲਾ ਸਪਟੈਂਬਰ ਅਕਤੂਬਰ 'ਚ ਹੋਇਆ ਸੀ ਸ਼ਾਇਦ, ਹਾਂਜੀ। ਸੁਨੀਲ ਜਾਖੜ ਨੇ ਪਾਰਟੀ ਛੱਡੀ 17 ਮਈ ਨੂੰ, ਕਿਉਂ ਚੀਫ? ਉਹਦੇ ਬਾਅਦ ਤਾਂ ਮੈਨੂੰ ਸਾਰਾ ਕੁਛ ਬਣਾਈ ਜਾਂਦੇ ਸੀ ਵੀ ਡਿਪਟੀ ਚੀਫ ਮਿਨਿਸਟਰ ਬਣ ਜਾ, ਆਹ ਮਹਿਕਮਾ ਲਾ ਲਾ, ਵੋ ਲਾ। ਮੈਂ ਕਿਹਾ ਮੈਂ ਦੁਕਾਨ ਖੋਲ੍ਹਣੀ ਹੈ, ਮੈਂ ਮਹਿਕਮੇ ਲੈ ਕੁਛ ਨਹੀਂ, ਮੈਂ ਜੇ ਇਸ ਕਿਸਮ ਦੇ ਲੋਕਾਂ ਨਾਲ ਮੇਰੇ ਨਹੀਂ ਬਣ, ਜਿਹਨਾਂ ਨਾਲ ਇਹ ਜੇ ਲੋਕ ਹੈ ਮੇਰੇ, ਜੇ ਹਿੰਦੂ ਸਿੱਖ ਦੀ ਗੱਲ ਕਰਨ ਲੱਗੇ ਗੱਲ ਬਾਤ ਇਹਨਾਂ ਲੋਕਾਂ ਨਾਲ ਹੀ ਪਊਗਾ ਪਾਰਟੀ 'ਚ, ਮੈਂ ਨਹੀਂ ਇਲੈਕਸ਼ਨ ਲੜਦਾ, ਮੈਂ ਘਰੇ ਬਹਿ ਗਿਆ ਸੀਗਾ। ਮੈਂ ਪਾਰਟੀ ਛੱਡੀ ਸਾਹਿਬ, ਮੈਨੂੰ 50 ਸਾਲਾਂ ਦੇ ਬਾਅਦ ਕਾਂਗਰਸ ਪਾਰਟੀ ਲੀਡਰਸ਼ਿਪ ਨੇ ਇਸ ਕਾਬਲ ਨਹੀਂ ਸਮਝਿਆ ਵੀ ਮੇਰੇ ਨਾਲ ਕੋਈ ਉਹਨਾਂ ਨੂੰ ਗਿਲਾ ਸ਼ਿਕਵਾ ਸੀਗਾ ਵੀ ਮੈਂ ਅੰਬਿਕਾ ਸੋਨੀ ਨੂੰ ਜਾਂ ਕਿਸੇ ਇਹਨਾਂ ਦੇ ਐਸੈਟ ਪ੍ਰਤੀ ਮੈਂ ਕੁਛ ਕਹਿਤਾ, ਅਤੇ ਨੋਟਿਸ ਦੇਈ ਜਾਂਦੇ ਸਭ। ਫੋਨ ਚੱਕ ਕੇ ਨਹੀਂ ਕਹਿ ਸਕਦੇ ਸੁਨੀਲ ਜਾ ਖੜਾ ਤਾਂ ਛੱਡ ਯਾਰ ਵਿਚਾਰੀ ਦਾ, ਅੰਬਿਕਾ ਸੋਨੀ ਦਾ ਪਿੱਛਾ ਛੱਡ, ਮੈਂ ਛੱਡ ਦਿੰਦਾ। ਨੋਟਿਸ ਦੇ ਰਿਹਾ ਮੈਨੂੰ 50 ਸਾਲਾਂ ਦੇ ਬਾਅਦ ਸਾਹਿਬ, ਕਹਿੰਦਾ ਚੋਰ ਕਿਆ ਚੋਰ ਹੈ ਜੋ ਹਮਕੋ ਦਰਬਾਨ ਤੁਹਾਰਾ ਰੋਕੇ। ਸ਼ੇਰ ਹੈ ਸਾਹਿਬ ਕਹਿੰਦਾ ਕਿਆ ਚੋਰ ਹੈ ਜੋ ਹਮਕੋ ਦਰਬਾਨ ਤੁਹਾਰਾ ਰੋਕੇ, ਕਹਿ ਦਿਓ ਕਿ ਹਮ ਤੋਂ ਜਾਣੇ ਪਹਿਚਾਣੇ ਆਦਮੀ ਹੈ। ਸਭ 50 ਸਾਲਾਂ ਦੇ ਬਾਅਦ ਸੁਨੀਲ ਜਾਖੜ ਨੂੰ ਨੋਟਿਸ ਭੇਜ ਕੇ ਗੱਲ ਕਰਦੇ ਹੈ। ਫਿਰ ਮੈਂ ਕਿਹਾ ਚੱਕੋ ਤੁਹਾਡੇ ਸਾਰੇ ਕਈ ਸਾਥੀ ਆਏ ਸੀਗੇ, ਇੱਕ ਬੰਦਾ ਇਹਨਾਂ 'ਚ ਜਿਹੜਾ ਆਇਆ, ਸਭ ਤੋਂ ਪਹਿਲਾਂ ਮੈਂ ਨਾਂ ਲੈ ਦਿਆਂ, ਜਿਹਦੀ ਮੰਜੀ ਠੋਕੀ ਪਈ ਹੈ ਲੁਧਿਆਣੇ ਦੇ ਅੰਦਰ, ਇੱਕ ਵਾਹਿਦ ਆਦਮੀ ਆਇਆ ਸੀਗਾ ਮੇਰੇ ਕੋਲ, ਆਸ਼ੂ। ਉਹ ਕਹਿੰਦਾ ਜਾਖੜ ਸਾਹਿਬ ਐਂ ਨਾ ਕਰੋ, ਤੁਸੀਂ ਲਿਖ ਕੇ ਪਹਿਲਾਂ ਕਿ ਭੇਜ ਦਿਓ ਵੀ ਮੈਂ ਇਹਨਾਂ ਚਾਰਜਿਸ ਨੂੰ ਖਾਰਜ ਕਰਦਾ। ਮੈਂ ਕਿਹਾ ਮੈਂ ਤੂੰ ਖਾਰਜ ਕਰਨ ਦੀ ਗੱਲ ਕਰੀ ਜਾਂਦਾ ਆਸ਼ੂ, ਮੇਰੇ ਤਾਂ ਮਰਨਾ ਉਸੇ ਦਿਨ ਹੋ ਗਿਆ ਵੀ ਇਹਨਾਂ ਨੇ ਨੋਟਿਸ ਭੇਜਤਾ ਮੈਨੂੰ, ਜਵਾਬ ਨਾ ਜਵਾਬ ਮੈਂ ਮੇਰੇ ਫਾਇਲ ਆ ਦੇਣਗੇ, ਮੈਂ ਇਹਨਾਂ ਤੋਂ ਦਾਣੇ ਤੁਲਾਨਾ। ਮੈਂ ਪਾਰਟੀ 'ਚ 50 ਸਾਲ ਪਾਰਟੀ ਨੇ ਬਹੁਤ ਦਿੱਤਾ ਸਾਹਿਬ, ਪੂਰਾ ਇੱਜ਼ਤ ਮਾਨ ਦਿੱਤਾ ਇਹਨੇ, ਇਹਨਾਂ ਨੂੰ ਤਾਂ ਮੇਰੇ ਖਿਆਲ ਰਾਹੁਲ ਗਾਂਧੀ ਥੜੇ ਨਹੀਂ ਚੜ੍ਹਨ ਦਿੰਦਾ ਸੀ ਜਿਹੜੇ ਅੱਜ ਤੁਰੇ ਫਿਰਦੇ। ਮੇਰੇ ਉਹਦੇ ਨਾਲ ਨਿੱਜੀ ਸੰਬੰਧ ਸੀਗੇ ਸਾਹਿਬ, ਆਈ ਹੈਡ ਰਿਸਪੈਕਟ ਫੋਰ ਹਿਮ। ਪਰ ਮੈਂ ਕਿਹਾ ਮੈਨੂੰ ਆਹ ਨੋਟਿਸ ਦੇਈ ਜਾਂਦੇ ਵੀ ਮੈਂ ਗੱਲ ਕਰਨ ਦੇ ਲਾਇਕ ਨਹੀਂ। ਫਿਰ ਮੈਂ ਅਸੀਂ ਸਾਹਿਬ ਗੈਰਤ ਵਾਲੇ ਆਦਮੀ ਹੈ, ਇਹਨਾਂ ਵਾਂਗੂ ਐਂ ਤਾਂ ਨਹੀਂ ਵੀ ਕਿਸੇ ਪੈਰਾਂ 'ਚ ਜਾ ਕੇ ਪੈ ਜਾਈਏ, ਟੋਪੀ ਲਾ ਕੇ ਬਦਲ ਲਈਏ, ਕਿਤੇ ਪਗੜੀ ਲਾ ਲਈਏ। ਰਸਤਾ ਸਾਹਿਬ ਜੇ ਕਹਾਂ ਉਹ ਜੇ ਖੜੇ ਆ ਲੱਠ ਵਰਗੇ, ਕਿਸੇ ਨੂੰ ਪਸੰਦ ਹੈ ਉਹ। ਇੰਗਲਿਸ਼ 'ਚ ਇਹ ਕਹਾਵਤ ਹੈ, ਕਹਿੰਦੀ ਵਨ ਯੂ ਬਾਏ ਅ ਪਿਗ ਯੂ ਬਾਏ ਅ ਪਿਗ ਵਿਦ ਆਲ ਇਸ ਫੋਲਟਸ। ਜਦੋਂ ਕੋਈ ਚੀਜ਼ ਲੈਣ ਜਾਂਦੇ ਹੋ, ਆਈ ਐਮ ਦ ਵੇ ਆਈ ਐਮ, ਮੇਰੇ 1,500 ਨੁਕਸ ਹੈ, ਕੋਈ ਮੇਰਾ ਉਹਨਾਂ ਦੇ ਬਾਵਜੂਦ ਮੇਰਾ ਦੋਸਤ ਤਾਂ ਹੈ, ਪਰ ਨਹੀਂ ਹੈ ਤਾਂ ਭਾਈ ਉਹਨੂੰ ਨਹੀਂ ਪਸੰਦ, ਮੈਂ ਤਾਂ ਇਹਦੇ ਵਰਗਾ ਹੀ ਹਾਂ। ਸੋ ਦੈਟ ਇਜ਼ ਦਾ ਇਸ਼ੂ ਸਾਹਿਬ। ਇਹ ਤਾਂ ਤੁਸੀਂ ਕਹਾਣੀਆਂ ਬਣਾ ਲਈਆਂ ਵੀ ਚੀਫ ਮਿਨਿਸਟਰ ਲੈ ਜਾਓ, ਮੇਰੇ ਤਾਂ ਫਿਰ ਉਹੀ ਗੱਲ ਆ ਜਾਂਦੀ, ਮੈਂ ਤਾਂ ਇਹਨਾਂ ਗੱਲਾਂ 'ਚ ਯਕੀਨ ਨਹੀਂ ਕਰਦਾ। ਕੋਈ ਇਸ ਕਰਕੇ ਵਾਰਿਸ ਬਣਿਆ ਬੈਠਾ ਵੀ ਮੇਰੇ ਲਿਖਿਆ ਹੈ, ਕੋਈ ਕੁਰਸੀ ਇੱਕ ਹੈ ਪਾਏ ਚਾਰ ਹੈ, ਅਤੇ ਪਾਏ ਕੱਢ ਕੇ ਲਿਜਾਣ ਨਾਲ ਤਾਂ 4-5 ਐਸ ਲੈ ਗਏ, ਇੱਕ ਖਿੱਚ ਕੇ ਹੁਣ ਤੁਰੇ ਫਿਰਦੇ ਆ ਇੱਥੇ ਸਾਰੇ ਆਪਸ 'ਚ ਭਾਲਦੇ ਫਿਰਦੇ ਆ। ਇਹ ਤੁਸੀਂ ਜਾਣਦੇ ਹੋ ਨਾ ਜੀ, ਜਾਂ 5 ਪਾਇਆਂ ਵਾਲੀ ਕੁਰਸੀ ਹੈ,
ਇੱਥੇ ਸਾਰੇ ਇੱਕ ਇੱਕ ਪਾਇਆ ਕੱਢੀ ਫਿਰਦੇ ਉਸ ਪਾਏ ਨਾਲ ਕਰਨਗੇ ਕੀ ਮਾਰਨਗੇ ਇੱਕ ਦੂਜੇ ਦੇ ਸਿਰ 'ਚ ਲੜਨਗੇ ਉਹ ਤਾਂ ਬੋਲਦੇ ਹੀ ਹੈ ਕਿ ਸਾਡੀ ਇੱਛਾ ਹੈ ਅਸੀਂ ਤਾਂ ਬਣਨਾ ਉਹ ਇੱਛਾ ਤਾਂ ਹੋਣੀ ਹੈ ਔਨ ਰਿਕਾਰਡ ਬੋਲ ਇੱਛਾ ਹੈ ਸਭ ਇੱਛਾ ਅੱਛੀ ਬਣਨਾ ਇੱਛਾ ਹੋਣੀ ਚਾਹੀਦੀ ਹੈ ਨਹੀਂ ਤਾਂ ਸੰਤ ਬਣ ਜੇ ਚੋਗਾ ਪਾ ਕੇ ਬਹਿ ਗਏ ਹਿਮਾਲੇ ਜਾ ਕੇ ਜਾ ਵੜੋ ਵੀ ਹੋ ਗਈ ਜੀ ਸੰਤੁਸ਼ਟੀ ਇੱਛਾ ਹੋਣੀ ਚਾਹੀਦੀ ਹੈ ਪਰ ਐਂ ਥੋੜ੍ਹੀ ਇੱਛਾ ਹੁੰਦੀ ਹੈ ਵੀ ਕਰ ਪੁੱਕ ਕੇ ਚਮਾਸ਼ਾ ਦੇਖਣਾ ਵੀ ਆਹ ਝੁੱਗਾ ਜਪ ਸਾੜ ਦਿਓ ਵੀ ਗਲੀਆਂ ਹੁਣ ਸੁਣੀਆਂ ਮੈਂ ਪ੍ਰਤਾਪ ਬਾਜਵਾ ਨੇ ਬਹੁਤ ਪਹਿਲਾਂ ਕਿਹਾ ਸੀ ਇਹਨਾਂ ਦੀ ਮੈਂ ਕਿਹਾ ਫਿਲੋਸਫੀ ਹੈ ਕਹਿੰਦਾ ਗਲੀਆਂ ਹੁਣ ਸੁਣੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ ਮੈਂ ਮਾਂਝ ਦੂੰਗਾ ਉਹ ਇਹਨਾਂ ਦਾ ਹਾਲ ਹੋਇਆ ਸਾਹਿਬ ਛੱਡੋ ਆਜੋ ਬੀਜੇਪੀ ਵਾਲੇ ਪਾਸੇ ਆਜੋ ਤੁਸੀਂ ਮੈਨੂੰ ਕੱਟ ਕਰੇ ਜੇ ਬਿਠਾ ਕੇ ਪੰਗਾ ਛੇੜ ਲਿਆ ਤੁਸੀਂ ਗੱਲਾਂ ਕੋਈ ਇਹ ਤਾਂ ਬੇਸਿਕਲੀ ਇਹ ਕਿਹੜਾ ਜੱਖੜ ਸਾਹਿਬ ਕੋਈ ਮੁਕੱਦਮਾ ਮੈਂ ਸਮਝਦਾ ਸਾਹਿਬ ਉਹ ਮੈਂ ਮਜ਼ਾਕ ਵੀ ਉੱਚੀ ਆਵਾਜ਼ 'ਚ ਕਰੀਆ ਨਾ ਤੁਸੀਂ ਆ ਨਾ ਮੈਂ ਨਹੀਂ ਉਹ ਕੋਈ ਗੱਲ ਆਪਾਂ ਤਾਂ ਖੈਰ ਬੜੇ ਸਾਲਾਂ ਦੇ ਆਪਣਾ ਵਾਹ ਹੈ ਆਪਾਂ ਇਸੇ ਤਰੀਕੇ ਨਾਲ ਕਰਦੇ ਹਾਂ ਗੱਲਬਾਤ ਤੁਸੀਂ ਚਲੋ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਮੈਂ ਕਾਂਗਰਸ ਤੋਂ ਬੀਜੇਪੀ 'ਤੇ ਆ ਜਾਂਦਾ ਤੁਸੀਂ ਕਾਂਗਰਸ ਦੇ ਵੀ ਪ੍ਰਧਾਨ ਰਹੇ ਅਤੇ ਅੱਜ ਤੁਸੀਂ ਬੀਜੇਪੀ ਨੂੰ ਲੀਡ ਕਰ ਰਹੇ ਹੋ ਪੰਜਾਬ ਦੇ ਵਿੱਚ ਉਹਦੇ ਪ੍ਰਧਾਨ ਹੋ ਕੀ ਫਰਕ ਹੈ ਦੋਨਾਂ 'ਚ ਤੁਸੀਂ ਹੁਣ ਤੱਕ ਕੀ ਮਹਿਸੂਸ ਬਹੁਤ ਫਰਕ ਹੈ ਸਾਹਿਬ ਪਹਿਲੀ ਗੱਲ ਤਾਂ ਦੇਖੋ ਮੈਂ ਜਦੋਂ ਪ੍ਰਧਾਨਗੀ ਕੀਤੀ ਨੇ ਸਾਹਿਬ ਜਦੋਂ ਕਾਂਗਰਸ ਪਾਰਟੀ ਸਰਕਾਰ 'ਚ ਸੀਗੀ ਜੀ ਮੈਂ ਜਿੰਨਾ ਕੁ ਮੈਂ ਦੇਖੀ ਹੈ ਪਾਰਟੀ ਜਿੰਨੇ ਕੁ ਨਜ਼ਦੀਕੀ ਨਾਲ ਦੇਖਿਆ ਸਰਕਾਰ ਆਉਣ ਦੇ ਬਾਅਦ ਸਾਰਿਆਂ ਦਾ ਫੋਕਸ ਮੰਤਰੀਆਂ ਕਾ ਨਹੀਂ ਹੁੰਦਾ ਸਾਹਿਬ ਵੀ ਕੰਮ ਕਰਾਉਣਾ ਜੀ ਕਿਸੇ ਨੇ ਕੋਈ ਰਹਿਤੇ ਦਾ ਠੇਕਾ ਲੈਣਾ ਕਿਸੇ ਨੇ ਕੋਈ ਟਰਾਂਸਪੋਰਟ ਵਾਲਾ ਅੱਜ ਕੱਲ੍ਹ ਕਿਉਂਕਿ ਮੰਡੀਆਂ 'ਚ ਹੁਣ ਕਣਕ ਚੱਕੀ ਜਾਣੀ ਹੈ ਨਾ ਆਹ ਬੜਾ ਧੰਦਾ ਸਾਹਿਬ ਆਹ ਬੜਾ ਧੰਦਾ ਟਰਾਂਸਪੋਰਟ ਵਾਲਾ ਲਿਫਟਿੰਗ ਵਾਲਾ ਉੱਥੇ ਚਰਾਈ ਵਾਲਾ ਉਹ ਇਹ ਜਿਹੜੇ ਲੀਡਰ ਆ ਨਹੀਂ ਇਹ ਉਹ ਜਿਹੜੇ ਵਿਚਾਰੇ ਉੱਥੇ ਪੱਲੇਦਾਰ ਕੰਮ ਕਰਦੇ ਆ ਤਣਕ ਬਰਾਦਰੀ ਵਾਲੇ ਉਹਨਾਂ ਨੂੰ ਜਾ ਕੇ ਪੁੱਛੋ ਵੀ ਕਿਹੜਾ ਕਿਹੜਾ ਲੀਡਰ ਤੁਹਾਡੇ ਤੋਂ ਪੈਸੇ ਲੈਂਦਾ ਉਹ ਵਿਚਾਰਾ ਆਸ਼ੂ ਤਾਂ ਐਵੇਂ ਜੇਲ੍ਹ 'ਚ 7 ਮਹੀਨੇ ਪੀ ਆਇਆ ਦਾਲ ਉੱਥੇ ਦੀ ਜਿਹੜੀ ਆ 200 ਰੁਪਈਆਂ 'ਚ ਬਾਹਰ ਥਾਲੀ ਵੇਚੀ ਜਾਂਦੇ ਸੀ ਰੰਧਾਵਾ ਸਾਹਿਬ ਉਹ 6 ਮਹੀਨੇ ਦਾਲ ਪੀ ਕੇ ਆਏ ਕਿਹਦੇ ਕਰਕੇ ਪੀ ਕੇ ਆਏ ਉਸ ਆਦਮੀ ਨੇ ਆਸ਼ੂ ਨੇ ਯਾਰੀ ਨਿਭਾਈ ਹੈ ਇਹਨਾਂ ਲੋਕਾਂ ਦੀ ਜੇ ਇਹਨਾਂ ਦੇ ਭਗਵੰਤ ਮਾਨ ਹੋਰੀ ਖਾਤੇ ਫਰੋਲਣਗੇ ਨਾ ਇਹ ਜਿਹੜੇ 3-4 ਨਾਮ ਹੈ ਸਾਰੇ ਦੇ ਸਾਰੇ ਠੇਕੇ ਇਹਨਾਂ ਕੋਲ ਸੀਗੇ ਆਹ ਸਾਰੇ ਠੇਕੇ ਆਸ਼ੂ ਜੀ ਪਲੀਜ਼ ਮੇਰਾ ਮਾਰਿਓ ਜੀ ਘੁੱਗੀ ਇੱਧਰ ਮਾਰਿਓ ਜੀ ਇਹ ਮਾਰਿਓ ਉਹ ਮਾਤੜ 6 ਮਹੀਨੇ ਦਾਲ ਪੀ ਆਇਆ ਇਹਨਾਂ ਨੇ ਆ ਕੇ ਹੁਣ ਉੱਥੇ ਚੌਧਰ ਕਰੀ ਜਾਂਦੇ ਹੈ ਸਭ ਕਿੱਥੇ ਕਿੱਥੇ ਖਾਤੇ ਫਰੋਲਾਉਂਗੇ ਮੇਰੇ ਤੋਂ ਤੁਸੀਂ ਇਹਨਾਂ 'ਤੇ ਪਰਦਾ ਪਾਓ ਇਹਨਾਂ ਨੂੰ ਚਲੋ ਆਪਾਂ ਤਾਂ ਲੋਕਾਂ ਨੂੰ ਡਿਫਰੈਂਸ ਜਾਣਨਾ ਸੌਰੀ ਹਾਂ ਮੈਂ ਗੱਲ ਦੂਜੇ ਪਾਸੇ ਲੈ ਗਿਆ ਸਵਾਲ ਹੋ ਸੀ ਉਹ ਹਾਂ ਸੌਰੀ ਲੋਕਾਂ ਨੂੰ ਚੁਣਨ ਵੇਲੇ ਥੋੜੀ ਆਸਾਨੀ ਹੋਊਗੀ ਜੇ ਤੁਸੀਂ ਪਰਦੇ ਖੋਲ ਦੋਗੇ ਮੈਂ ਗੌਰਵ ਜੀ ਮੈਂ ਸੌਰੀ ਤੁਸੀਂ ਗੱਲ ਕਰ ਰਹੇ ਸੀ ਪਾਰਟੀ ਦੀ ਅਤੇ ਇਸ ਕਰਕੇ ਸਾਰਿਆਂ ਦਾ ਫੋਕਸ ਹੁੰਦਾ ਲੀਡਰਾਂ ਕੰਨੀ ਉੱਧਰ ਵੀ ਮੰਤਰੀ ਕੋਲ ਚੀਫ ਮਿਨਿਸਟਰ ਕੋਲ ਮਿਲ ਆਈਏ ਕੋਈ ਮੰਤਰੀ ਜੀ ਕੋਲ ਜਾਈਏ ਕੋਈ ਫਲਾਣੇ ਤੋਂ ਕੰਮ ਕਰੋ ਰੇਤੇ ਦਾ ਠੇਕਾ ਲੈ ਜਾਓ ਫਲਾਣਾ ਠੇਕਾ ਲੈ ਜਾਓ ਕਿਸੇ ਦੇ ਟਰਾਂਸਫਰ ਦਾ ਕੰਮ ਹੈ ਸਾਡੇ ਕੋਲ ਤਾਂ ਜੇ ਕੋਈ ਮੰਤਰੀ ਮਿਲਦਾ ਨਹੀਂ ਸੀ ਜਾਂ ਕੋਈ ਬਾਹਰੋਂ ਨਿਕੰਡਦੇ ਤਾਂ ਚਾਹ ਪੀਣ ਆ ਜਾਂਦੇ ਸੀ ਵੀ ਆ ਜਾਓ ਇਸ ਕਰਕੇ ਦੇਖੋ ਅਤੇ ਬੀਜੇਪੀ ਅਤੇ ਕਾਂਗਰਸ ਪਾਰਟੀ 'ਚ ਇੱਕ ਫਰਕ ਹੈ ਸਰ ਉਹ ਆਰਗਨਾਈਜੇਸ਼ਨਲ ਬੇਸਡ ਹੈ ਜੀ ਸਾਹਿਬ ਸਰਕਾਰ ਬਣ ਜੇ ਨਾ ਬਣ ਜੇ ਉਸ ਪਾਰਟੀ ਦਾ ਵਜੂਦ ਉਹਨਾਂ ਦਾ ਕੰਮ ਜਿਹੜਾ ਸਿਸਟਮ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਇਨਫੈਕਟ ਜਦੋਂ ਸਰਕਾਰ 'ਚ ਹੁੰਦਾ ਉਦੋਂ ਪਾਰਟੀ ਦੀ ਚੱਲ ਬਲ ਜ਼ਿਆਦਾ ਚਾਹੇ ਮੈਂ ਤਾਂ ਇੱਥੇ ਬਿਨਾਂ ਸਰਕਾਰ ਹੀ ਦੇਖੀ ਹੈ ਜਿਹੜੇ ਮੈਂ 1 ਸਾਲ ਤੋਂ ਇੱਥੇ ਬੈਠਾ ਪਰ ਦੂਜੀ ਸਟੇਟਸ ਮੈਂ ਦੇਖਿਆ ਉੱਥੇ ਹਰੇਕ ਕੰਮ ਦੇ ਅੰਦਰ ਪਾਰਟੀ ਦੀ ਇਨਵੋਲਵਮੈਂਟ ਹੈ ਪਾਰਟੀ ਆਪਣੇ ਵਰਕਰਸ ਨੂੰ ਰਿਕਮੈਂਡ ਕਰਕੇ ਉਹਨਾਂ ਦੀ ਪ੍ਰੋਬਲਮਸ ਉਹਨਾਂ ਦੇ ਰਾਹੀਂ ਜੋ ਇਨਫੋਰਮੇਸ਼ਨ ਆਉਂਦੀ ਹੈ ਉਹ ਆਪਸ 'ਚ ਐਕਸਚੇਂਜ ਹੁੰਦੀ ਹੈ ਉਹਦੇ 'ਤੇ ਕਾਰਵਾਈ ਹੁੰਦੀ ਹੈ ਉਹਦੇ 'ਤੇ ਕਰਕੇ ਡਿਸੀਜਨ ਵੀ ਲੈ ਜਾਂਦੇ ਵੀ ਗਰਾਊਂਡ ਤੋਂ ਆ ਰਿਪੋਰਟਸ ਆ ਰਹੀਆਂ ਜਿਹੜੀ ਕਾਂਗਰਸ ਪਾਰਟੀ 'ਚ ਹੈ ਜੀ ਇੰਨਾ ਓਵਰ ਅ ਪੀਰੀਅਡ ਆਫ ਟਾਈਮ ਹੋਣਾ ਜੀ ਬਹੁਤ ਪੁਰਾਣੀ ਪਾਰਟੀ ਹੋ ਗਈ ਹੌਲੀ ਹੌਲੀ ਖੁਰ ਗਿਆ ਮਟੀਰੀਅਲ ਜਿਹਨੂੰ ਆ ਕਹਿੰਦੇ ਸੀ ਨਾ ਵੀ LOP ਸਾਹਿਬ ਕਹਿ ਰਹੇ ਸੀ ਇਹ ਜਿਹਾ ਮਟੀਰੀਅਲ ਆ ਗਿਆ ਉਹ ਅੰਦਰ ਵੀ ਆਪਦੇ ਕੰਨੀ ਵੀ ਝਾਕੀ ਮਾਰ ਕੇ ਦੇਖ ਲੈਂਦੇ ਵੀ ਕਿਹੋ ਜਿਹਾ ਮਟੀਰੀਅਲ ਇੱਧਰ ਆ ਗਿਆ ਜਿਹੜਾ ਲੈ ਬੈਠਾ ਪਾਰਟੀ ਬਹੁਤ ਵੱਡੀ ਕੁਰਬਾਨੀਆਂ 'ਚ ਨਿਕਲ ਕੇ ਪਾਰਟੀ ਆਹ ਬਣੀ ਸੀ ਸਾਹਿਬ
ਆਹ ਹੈ ਅਕਾਲੀ ਪਾਰਟੀ ਹੈ, ਕੁਰਬਾਨੀਆਂ 'ਚ ਉਹ ਨਿਕਲੇ ਸਭ, ਇਹਨਾਂ ਨੇ ਕੁਰਬਾਨੀਆਂ ਦਿੱਤੀਆਂ, ਪਰ ਹੁਣ ਜਿਹੜਾ ਨਿਗਾਰ ਆ ਗਿਆ ਪਾਰਟੀ 'ਚ ਉਹਦੇ ਕਰਕੇ ਸਾਰਿਆਂ ਦਾ ਸਰਕਾਰ ਕ ਨਹੀਂ ਹੁੰਦਾ। ਪਰ ਇਹ ਭੁੱਲ ਜਾਂਦੇ ਆ ਵੀ ਸਰਕਾਰ ਲੈ ਕੇ ਆਉਣ ਦੇ ਵਿੱਚ ਪਾਰਟੀ ਦਾ ਬਹੁਤ ਵੱਡਾ, ਇਨਫੈਕਟ ਦੈਟ ਇਜ਼ ਦਾ ਮੇਨ ਰੀਜ਼ਨ, ਉਹਨਾਂ ਦੀ ਪੋਲਿਸੀਜ਼, ਉਹਨਾਂ ਦਾ ਗਰਾਊਂਡ ਵਰਕ ਹੈ, ਉਹਦੇ ਕਰਕੇ। ਪਰ ਦੇਖੋ ਇਹ ਕਿਹਾ ਇਲਜ਼ਾਮ ਲੱਗਦੇ ਨੇ ਕਿ ਜਦੋਂ ਕਾਂਗਰਸ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਨੇ, ਕਾਂਗਰਸ ਵਾਲੇ ਕਹਿੰਦੇ ਕਿ ਪਾਰਟੀ ਦੇ ਅੰਦਰ, ਕਾਂਗਰਸ ਦੇ ਅੰਦਰ ਇੱਕ ਲੋਕਤੰਤਰ ਹੈ ਕਿ ਕੋਈ ਆਪਣੀ ਗੱਲ ਰੱਖ ਸਕਦਾ ਅਤੇ ਬੀਜੇਪੀ ਦੇ ਵਿੱਚੋਂ ਨਹੀਂ ਹੈ, ਤੁਸੀਂ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਤੁਸੀਂ ਇਤਫਾਕ ਰੱਖਦੇ ਹੋ ਇਸ ਗੱਲ ਨਾਲ? ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪੁੱਛਿਓ ਸਰ, ਕੋ ਬੋਲਣ ਦਿੰਦੇ ਹੈ ਸਰ? ਉਹ ਆਪਣੇ ਬਰਾੜ ਸਾਹਿਬ ਨੂੰ ਪੁੱਛਿਓ, ਉਹਨਾਂ ਨੂੰ ਨੋਟਿਸ ਕਰਕੇ ਕੱਢ ਰੱਖਿਆ ਆ ਕੇ, ਉਹ ਤਾਂ ਮੇਰੇ ਖਿਆਲ ਆ ਕੇ ਕਮਲ ਬਰਾੜ ਨੇ ਤਾਂ ਆ ਕੇ ਉੱਥੇ ਉਹ ਬੋਲਣ ਦਾ ਅਧਿਕਾਰ ਹੈ, ਉਹ ਤਾਂ ਆਜ਼ਾਦ ਉਮੀਦਵਾਰ ਮੇਰੇ ਖਿਆਲ, ਉਹ ਇਸੇ ਕਰਕੇ ਨਾ ਵੀ ਉਹ ਅਧਿਕਾਰ ਮਿਲ ਗਿਆ ਜ਼ਿਆਦਾ। ਨਿਹਾਲ ਸਿੰਘ ਵਾਲੇ ਸਾਹਿਬ, ਉਹਨਾਂ ਨੂੰ ਪੁੱਛੋ ਸਾਹਿਬ ਕਿੰਨਾ ਕੁ ਅਧਿਕਾਰ ਹੈ, ਕਾਹਦੇ ਹੈ ਸਾਹਿਬ? ਜਦ ਤਾਂ ਹੀ ਇਹਨਾਂ ਦੇ ਜਿੰਦਾਬਾਦ ਮੁਰਦਾਬਾਦ ਲਾਉਂਦੇ ਰਹੋ, ਉਦੋਂ ਤਾਂ ਹੀ ਸਾਰੀ ਠੀਕ ਹੈ ਸਾਹਿਬ। ਸਾਰੀ ਪਾਰਟੀਆਂ ਫਿਰ ਉਹੀ ਗੱਲ ਆ ਗਈ, ਪਾਰਟੀ ਇਜ਼ ਐਜ਼ ਲਿਬਰਲ ਔਰ ਐਜ਼ ਡਿਕਟੇਟੋਰੀਅਲ ਐਜ਼ ਦਾ ਲੀਡਰ ਸਾਹਿਬ। ਜੇ ਜੇ ਲੀਡਰ ਬੈਠੇ ਹੈ ਉਹ ਜੇ ਅੱਗੇ ਵਰਤਾਰਾ ਹੋ ਜਾਂਦਾ, ਕੋਈ ਗੱਲ ਮਿਲ ਕੇ ਆਓ ਜੀ ਵਿਜੇ ਜੀ ਦੱਸੋ ਕੀ ਕਹਾਣੀ ਹੈ, ਇੰਨੇ ਕੁ ਨਾਲ ਵਿਜੇ ਜੀ ਸੌਖੇ ਜੀ, ਮੈਂ ਕਹਿੰਦਾ ਤੂੰ ਵੜਕੇ ਐਵੇਂ ਆ ਜਾਂ ਤੂੰ ਹੈ ਕੌਣ ਮੈਨੂੰ ਪੁੱਛਣ ਵਾਲਾ, ਇੰਨੇ 'ਚ ਮੈਂ ਡਿਕਟੇਟਰ ਬਣ ਜੂੰਗਾ ਸਰ। ਇਟਸ ਡਿਪੈਂਡਸ ਅਪੋਨ ਦਾ ਲੀਡਰ ਸਾਹਿਬ। ਤੁਸੀਂ ਇਸ ਨੂੰ ਡਿਸਿਪਲਿਨ ਦੇ ਤੌਰ 'ਤੇ ਦੇਖਦੇ ਹੋ? ਡਿਸਿਪਲਿਨ ਨਹੀਂ ਸਾਹਿਬ, ਡਿਸਿਪਲਿਨ ਉਹ ਕਿਹੜੇ ਨੌਕਰੀ 'ਤੇ ਲੱਗੇ ਆ ਸਾਹਿਬ, ਵਰਕਰ ਡਿਸਿਪਲਿਨ, ਕੋਈ ਤਨਖਾਹ ਲੈਂਦੇ ਆ? ਮੈਂ ਲੀਡਰਸ ਦੀ ਗੱਲ ਕਰ ਰਿਹਾ ਜਿਹੜੀ ਐਟਲੀਸਟ ਟੌਪ ਲੀਡਰਸ ਦਾ ਕੁਝ ਵੀ ਆ ਕੇ ਕਾਂਗਰਸ ਬਿਆਨ ਦੇ ਕੈਲੀਬਰ ਹੈ ਨਹੀਂ ਸਾਹਿਬ, ਜਿਹੜਾ ਜਿਹਨੂੰ ਇਹ ਕਹਿੰਦੇ ਸੀ ਨਹੀਂ ਵੀ ਮਟੀਰੀਅਲ ਕੇ ਜਾ ਕੇ ਆ ਗਿਆ ਪਹਿਲੇ ਵਾਲੇ ਲੋਕ, ਇੱਥੇ ਮੈਨੂੰ ਪਤਾ ਲੱਗਿਆ ਇੱਕ ਲੀਡਰ ਆ ਕੇ ਇਸ 'ਚੋਂ ਖੈਗ ਆ ਗਿਆ ਵੀ ਤੁਸੀਂ ਪੋਸਟਰ ਵੱਡਾ ਲਾ ਰੱਖਿਆ ਸੁਨੀਲ ਜਾਖੜ ਦਾ। ਪੋਸਟਰਾਂ ਨਾਲ ਕੋਈ ਵੱਡਾ ਨਹੀਂ ਹੁੰਦਾ ਸਾਹਿਬ, ਬੰਦੇ ਦਾ ਇਖਲਾਕ ਵੱਡਾ ਹੋਣਾ ਚਾਹੀਦਾ। ਜੇ ਤੁਸੀਂ ਆਪ ਛੋਟੇ ਹੋ ਫਿਰ ਤੁਸੀਂ ਹਰੇਕ ਤੋਂ ਡਰੋਂਗੇ ਵੀ ਆਹ ਮੇਰੇ ਤੋਂ ਵੱਡਾ, ਇਹਦੀ ਫੋਟੋ ਜ਼ਿਆਦਾ ਲੱਗੀ। ਉਹਨਾਂ ਲੋਕਾਂ ਤੋਂ ਉਹਨਾਂ ਦਾ ਕੀ ਵਜੂਦ ਹੈ ਸਾਹਿਬ, ਕੀ ਵਜੂਦ ਹੈ ਸਾਹਿਬ ਉਹਨਾਂ ਦਾ? ਉਹ ਲਾਈਨ ਵੀ ਬੋਲ ਕੇ ਗਏ ਆ, ਤੁਸੀਂ ਕਹਿ ਰਹੇ ਸੀ ਇੱਕੋ ਤੱਕੜੀ 'ਚ ਤੋਲ ਰਹੇ ਹਾਂ ਅਸੀਂ, ਕਹਿੰਦੇ ਕਿ ਜਾਖੜੀ ਦਾ ਸਮਾਲ ਲੀਡਰ। ਮੈਂ ਤਾਂ, ਮੇਰੀ ਤਾਂ ਪ੍ਰੋਬਲਮ ਹੈ ਸਾਹਿਬ, ਮੈਂ ਲੀਡਰ ਹਾਂ ਹੀ ਨਹੀਂ, ਮੈਂ ਤਾਂ ਕਹਿੰਦਾ ਮੈਂ ਲੀਡਰ ਹੀ ਹੈ ਨਹੀਂ। ਮੈਂ ਤਾਂ ਹੁਣ ਜਿਵੇਂ ਆ ਰਾਹੁਲ ਗਾਂਧੀ ਜੀ ਨੇ ਏਜੰਡਾ ਚਾਲੂ ਕੀਤਾ ਹੈ, ਜਿਤਨੀ ਆਬਾਦੀ ਉਤਨਾ ਹੱਕ, ਵੀ ਜੀ ਤੁਸੀਂ ਤਾਂ ਸਾਡੇ ਵਾਲੇ ਏਰੀਏ ਨਾਲ ਚੰਗੀ ਤਰ੍ਹਾਂ ਵਾਕਫ ਹੋ, ਜਿਹੜੇ ਜੇ ਇਸ ਪੱਖੋਂ ਚੱਲ ਜਾਓ, ਮੇਰੇ ਦਾ ਵੋਟ ਸਾਡੀ ਮੇਰੀ ਬਰਾਦਰੀ ਦੇ ਵੋਟ ਪੂਰੇ ਹਲਕੇ 'ਚ 1400 ਹੈ, 1,80,000 ਵੋਟ ਹੈ ਅਬੋਹਰ ਸ਼ਹਿਰ ਦੇ, ਅਬੋਹਰ ਹਲਕੇ ਦੇ। ਅਤੇ ਸਾਡੇ ਜੇ ਇਸ ਆਬਾਦੀ ਨਾਲ ਰਾਹੁਲ ਜੀ ਵਾਲੇ ਏਜੰਡੇ 'ਤੇ ਚੱਲੀਏ ਅਤੇ ਇਹਨਾਂ ਵਾਲੇ 'ਤੇ ਚੱਲੀਏ, ਸੁਨੀਲ ਛੋਟਾ, ਸੁਨੀਲ ਤਾਂ ਲੀਡਰ ਹੀ ਹੈ ਨਹੀਂ ਸਾਹਿਬ, ਸੁਨੀਲ ਤਾਂ ਲੋਕਾਂ ਨੇ ਅਪਣਾ ਕੇ ਅਤੇ ਮੈਨੂੰ ਇੰਨੇ ਵਾਰ ਜਿਤਾ ਕੇ ਭੇਜਤਾ ਸਾਹਿਬ 3 ਵਾਰੀ, ਸਾਡੇ ਤਾਂ ਵੋਟ ਹੀ 1400 ਸਾਹਿਬ। ਸੁਨੀਲ ਨੇ ਤਾਂ ਕਦੇ ਨਹੀਂ ਕਿਹਾ ਮੇਰੇ ਕੋਲ ਵੋਟ ਬੈਂਕ ਹੈ, ਸੁਨੀਲ ਕੋਲ ਤਾਂ ਲੋਕਾਂ ਦੀ ਗੁੱਡਵਿਲ ਹੈ ਸਾਹਿਬ, ਲੋਕਾਂ ਦਾ ਆਸ਼ੀਰਵਾਦ ਹੈ, ਉਹਨੇ ਕੁ ਨਾਲ ਤੁਰਿਆ ਫਿਰਦਾ। ਮਨ ਤਾਂ ਮਾਰਨ ਨੂੰ ਤਾਂ ਸਾਰੇ ਖੰਜਰ ਲਈ ਫਿਰਦੇ, ਸਾਰੇ ਦੇ ਜੇਬ 'ਚ ਹੈ। ਉਹ ਸੁਨੀਲ ਜਾਖੜ ਵਾਲੀ ਤਾਂ ਫੋਟੋ ਨਹੀਂ ਉਹਨਾਂ ਨੂੰ ਚੰਗੀ ਲੱਗਦੀ, ਲਓ ਸਚੇੜ ਲਓ, ਠੀਕ ਲੱਗ ਰਿਹਾ। ਕੋਈ ਚੰਗੀ ਚੀਜ਼ ਦਿਖਾਓ ਸਾਹਿਬ, ਮੈਂ ਤੁਸੀਂ ਗੱਲ ਕਰ, ਮੈਂ ਤੁਸੀਂ ਮਾਨ ਸਾਹਿਬ ਦੇਖ ਲਓ, ਮਾਨ ਦੇਖੋ ਸਾਹਿਬ, ਤੁਸੀਂ ਐਂ ਸੁਨੀਲ ਦੀ ਫੋਟੋ ਛੋਟੀ ਹੈ ਕਿ ਵੱਡੀ ਹੈ, ਤੁਸੀਂ ਕਹੋਗੇ ਫਰਕ ਤਾਂ ਪੈਂਦਾ ਹੈ, ਉਹਨਾਂ ਨੂੰ ਫਰਕ ਪੈਂਦਾ ਹੋਣਾ, ਸੁਨੀਲ ਜਾਖੜ ਨੂੰ ਫਰਕ ਨਹੀਂ ਪੈਂਦਾ ਜੀ, ਮੈਂ ਤੁਹਾਡਾ ਫਾਰਮੂਲਾ ਗਲਤ ਕਰਦਾ। ਵੱਡਾ ਫੋਟੋ ਵੱਡੀ ਹੈ ਜਾਂ ਛੋਟੀ ਹੈ, ਕੀ ਕਹਿੰਦੇ ਹੋ ਤੁਸੀਂ, ਫਰਕ ਤਾਂ ਪੈਂਦਾ, ਫਰਕ ਤਾਂ ਪੈਂਦਾ, ਉਹਨਾਂ ਨੂੰ ਪੁੱਛੋ ਸਾਹਿਬ। ਸਾਡੇ ਫਰਕ ਪੂਰੇ ਨਾਲ ਲੋਕਾਂ ਨਾਲ ਐਵੇਂ ਮੈਨੂੰ ਫਰਕ ਪੈਣ ਲੱਗ ਜਾਂਦਾ, ਮੈਂ 70 ਸਾਲ ਦਾ ਹੋ ਗਿਆ ਸਾਹਿਬ, ਮੈਨੂੰ ਤਾਂ ਲੈ ਕੇ ਬਹਿ ਜਾਂਦੇ। ਅੱਛਾ ਸਾਹਿਬ, ਤੁਸੀਂ ਕਿਹਾ ਸੀ ਕਿ ਮੈਂ ਐਕਟਿਵ ਪੋਲੀਟਿਕਸ ਦੇ ਵਿੱਚ, ਮੈਂ ਇਲੈਕਟੋਰਲ ਪੋਲੀਟਿਕਸ ਆ ਸੈਡ, ਇਲੈਕਟੋਰਲ ਪੋਲੀਟਿਕਸ। ਸੋ ਹੁਣ ਤੁਸੀਂ ਉਸੇ ਉੱਥੇ ਕਾਇਮ, ਤੁਹਾਡੇ ਸਾਹਮਣੇ ਆ ਸਾਹਿਬ, ਤੁਸੀਂ ਮੇਰੇ ਖਿਆਲ ਪਰਸੋਂ ਚਲਾਈ ਜਾਂਦੇ ਸੁਨੀਲ ਜਾਖੜ ਫਿਰੋਜ਼ਪੁਰ ਤੋਂ ਲੜ ਰਹੇ,
ਚਲਾਈ ਹੋਣੀ ਮੇਰੇ ਕੋਲ ਮਾੜੀ ਮੋਟੀ ਖਬਰ ਨਹੀਂ ਚਲਾਈ ਕਿ ਫਿਰ ਕਟਾਰੀਆ ਸਾਹਿਬ ਨੇ ਸੁਣੀ ਹੋਣੀ ਹੈ ਕਿਤੇ ਚੱਲ ਰਹੀ ਸੀ ਕਹਿੰਦਾ ਸੁਨੀਲ ਜਾਖੜ ਫਿਰ ਲੜਨ ਜਾ ਰਿਹਾ ਸੁਨੀਲ ਜਾਖੜ ਰਾਹ ਬੈਠਾ ਤੁਹਾਡੇ ਸਾਹਮਣੇ ਨਹੀਂ ਫਿਰ ਕਿਉਂ ਦੂਰੀ ਕਿਉਂ ਬਣਾ ਲਈ ਮੈਂ ਫਿਰ ਮੈਂ ਸਾਰੀ ਰਾਤ ਰਮਾਇਣ ਪੜ੍ਹੀ ਫਿਰ ਗੱਲ ਉੱਥੇ ਆ ਗਈ ਸਾਹਿਬ ਮੈਂ ਜਦੋਂ ਕਿਹਾ ਰਾਹੁਲ ਜੀ ਨੂੰ ਕਿਹਾ ਰਾਹੁਲ ਜੀ ਇਹ ਜਿਹੜੇ ਲੋਕ ਹੈ ਮੈਂ ਨਾਮ ਗਿਣਾ ਦਿੰਦਾ ਆਹ ਸ਼੍ਰੀਮਾਨ ਰਾਜਾ ਬਣੀ ਹਾਂਜੀ ਉੱਧਰ ਸ਼੍ਰੀਮਾਨ ਉਹ ਇੱਥੇ ਨਹੀਂ ਬੈਠੇ ਫੋਟੋ ਨਹੀਂ ਲਾਈ ਉਹ ਬਾਜਵਾਜੀ ਤਾਂ ਉਹਨਾਂ ਬਾਜਵਾਜੀ ਬਾਜ਼ ਹੁੰਦਾ ਸਾਈਡ ਲਾਈਨ ਇਨ ਦੈਟ ਉਹਨਾਂ ਨੇ ਬਾਅਦ 'ਚ ਜਾ ਕੇ ਆਂਟੀ ਕੋਲ ਹੱਲਾ ਲਾਇਆ ਇੱਥੇ ਜਿਹੜੇ ਤਿੰਨ ਚਾਰ ਬੰਦੇ ਸੀਗੇ ਆਹ ਸ਼੍ਰੀਮਾਨ ਜਲੰਧਰ ਚੰਨੀ ਜੀ ਉਹ ਮੇਨ ਕਰਤਾ ਧਰਤਾ ਸੀ ਉਹ ਚੀਜ਼ ਹੈ ਜੀ ਸੁਖਜਿੰਦਰ ਰੰਧਾਵਾ ਜੀ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਉਹ ਕਹਿੰਦੇ ਹੈ ਉਹਨਾਂ ਨੇ ਜਾ ਕੇ ਸਕੀਮ ਬਣਾਈ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਸਿੱਧੂ ਸਾਹਿਬ ਨੂੰ ਨਵਜੋਤ ਸਿੱਧੂ ਨੂੰ ਸਿੱਧੂ ਸਾਹਿਬ ਕਰਨ ਕੀ ਲੱਗੇ ਤੁਸੀਂ ਲਾਇਆ ਕੈਪਟਨ ਸਾਹਿਬ ਨੂੰ ਅਤੇ ਮਾਲ ਤਾਂ ਲੁੱਟ ਕੇ ਲੈ ਗਏ ਸੁਨੀਲ ਜਾਖੜ ਨੂੰ ਬਣਾਉਣ ਲੱਗੇ ਤੁਸੀਂ ਅੱਗੇ ਹੋ ਅਸੀਂ ਤੁਹਾਡੇ ਨਾਲ ਹਾਂ ਐਂ ਨਹੀਂ ਕਿਹਾ ਵੀ ਕਿਹੜਾ ਏਜੰਡਾ ਲੈ ਕੇ ਜਲੇ ਉਹਨਾਂ ਨੂੰ ਲੈ ਕੇ ਅੱਗੇ ਕਰ ਲਿਆ ਸ਼ਾਤਰ ਲੋਕ ਸੀਗੇ ਚਾਰ ਇਹਨਾਂ ਦੇ ਕੋਲ ਫੀਲੇ ਸੀਗੇ ਇੱਕ ਸੁਖਪਾਲ ਭੁੱਲਰ ਉਹ ਜੀਰਾ ਕੁਲਬੀਰ ਜੀਰਾ ਕੁਲ ਹਾਂ ਕੁਲਬੀਰ ਜੀਰਾ ਇੱਕ ਪ੍ਰੀਤਮ ਕੋਟ ਭਾਈ ਇੱਕ ਅੱਧਾ ਕੋਈ ਹੋਰ ਇਸ ਕਿਸਮ ਦਾ ਮਾਡਲ ਲੈਣ ਕੋਲ ਸੀਗਾ ਇਹਨਾਂ ਨੇ ਜਾ ਕੇ ਉੱਥੇ ਖੜਦੂ ਪਾ ਲਿਆ ਜੀ ਗੁਣਾ ਤਾਂ ਅੱਗ ਲੱਗ ਜੂਗੀ ਉੱਥੋਂ ਘੁਆ ਲਿਆ ਫਿਰ ਆਂਟੀ ਨੂੰ ਫੋਨ ਕਰਕੇ ਉਹਨਾਂ ਨੂੰ ਕਹਿੰਦੇ ਜੀ ਆਹ ਤਾਂ ਲੁੱਟ 'ਚ ਲਿਆ ਮਾਲ ਫਿਰ ਇਹ ਸਾਰੇ ਲੱਗੇ ਜੀ ਸ਼੍ਰੀਮਾਨ ਜੀ ਅਤੇ ਸਾਡੇ ਵਾਲੇ ਦੂਜੇ ਜਿੰਨੇ ਸਾਡੇ ਦਾ ਇਹਨਾਂ ਤਾਂ ਦੁਸ਼ਮਣੀ ਬਹੁਤ ਬਣਾ ਰੱਖੇ ਹੈ ਅਸ ਤਾਂ ਜਿਹਨਾਂ ਨੂੰ ਆਪਣਾ ਇਹ ਸਮਝਦੇ ਸੀਗੇ ਉਹ ਸਾਰੇ ਦਾ ਖੰਜਰ ਲਈ ਫਿਰਦੇ ਸੀਗੇ ਉਹਨਾਂ ਨੇ ਉਹ ਇਸ਼ੂ ਬਣਾ ਲਿਆ ਸਰ ਇਸ ਕਰਕੇ ਆਹ ਕਹਾਣੀ ਬਣੀ ਮੈਂ ਸਾਨੂੰ ਤਾਂ ਕਹਿ ਸਦੀਓਂ ਰਹਾ ਹੈ ਦੁਸ਼ਮਣ ਬੈਰੀ ਜਮਾ ਹਮਾਰਾ ਕਿ ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ ਅਸੀਂ ਅਜੇ ਵੀ ਤੁਰੇ ਫਿਰਦੇ ਹਾਂ ਸੰਤ ਹੈ ਕਹਿੰਦੇ ਕੋਈ ਕਹਿੰਦਾ ਛੋਟਾ ਲੀਡਰ ਹੈ ਕੋਈ ਕਹਿੰਦਾ ਵੱਡਾ ਲੀਡਰ ਮੈਂ ਤਾਂ ਆਪਣਾ ਲੀਡਰ ਬੀ ਜੇ ਪੀ ਨੇ ਨਹੀਂ ਤੁਹਾਨੂੰ ਕਿਹਾ ਕਿ ਇਲੈਕਟੋਰਲ ਪੋਲੀਟਿਕਸ 'ਚ ਆਓ ਤੁਸੀਂ ਕਿਹਾ ਕਿਆ ਹੋਣਾ ਜੀ ਮੈਂ ਆਈ ਐਮ ਵੈਰੀ ਕਲੀਅਰ ਸਰ ਮੈਨੂੰ ਮੈਂ ਤਾਂ ਬਿਲਕੁਲ ਮੈਂ ਜਿਹੜੀ ਤੁਸੀਂ ਕਹਿੰਦਾ ਮੈਂ ਰੱਜ ਬੜਾ ਕੋਝਾ ਰੱਖਦਾ ਸਰ ਮੈਂ ਕੋਈ ਕਿਸੇ ਅਹੁਦੇ ਵਾਸਤੇ ਨਹੀਂ ਆਇਆ ਸਰ ਮੈਂ ਤਾਂ ਇਹ ਜਿਹੜੇ ਇਹਨਾਂ ਨੂੰ ਐਕਸਪੋਜ਼ ਕਰਨ ਵਾਸਤੇ ਹੈ ਬਸ ਮੈਂ ਅਗਰ ਇਸ ਬਹਾਨੇ ਇਸ ਪਾਰਟੀ 'ਚ ਆ ਕੇ ਪੰਜਾਬ ਦਾ ਕੋਈ ਮੈਂ ਭਲਾ ਕਰ ਜਾਂ ਮੈਂ ਸਮਝਦਾ ਉਹ ਮੇਰੀ ਅਚੀਵਮੈਂਟ ਹੋਊਗੀ ਪਰ ਇਹ ਲੋਕਾਂ ਨੂੰ ਐਕਸਪੋਜ਼ ਕਰਨਾ ਇਜ਼ ਆਲ ਉਸ ਪਾਸੇ ਇੱਕ ਕਦਮ ਹੈ ਵੀ ਪੰਜਾਬ ਦੇ ਅੰਦਰ ਇਸ ਘਟੀਆ ਸੋਚ ਦਾ ਪੰਜਾਬ ਦਾ ਇੱਕ ਗੁਲਦਸਤਾ ਹੈ ਸਾਹਿਬ ਉਸ ਗੁਲਦਸਤੇ ਦੇ ਵਿੱਚ ਇਹ ਜਿਹੜੇ ਨਕਲੀ ਫਰੋਡ ਜਿਹੜੇ ਆ ਸਾਹਿਬ ਆਈ ਹੇਟ ਦਿਸ ਕਾਇੰਡ ਆਫ ਜਿਹੜੇ ਹੈ ਸ਼ਾਰਲਟਨਸ ਇਹਨਾਂ ਨੂੰ ਦੇ ਸ਼ੁੱਡ ਵੀ ਸਿਰਫ ਕਾਂਗਰਸ ਪਾਰਟੀ 'ਚ ਨੇ ਜਾਂ ਹੋਰ ਪਾਰਟੀਆਂ 'ਚ ਇਹਨਾਂ ਦੇ ਹੱਥ ਲੱਗੇ ਸਾਹਿਬ ਮੈਂ ਦੇਖਿਆ ਇਹਨਾਂ ਨੂੰ ਤਾਂ ਬੜਾ ਨਜ਼ਦੀਕੀ ਤੋਂ ਦੇਖਿਆ ਇਸ ਕਰਕੇ ਕਹਿ ਰਿਹਾ ਸਾਹਿਬ ਬਾਕੀਆਂ ਤਾਂ ਹੋਣੇ ਸਾਰੇ ਸਾਹਿਬ ਉਹ ਕਿਹੜੇ ਫਿਰ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟ ਰਿਹਾ ਵੀ ਸਾਰੇ ਉੱਤੋਂ ਤਾਂ ਕੋਈ ਨਹੀਂ ਡਿੱਗਿਆ ਸਾਹਿਬ ਹਰੇਕ ਪਾਰਟੀਆਂ 'ਚ ਚੰਗੇ ਬੰਦੇ ਵੀ ਹੈ ਤੁਸੀਂ ਇੱਕ ਗੱਲ ਕਹੀ ਮਾੜੇ ਵੀ ਹੈ ਮੈਂ ਕਿਹਾ ਬੜਾ ਜਮ ਵੈਲਕਮ ਕਰਦੀ ਹੈ ਖਾਸ ਤੌਰ 'ਤੇ ਜਿਹੜੇ ਕਾਂਗਰਸ ਵਾਲੇ ਪਾਸੇ ਤੋਂ ਆ ਰਹੇ ਹੈ ਚੰਗੇ ਮਾੜੇ ਸਾਰੇ ਹੂ ਐਮ ਆਈ ਟੂ ਜੱਜ ਐਨੀਬਡੀ ਇਜ਼ ਕਰੈਕਟਰ ਸਰ ਫਿਰ ਜਾਖੜ ਸਾਹਿਬ ਗੱਲ ਹੋ ਗਈ ਕਿ ਜਿਹੜਾ ਤੁਹਾਡੇ ਵਾਲੇ ਪਾਸੇ ਆ ਗਿਆ ਉਹ ਚੰਗਾ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦਾ ਵੀ ਮੈਂ ਤੁਹਾਨੂੰ ਕਿਹਾ ਵੀ ਮੇਰੇ ਕੈਂਡੀਡੇਟ ਨੂੰ ਵੋਟ ਪਾ ਦਿਓ ਮੈਂ ਕਿਹਾ ਤੁਹਾਨੂੰ ਮੈਂ ਕਿਹਾ ਚੰਗੇ ਬੰਦੇ ਨੂੰ ਵੋਟ ਦਿਓ ਜੇ ਸੁਧਾਰਨਾ ਕਿਸੇ ਨੂੰ ਚੰਗੇ ਬੰਦਿਆਂ ਨੂੰ ਲੈ ਕੇ ਕਦਰ ਕਰੋ ਸਾਹਿਬ ਮੈਂ ਜਿੱਥੇ ਬੈਠੇ ਚੰਗੇ ਬੰਦੇ ਦੀ ਕਦਰ ਪਾਰਟੀ ਕਰ ਦੂਗੀ ਪਾਰਟੀ ਅੱਗੇ ਵੱਜੂਗੀ ਨਹੀਂ ਤਾਂ ਹਾਲ ਕਾਂਗਰਸ ਵਾਲਾ ਹੋਊਗਾ ਕਾਂਗਰਸ ਦੇ ਲੁੱਟੀਆ ਲੈ ਬੈਠੇ ਸਾਹਿਬ ਇਹ ਜਿਹੇ ਲੋਕ ਆ ਗਏ ਜਿਹੜੇ ਪਾਇਆ ਫੜੀ ਫਿਰਦੇ ਲੈ ਕੇ ਬਹਿ ਜਾਣਗੇ ਜੇ ਅਜੇ ਲੋਕ ਇੱਧਰ ਕਿਸੇ ਪਾਰਟੀ 'ਚ ਵੜ ਜਾਣ ਸਾਹਿਬ ਇੱਧਰ ਇਸ ਬੀਜੇਪੀ ਤੁਸੀਂ ਜਿਸ ਵੇਲੇ ਜਦੋਂ ਅਕਾਲੀ ਦਲ ਨਾਲ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਤੁਸੀਂ ਇੱਕ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਬਿਲਕੁਲ ਸਾਹਿਬ ਆਈ ਸਟੈਂਡ ਟੂਡੇ ਕੀ ਮਾਇਨੇ ਆ ਮੇਰਾ ਮਾਇਨੇ ਹੈ ਸਾਹਿਬ ਉਹ ਇੱਕ ਰੀਜਨਲ ਪਾਰਟੀ ਹੈ ਇਟ ਇਜ਼ ਉਹ ਪੰਥ ਦਾ ਇੱਕ ਰਾਜਨੀਤਿਕ ਵਿੰਗ ਹੈ
ਉਹ ਪੰਥ ਦਾ ਵਜੂਦ ਆ ਜਿਹੜਾ ਹੈ ਪੰਜਾਬ ਐਡਾ ਵੱਡਾ ਪੰਜਾਬ ਘੱਟ ਗਿਆ ਐਡੀ ਪੰਜਾਬੀ ਰਹਿ ਗਈ ਉਸੇ ਪੰਥ ਨੂੰ ਲੈ ਕੇ ਇਹਨਾਂ ਨੇ ਵੀ ਸਾਡੇ ਕੋਲ ਆ ਪੋਲੀਟੀਕਲ ਪਾਵਰ ਜਿਹੜੀ ਹੋਏ ਅਕਾਲੀ ਦਲ ਕਿਸੇ ਸੁਖਬੀਰ ਬਾਦਲ ਜੀ ਜਾਂ ਬਾਦਲ ਸਾਹਿਬ ਦੀ ਬਪੌਤੀ ਨਹੀਂ ਆ ਇੱਕ ਪੰਥ ਦੀ ਨੁਮਾਇਆ ਜਮਾਤ ਹੈ ਇਹਦਾ ਪੂਰੇ ਪੰਥ ਇੱਕ ਕੌਮ ਦਾ ਇਟ ਇਜ਼ ਅ ਸੇਫਟੀ ਵੋਲਵ ਵੀ ਉਹਨਾਂ ਨੂੰ ਪੂਰੇ ਜਮਾਤ ਨੂੰ ਆ ਲੱਗੇ ਵੀ ਸਾਡੇ ਹੱਕਾਂ ਦੀ ਗੱਲ ਸਾਡਾ ਗੁੱਸਾ ਸਾਡੀ ਕੋਈ ਖਤਰਾ ਸਾਡਾ ਅੰਦੇਸ਼ਾ ਜਿਹੜੇ ਇਹ ਲੋਕ ਦੇ ਵਿਲ ਆਰਟੀਕੂਲੇਟ ਔਨ ਏ ਰਾਈਟ ਫੋਰਮ ਉਸ ਪਾਰਟੀ ਦਾ ਬਣਿਆ ਰਹਿਣਾ ਪੰਜਾਬ ਦੀ ਸੁਹਿਰਦ ਵਾਸਤੇ ਪੰਜਾਬ ਦੇ ਭਾਈਚਾਰਕ ਸਾਂਝ ਵਾਸਤੇ ਨਹੀਂ ਕੱਲ੍ਹ ਚਾਰ ਬੰਦਿਆਂ ਨੇ ਖੜੇ ਹੋ ਕੇ ਲਾਲਾ ਲਾਲਾ ਲਾ ਕਰ ਦੇਣੇ ਜੀ ਆਲੋ ਜੀ ਇਹ ਆ ਗਏ ਜੀ ਇਹਨਾਂ ਨੇ ਇਹ ਕਰ ਦੇਣਾ ਜੀ ਮੈਂ ਇਹ ਗੱਲ ਇਸ ਲਈ ਕਰ ਰਿਹਾ ਜਾਂ ਸਵਾਲ ਤੁਹਾਨੂੰ ਇਸ ਲਈ ਪੁੱਛ ਰਿਹਾ ਕਿ ਜਦੋਂ ਵੀ ਅਕਾਲੀ ਬੀਜੇਪੀ ਦੀ ਗੱਲ ਹੁੰਦੀ ਸੀ ਇਕੱਠੇ ਸਰਕਾਰ ਰਹੀ ਉਦੋਂ ਹਿੰਦੂ ਸਿੱਖ ਏਕਤਾ ਦੀ ਗੱਲ ਹੁੰਦੀ ਬਿਲਕੁਲ ਕੀ ਹਿੰਦੂ ਸਿੱਖ ਏਕਤਾ ਸਿਰਫ ਅਕਾਲੀ ਬੀਜੇਪੀ ਦੇ ਗੜਚੋੜ ਨਾਲ ਮੈਂ ਸਿੱਖ ਏਕਤਾ ਤਾਂ ਹਿੰਦੂ ਸਿੱਖ ਏਕਤਾ ਇੱਕ ਸਾਡਾ ਮੇਨ ਏਜੰਡਾ ਹੈ ਸਰ ਪਰ ਮੈਂ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਉਹਦੇ ਵਿੱਚ ਉਹਨਾਂ ਦਾ ਬਣਿਆ ਰਹਿਣਾ ਚਾਹੇ ਉਹ ਸਾਡੇ ਨਾਲ ਨਹੀਂ ਇੱਕ ਅਕਾਲੀ ਦਲ ਦਾ ਪਾਰਟੀ ਦੇ ਤੌਰ 'ਤੇ ਇੱਕ ਮਜ਼ਬੂਤ ਪਾਰਟੀ ਦੇ ਤੌਰ 'ਤੇ ਬਣਿਆ ਰਹਿਣਾ ਮਜ਼ਬੂਤ ਪਾਰਟੀ ਸਿਰਫ ਸੀਟਾਂ ਨਾਲ ਨਹੀਂ ਹੁੰਦੀ ਸਭ ਸੀਟਾਂ ਨਾਲ ਪਾਰਟੀ ਮਜ਼ਬੂਤ ਨਹੀਂ ਹੁੰਦੀ ਮਜ਼ਬੂਤ ਲੀਡਰਸ਼ਿਪ ਜਿਹੜੇ ਲੋਕ ਹੈ ਕ੍ਰੈਡੀਬਲ ਲੀਡਰਸ਼ਿਪ ਜਿਨ੍ਹਾਂ 'ਤੇ ਲੋਕਾਂ ਦਾ ਭਰੋਸਾ ਹੋਇਆ ਵੀ ਇਹ ਸਾਡੀ ਪੰਥ ਦੀ ਗੱਲ 'ਤੇ ਪਹਿਰਾ ਦੇਣਗੇ ਐਂਡ ਪੰਥ ਨੂੰ ਵੀ ਬਹੁਤ ਲੰਬੀ ਐਕਸਪਲੇਨੇਸ਼ਨ ਹੈ ਸਾਹਿਬ ਆਮ ਨੋਬੜੀ ਮੈਂ ਨਕਲੀ ਪੱਗ ਬੰਨ ਕੇ ਬਹਿ ਜਾਂ ਅਤੇ ਇੱਥੇ ਮੈਂ ਪੰਥ ਦੇ ਪਾਠ ਪੜ੍ਹਾਉਣ ਲੱਗ ਜਾਂ ਮੇਰੇ ਤੋਂ ਡਰਾਮੇ ਨਹੀਂ ਹੁੰਦੇ ਸਭ ਆਮ ਜਿਨ੍ਹਾਂ ਨੇ ਕਰਨਾ ਉਹ ਕਰ ਲੈਣ ਪੰਥ ਨੂੰ ਉਹਨਾਂ ਲੋਕਾਂ 'ਤੇ ਭਰੋਸਾ ਹੋਣਾ ਚਾਹੀਦਾ ਵੀ ਸਾਡੀ ਗੱਲ ਰੱਖਣਗੇ ਅਤੇ ਉਹਦੇ 'ਤੇ ਸਾਡੇ ਵਾਸਤੇ ਲੜਾਈ ਲੜਨਗੇ ਉਸ ਕਿਸਮ ਦੀ ਇੱਕ ਪਾਰਟੀ ਦਾ ਹੋਣਾ ਬੀਜੇਪੀ ਨੂੰ ਪੰਜਾਬ 'ਚ ਇਸ ਨਜ਼ਰੀਏ ਨਾਲ ਕਿਉਂ ਜਿਹੜਾ ਹੈ ਉਹ ਮੰਨਿਆ ਜਾਂਦਾ ਜਾਂ ਦੇਖਿਆ ਜਾਂਦਾ ਕਿ ਪੰਥ ਵਿਰੋਧੀ ਨੇ ਇਲਜ਼ਾਮ ਲੱਗਦੇ ਆ ਕਿ ਬੀਜੇਪੀ ਐਂਟੀ ਸਿੱਖ ਹੈ ਮੈਂ ਤਾਂ ਅੱਜ ਤਾਈਂ ਆਹੀ ਬੜੀ ਹੈਰਾਨੀ ਹੈ ਸਾਹਿਬ ਬੜੀ ਵਾਰੀ ਸਵਾਲ ਹੁੰਦੇ ਹੋਣਗੇ ਮੈਂ ਇਹਨਾਂ ਗੱਲਾਂ 'ਚ ਪਹਿਣਾ ਨਹੀਂ ਚਾਹੁੰਦਾ ਕਿਉਂ ਕਈ ਵਾਰੀ ਜਦੋਂ ਧਰਮ ਦੀ ਗੱਲ ਆ ਜਾਂਦੀ ਹੈ ਬੰਦਾ ਕਿਤੇ ਨਾ ਕਿਤੇ ਗੱਲ ਮਾੜੀ ਮੋਟੀ ਉਸਨੂੰ ਕਿਸੇ ਤਰ੍ਹਾਂ ਹੀ ਉਹਨੂੰ ਕਰ ਲੈਂਦੇ ਇੰਟਰਪ੍ਰੈਟ ਕਿਉਂਕਿ ਬੀਜੇਪੀ ਨੂੰ ਮੰਨਿਆ ਜਾਂਦਾ ਹਿੰਦੂਆਂ ਦੀ ਪਾਰਟੀ ਹੈ ਆਹੀ ਆਹੀ ਕਹਿਣਾ ਚਾਹ ਰਹੇ ਜੀ ਆਪਾਂ ਹਿੰਦੂ ਏਜੰਡਾ ਲੈ ਕੇ ਹਿੰਦੂਤਵ ਦਾ ਏਜੰਡਾ ਹੈ ਜੀ ਇਹ ਖਾ ਜਾਣਗੇ ਜੀ ਇਹ ਖਾ ਜਾਣਗੇ ਸਭ ਲਾਲ ਕਿਲ੍ਹਾ ਸਾਡਾ ਇੱਕ ਸਿੰਬਲ ਆਫ ਆਰ ਸੋਵਰੈਨਿਟੀ ਹੈ ਉੱਥੇ ਜਾ ਕੇ 15 ਅਗਸਤ ਨੂੰ ਝੰਡਾ ਫਿਰਾਉਂਦੇ ਆਪਾਂ ਉੱਥੇ ਜੇ ਬੀਜੇਪੀ ਸਿਰਫ ਹਿੰਦੂ ਪਾਰਟੀ ਹੁੰਦੀ ਅਤੇ ਉੱਥੇ ਰਾਮਚਰਿਤ ਮਾਨਸ ਦਾ ਪਾਠ ਹੋਣਾ ਚਾਹੀਦਾ ਸੀਗਾ ਕਿ ਉੱਥੇ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਆਪਾਂ ਜਨਮ ਦਿਹਾੜਾ ਮਨਾਇਆ ਸਭ ਹੈ ਅਤੇ ਇਹ ਲੋਕ ਅਜੇ ਵੀ ਗੱਲ ਕਰੀ ਜਾਂਦੇ ਸਭ ਅੱਖਾਂ ਖੋਲੋ ਸਾਹਿਬ ਅੱਜ ਤਾਂ ਇੱਕ ਆਪਾਂ ਸਟੀਰੀਓਟਾਈਪ ਇਮੇਜ ਬਣਾ ਲਈ ਸਾਹਿਬ ਜੇ ਐਡਾ ਹੀ ਹੁੰਦਾ ਕੋਈ ਹੋਰ ਕਵੇ ਤਾਂ ਕਵੇ ਸਾਹਿਬ ਮੈਂ ਸਮਝਦਾ ਪੰਥ ਦਾ ਕੋਈ ਆਦਮੀ ਆਹ ਗੱਲ ਕਵੇ ਤਾਂ ਸਭ ਉਹਨਾਂ ਨੂੰ ਕੋਣ ਰੋਕਦਾ ਸੀਗਾ ਉੱਥੇ ਕੋਈ ਰੋਕਦਾ ਸੀ ਉੱਥੇ ਜਾ ਕੇ ਸਾਹਿਬ ਵੀ ਮੈਂ ਤਾਂ ਅਜੇ ਰਾਮਨਵੀ ਹੈ ਜੀ ਇੱਥੇ ਕਰੂੰਗਾ ਫਿਰ ਸੋ ਇੱਕ ਲੋਕ ਭਾਵੁਕ ਹੋ ਜਾਂਦੇ ਸਭ ਅਸੀਂ ਪੰਜਾਬੀ ਵੈਸੇ ਭਾਵੁਕ ਤੁਸੀਂ ਜ਼ਿਕਰ ਕੀਤਾ ਕਿ ਅਕਾਲੀ ਦਲ ਮਜ਼ਬੂਤ ਲੀਡਰਸ਼ਿਪ ਦਾ ਤੁਸੀਂ ਜ਼ਿਕਰ ਕੀਤਾ ਕਿ ਮਜ਼ਬੂਤ ਲੀਡਰਸ਼ਿਪ ਹੋਣੀ ਚਾਹੀਦੀ ਹੈ ਸੀਟਾਂ ਦਾ ਕੋਈ ਰੌਲਾ ਨਹੀਂ ਬਾਦਲ ਸਾਹਿਬ ਤੋਂ ਬਾਅਦ ਜਦੋਂ ਲੀਡਰਸ਼ਿਪ ਜੋ ਮੌਜੂਦਾ ਸਮੇਂ ਦੇ ਵਿੱਚ ਹੈ ਤੁਹਾਨੂੰ ਲੱਗਦਾ ਕਿ ਉਨੀ ਮਜ਼ਬੂਤ ਹੈ ਜੋ ਅਕਾਲੀ ਦਲ ਨੂੰ ਜੋ ਤੁਸੀਂ ਸੋਚ ਰਹੇ ਹੋ ਜਾਂ ਕਹਿ ਰਹੇ ਹੋ ਉੱਥੇ ਰੱਖ ਸਕੇਗੀ ਸੁਨੀਲ ਜਾਖੜ ਦਾ ਉਹਨਾਂ ਨੂੰ ਮਜ਼ਬੂਤ ਮੰਨਣਾ ਨਾ ਮੰਨਣਾ ਇਜ਼ ਏ ਮਟੀਰੀਅਲ ਸਾਹਿਬ ਪੰਥ ਕੀ ਮੰਨਦਾ ਪੰਥ ਉਹਨਾਂ ਨੂੰ ਅਗਰ ਦੇਖਦਾ ਪੰਥ ਆਪਣੇ ਆਪ ਨੂੰ ਸਿਕਿਓਰ ਮਹਿਸੂਸ ਕਰਦਾ ਤਾਂ ਜਾਖੜ ਸਾਹਿਬ ਇਲੈਕਟੋਰਲ ਵਾਲੇ ਪਾਸੇ ਚਲਾ ਜਾਏਗਾ ਉਹ ਤਾਂ ਹੀ ਪਤਾ ਲੱਗੇਗਾ ਜੇ ਸੀਟਾਂ ਜਿੱਤਣਗੇ ਤਾਂ ਇਹਦਾ ਮਤਲਬ ਹੈ ਕਿ ਲੋਕ ਉਹਨਾਂ ਨੂੰ ਪ੍ਰਣਾਮ ਕਰ ਰਹੇ ਨੇ ਅਕਾਲ ਤਖ਼ਤ ਸਾਹਿਬ ਦੇ ਉਹ ਵੋਟ ਪੈਂਦੀ ਹੈ ਕਿ ਇੱਕ ਆਸਥਾ ਹੈ ਉਸ ਪੁਜੀਸ਼ਨ 'ਚ ਆਸਥਾ ਇੱਥੇ ਲੀਡਰਸ਼ਿਪ ਐਬਿਲਿਟੀਜ਼ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਹੋ ਸਾਡੀ ਗੱਲ ਤੁਸੀਂ ਬਿਨਾਂ ਕਨਫਰੰਟੇਸ਼ਨ ਦੇ ਮਨਵਾ ਸਕਦੇ ਹੋ ਤਰਕ ਨਾਲ ਮਜ਼ਬੂਤੀ ਨਾਲ ਰੱਖ ਸਕਦੇ ਹੋ ਉਹ ਦੇਖੋ
ਬਾਦਲ ਸਾਹਿਬ ਇੱਕ ਬਹੁਤ ਵੱਡੀ ਲਕੀਰ ਖਿੱਚ ਗਏ ਸਾਹਿਬ ਜੀ, ਉਹ ਬਹੁਤ ਵੱਡਾ ਇਮਤਿਹਾਨ ਹੈ। ਮੈਂ ਬਾਦਲ ਸਾਹਿਬ ਦੇ ਉਸ ਦਿਨ ਭੁਗਤੇ ਗਿਆ, ਮੈਂ ਕਿਹਾ ਬਹੁਤ ਤੁਹਾਨੂੰ ਲੈਗੇਸੀ ਬਹੁਤ ਵੱਡੀ ਮਿਲੀ ਹੈ ਸੁਖਬੀਰ ਜੀ, ਪਰ ਜ਼ਿੰਮੇਵਾਰੀ ਵੀ, ਉਹਨਾਂ ਲੀਗ ਵੀ ਐਡੀ ਵੱਡੀ ਖਿੱਚ ਕੇ, ਲੋਕ ਤੁਹਾਡੇ ਤੋਂ ਉਮੀਦ ਕਰਨਗੇ ਵੀ ਉਸ ਲੀਗ ਤਾਂ ਪਹੁੰਚੋ। ਸੌਖਾ ਨਹੀਂ ਕੰਮ ਸਾਹਿਬ, ਸਾਰਿਆਂ ਨੂੰ ਲੈ ਕੇ ਚੱਲਣਾ ਬਹੁਤ ਔਖਾ ਕੰਮ ਹੁੰਦਾ, ਪਰਿਵਾਰ ਨੂੰ ਲੈ ਕੇ ਚੱਲਣਾ ਔਖਾ ਹੋ ਜਾਂਦਾ, ਪਾਰਟੀ 'ਚ ਤਾਂ ਹਰੇਕ ਕਿਸਮ ਦੇ ਵੱਖ ਵੱਖ। ਚਲੋ ਮੈਂ ਬੀਜੇਪੀ, ਮੈਂ ਪੰਜਾਬ ਵਾਸਤੇ ਕਹਿ ਰਿਹਾ ਸਾਹਿਬ, ਮੇਰਾ ਮੈਂ ਤਾਂ ਤੁਹਾਨੂੰ ਕਿਹਾ ਵੀ ਦੋਨੋਂ ਬਾਦਲ ਸਾਹਿਬ ਅਤੇ ਸੁਖਬੀਰ ਜਾ ਕੇ, ਮੈਂ ਤਾਂ ਉਹਦੇ ਬਾਵਜੂਦ ਮੈਂ ਇੱਜ਼ਤ ਕਰਨਾ ਬਾਦਲ ਸਾਹਿਬ ਦੀ। ਜਿਹੜੇ ਲੋਕ ਕਹਿ ਰਹੇ ਸੀ ਵੀ ਸੁਨੀਲ ਨੂੰ ਹੱਥਕੜੀਆਂ ਪਾ ਕੇ, ਤੁਹਾਡੇ ਕੋਲ ਵੀਡੀਓ ਨਹੀਂ ਕੱਢਣੀ ਜੀ ਜੀ, ਵੀ ਹੱਥਕੜੀਆਂ ਪਾ ਕੇ ਘੜੀਸ ਕੇ ਕੱਢਾਂਗੇ ਇਹਨੂੰ, ਲੈ ਕੇ ਜਾਵਾਂਗੇ। ਮੈਂ ਫਿਰ ਕਹਿ ਰਿਹਾ ਵੀ ਉਹਨਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਸੁਨੀਲ ਕੋਈ ਐਵੇਂ ਕੋਈ ਖਿਡੌਣਾ ਥੋੜ੍ਹਾ ਜਿਹਾ ਨੂੰ ਸਾਹਿਬ ਐਂ ਚੱਕ ਕੇ ਲੈ ਜਾਣਗੇ? ਸੁਨੀਲ ਨੇ ਦਾਣੇ ਤੁਲਵਾਏ ਯਾਰ ਕਿਸੇ ਤੋਂ, ਜਾਂ ਕਿਸੇ ਦੀ ਜੇਬ ਕੱਟੀ ਹੈ? ਸੁਨੀਲ ਆਪਣੀ ਤਾਂ ਠੀਕ ਹੈ, ਬਾਕੀ ਚੰਗੇ ਮਾੜੇ ਟਾਈਮ ਹਰੇਕ ਤਿਆਂ ਦੇ, ਸਭ ਰੱਬ ਤੋਂ ਡਰ ਕੇ ਗੱਲ ਕਰਦੇ ਆ, ਕਿਸੇ ਦਾ ਮਾੜਾ ਕਰਦੇ ਨਹੀਂ, ਅਤੇ ਉਹ ਉਮੀਦ ਕਰਦੇ ਆ। ਮੈਂ ਬੀਜੇਪੀ ਵਾਲੇ ਪਾਸੇ ਆਉਂਦਾ, ਤੁਸੀਂ ਜ਼ਿਕਰ ਕਰ ਰਹੇ ਹੋ ਕਿ ਮੈਂ ਵੋਟ ਨਹੀਂ ਮੰਗ ਰਿਹਾ, ਮੈਂ ਕਹਿ ਰਿਹਾ ਕਿ ਜਿਹੜਾ ਵਧੀਆ ਕੈਂਡੀਡੇਟ ਆ ਉਹਨੂੰ ਵੋਟ ਕਰ ਦਿਓ, ਤੁਸੀਂ ਇਹ ਕਹਿ ਰਹੇ ਹੋ, ਬੀਜੇਪੀ ਦੇ ਵੱਲੋਂ ਜਿਹੜੀਆਂ ਸੀਟਾਂ ਦੀ ਵੰਡ ਹੋਈ ਹੈ ਉਹਦਾ ਪੈਮਾਨਾ ਕੀ ਰੱਖਿਆ ਗਿਆ? ਤੁਹਾਨੂੰ ਲੱਗਦਾ ਕਿ ਜਿਹੜੀਆਂ ਟਿਕਟਾਂ ਵੰਡੀਆਂ ਗਈਆਂ ਉਹ ਉਸ ਤਰੀਕੇ ਦੇ ਕੈਂਡੀਡੇਟ ਨੇ ਕਿ ਹਾਂ ਬੈਸਟ ਇਹਨੂੰ ਜਾ ਕੇ ਵੋਟ ਕਰ ਦਿਓ? ਕੋਸ਼ਿਸ਼ ਆਹੀ ਹੁੰਦੀ ਹੈ ਜੀ, ਟੂ ਫਾਈਂਡ ਦ ਬੈਸਟ ਸੂਟੇਬਲ ਕੈਂਡੀਡੇਟ ਹੂ ਹੈਜ਼ ਵਿਨਿੰਗ ਕਪੈਸਿਟੀ। ਉਹਨੇ ਇੱਕੀ ਕੋ ਫਰਕ ਹੋਏ ਸਾਹਿਬ, ਦੇਖੋ ਫਿਰ ਉੱਥੇ ਆ ਕੇ ਸਾਹਿਬ, ਆਹ ਜਿਹੜੀ ਅੱਜ ਦੀ ਪੋਲੀਟਿਕਸ ਹੈ ਨਾ, ਇਲੈਕਟੋਰਲ ਪੋਲੀਟਿਕਸ, ਉਹਦੇ ਵਿੱਚ ਇਟ ਇਜ਼ ਨੋਟ ਐ ਬੈਂਚ ਮਾਰਕ ਔਰ ਐ ਗੋਲਡ ਸਟੈਂਡਰਡ ਫੋਰ ਐਥਿਕਸ ਸਾਹਿਬ। ਉਹਦੇ ਵਿੱਚ ਚੰਗੇ ਮਾੜੇ, ਉਹ ਤਾਂ ਚਾਰ ਵਾਰੀ ਉਹੀ ਤਾਂ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ ਅਗਰ ਸਪੋਜ਼ ਕਰੋ ਬੀਜੇਪੀ ਜਾਂ ਕਾਂਗਰਸ ਮਾੜਾ ਬੰਦਾ ਖੜਾ ਕਰ ਦਿੰਦੀ ਹੈ, ਰਗੜਾ ਲਾ ਦਿਓ। ਕਈ ਲੋਕਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕੋਈ ਮੈਸੇਜ ਪਾਉਂਦਾ, ਕੋਈ ਐਂ ਕਰੀ ਜਾਂਦਾ, ਕੋਈ ਕੁਛ ਹੋਰ ਕਰੀ ਜਾਂਦੇ ਹੈ, ਜਿਹਨਾਂ ਦਾ ਜਿਹੜੇ ਲੋਕ ਹੈ ਹੁਣ ਉੱਥੇ ਕਰਨਾਟਕਾ 'ਚ ਲੁਕਿਆ ਕਿਸੇ ਤੋਂ ਸਭ, ਇੱਥੇ ਵੀਡੀਓ ਇੱਕ ਅੱਧੀ ਗਵਰਨਰ ਸਾਹਿਬ ਕੋਲ ਤੁਰੀ ਫਿਰਦੀ ਹੈ, ਉਹ ਲੋਕ ਵੀ ਤੁਰੇ ਫਿਰਦੇ, ਇੱਕ ਵਾਲੀ ਦਾ ਵੀਡੀਓ ਜੀ ਮੇਰੇ ਕੋਲ ਗਵਰਨਰ ਸਾਹਿਬ ਉਹ ਤਾਂ ਆਈ ਨਹੀਂ ਪਬਲਿਕ 'ਚ, ਉਹ ਤੁਰੀ ਫਿਰਦੀ ਹੈ। ਇਹ ਜਿਹੇ ਲੋਕਾਂ ਨੂੰ ਫਿਰ ਵੋਟਾਂ ਪਾ ਦਿਓਗੇ ਸਾਹਿਬ? ਫਿਰ ਕਿਉਂ, ਫਿਰ ਮੇਰੇ ਤੋਂ ਕਿਉਂ ਸਵਾਲ ਪੁੱਛੇ ਜਾਂਦੇ ਸਾਹਿਬ? ਯੂ ਇਹ ਵੋਟਰ ਦੀ ਰਿਸਪੋਂਸੀਬਿਲਿਟੀ ਹੈ ਸਾਹਿਬ, ਪਾਰਟੀ ਦੇ ਨਾਲ ਨਾਲ ਵੀ ਪਾਰਟੀ ਨੂੰ ਲੈਣ 'ਤੇ ਲੈ ਕੇ ਆ ਜੇ, ਵੀ ਟੇਂਡ ਦੇਣ ਲੱਗੇ ਚਾਰ ਵਾਰੀ ਸੋਚ ਕੇ ਦੱਸਿਓ, ਉਹਦੇ ਬਾਅਦ ਦਿਓ ਆਪਣੇ ਆਪ। ਇਸ ਕਰਕੇ ਸਵਾਲ ਕਰ ਰਹੇ ਹਾਂ ਜਾਖੜ ਸਾਹਿਬ, ਦੇਖੋ ਤੁਸੀਂ ਅੱਜ ਜਦੋਂ ਗੱਲ ਕਰ ਰਹੇ ਹੋ ਤਾਂ ਐਵੇਂ ਲੱਗ ਰਿਹਾ ਕਿ ਤੁਸੀਂ ਇ੕ੱਕ ਐਕਸਪਰਟ ਦੇ ਤੌਰ 'ਤੇ ਗੱਲ ਕਰ ਰਹੇ ਹੋ, ਪਰ ਅਸੀਂ ਤੁਹਾਨੂੰ ਸਵਾਲ ਕਰ ਰਹੇ ਹਾਂ ਬੀਜੇਪੀ ਦੇ ਪ੍ਰਧਾਨ ਦੇ ਤੌਰ 'ਤੇ। ਬੋਲੋ ਕਿਹੜੇ ਕਿਹੜੇ ਕੈਂਡੀਡੇਟ ਵਾਸਤੇ ਪੁੱਛਣਾ ਚਾਹੁੰਦੇ? ਗੱਲ ਮੈਂ ਉਸ ਜਾਣਨਾ ਚਾਹ ਰਿਹਾ ਕਿ ਲੋਕ ਜਿਹੜੀ ਤੁਹਾਡੀ ਗੱਲ ਸੁਣ ਰਹੇ ਹੈ, ਬੇਸਿਕਲੀ ਵੀ ਜਿਹੜੀਆਂ ਪਟਿਆਲਾ ਦੇ ਵਿੱਚ ਤੁਹਾਡੇ ਕੋਲੋਂ ਕਾਂਗਰਸ ਤੋਂ ਆਏ ਪ੍ਰਨੀਤ ਕੌਰ ਤੁਸੀਂ ਟਿਕਟ ਦੇ ਦਿੱਤੀ, ਰਵਨੀਤ ਬਿੱਟੂ ਆਏ ਟਿਕਟ ਦੇ ਦਿੱਤੀ, ਸੁਸ਼ੀਲ ਰਿੰਕੂ ਆਏ ਟਿਕਟ ਦੇ ਦਿੱਤੀ, ਇਹ ਟਿਕਟ ਔਨ ਅਰਾਈਵਲ ਕਿਉਂ ਹੋ? ਬਿਕੋਜ਼ ਸਾਡੀ ਪਾਰਟੀ ਸਭ ਤਿੰਨ ਸੀਟਾਂ 'ਤੇ ਲੜਦੀ ਰਹੀ ਹੈ ਹੁਣ ਤਾਈਂ, 3 to 13 'ਤੇ ਜਾਣਾ ਹੈ। ਅਗਰ ਮੈਂ ਉਹਨੂੰ ਇੱਕ ਫਰੇਜ਼ 'ਚ ਪੁੱਟ ਕਰਾਂ, ਯੂ ਕੈਨ ਨੋਟ ਮੇਕ ਐਨ ਆਮਲੇਟ ਵਿਦਆਊਟ ਬ੍ਰੇਕਿੰਗ ਦਾ ਐਗ। ਜਾਂ ਤਾਂ ਅਸੀਂ ਅਜੇ 10-15 ਸਾਲ ਲਾਈਏ ਜੀ, ਵੀ ਸਾਡਾ ਕਾਡਰ ਉੱਥੋਂ ਕੋਈ ਗਰੋਥ ਕਰਕੇ ਆਊਗਾ ਉਸ 'ਚੋਂ ਦੇਵਾਂਗੇ। ਅੱਜ ਦੇ ਦਿਨ ਸਾਡੇ ਕੋਲ ਜਿਹੜੇ ਲੋਕ ਸਾਡੇ ਕੋਲ ਚੱਲ ਕੇ ਆਏ ਹੈ ਉਹਨਾਂ ਨੂੰ ਅਸੀਂ ਪ੍ਰਤਿਆ ਰਹੇ ਹਾਂ ਵੀ ਆਓ ਆ ਕੇ ਦੇਖੋ, ਲੋਕ ਤੁਹਾਨੂੰ ਐਕਸੈਪਟ ਕਰਦੇ ਆ। ਦੀਜ਼ ਪੀਪਲ ਹੈਵ ਬੀਨ ਐਕਸੈਪਟਡ ਬਾਏ ਪੀਪਲ, ਲੋਕਾਂ ਨੇ ਚੁਣ ਕੇ ਇਹਨਾਂ ਨੂੰ ਭੇਜੇ ਸੀਗੇ, ਅਸੀਂ ਲੋਕ ਜਾ ਉਹਨਾਂ ਕੋਲ ਫਿਰ ਜਾਵਾਂਗੇ। ਅਤੇ ਨਾਲ ਮੈਂ ਤਾਂ ਆਹ ਵੀ ਕਹਿ ਰਿਹਾ, ਪਾਰਟੀ ਦੇ ਪ੍ਰਧਾਨ 'ਤੇ ਬੈਠਾ ਕਹੀ ਜਾਣਾ, ਸਵੇਰੇ ਹੋ ਸਕਦਾ ਮੈਨੂੰ ਕਹਿ ਦੇਣ ਵੀ ਸੁਨੀਲ ਆਹ ਗੱਲ ਕਿਉਂ ਕਹਿ, ਕਿਸੇ ਨੂੰ ਚੁੱਭ ਜੇ ਵੀ ਤੈਂ ਮੇਰੇ ਕਿਰਦਾਰ 'ਤੇ ਇਲਜ਼ਾਮ ਲਾਇਆ। ਮੈਂ ਤਾਂ ਇਹ ਕਿਹਾ ਵੀ ਅਜੇ ਬੰਦਿਆਂ ਨੂੰ ਹਟਾਓ, ਮੈਂ ਤਾਂ ਨਾਮ ਤਾਂ ਕਿਸੇ ਪਾਰਟੀ ਦਾ ਨਹੀਂ ਲਿਆ, ਹੋ ਸਕਦਾ ਸਾਡੀ ਪਾਰਟੀ 'ਚ ਵੀ ਹੋਣ, ਉਹਨਾਂ ਨੂੰ ਵੋਟ ਨਾ ਪਾਓ ਅਤੇ ਆਪੇ ਹੀ ਮੈਨੂੰ ਫਰੰਟ ਫੜਾ ਦੇਣਗੇ, ਪਹਿਲੋਂ ਜਾਓ ਜੀ ਕਰੇ। ਜਿਹੜੀਆਂ ਤੁਸੀਂ ਇਸ ਸਮੇਂ ਬਿਆਨ ਦੇ ਰਹੇ ਹੋ ਇਹ ਤੁਹਾਨੂੰ ਪ੍ਰੈਕਟੀਕਲ ਪੋਸੀਬਲ ਲੱਗਦਾ ਕਿ ਕਿਸੇ ਟਾਈਮ ਜਾ ਕੇ ਐਵੇਂ ਹੋਏਗਾ ਕਿ ਆਪਾਂ? ਓਵਰ ਅ ਪੀਰੀਅਡ ਆਫ ਟਾਈਮ ਸਰ, ਲੋਕ ਚੰਗੇ ਬੰਦੇ ਵੋਟ ਪਾਉਣ ਲੱਗ ਜਾਣੇ, ਚੰਗੇ ਬੰਦੇ ਨੂੰ ਟਿਕਟ ਦੇਣ ਲੱਗ ਜਾਣਗੇ, ਉਹਨਾਂ ਦਾ ਮਤਲਬ ਤਾਂ ਸਰਕਾਰ ਬਣਾਉਣ ਤੋਂ ਪਾਰਟੀਆਂ। ਬਿਕੋਜ਼ ਕਹਿੰਦੇ ਐਂਡ ਦੇ ਵਿੱਚ ਜਾ ਕੇ ਜਿਹੜੇ 48 ਘੰਟੇ ਹੁੰਦੇ ਆ ਉਦੋਂ ਨੋਟ ਕਸੂਰ ਨਹੀਂ, ਮੈਂ ਤੁਹਾਨੂੰ ਸੱਚੇ ਚੇਤ ਕਰਾ ਰਿਹਾ,
ਵੀ ਦੇਖ ਕੇ ਵੋਟਾਂ ਪਾਓ ਸਾਹਿਬ, ਕਿਹੜੇ ਲੋਕਾਂ ਨੂੰ ਵੋਟ ਦੇਣ ਜਾ ਰਹੇ ਹੋ, ਤੁਹਾਡੇ ਮਸਲੇ ਹੱਲ ਕਰਾ ਦੇਣਗੇ ਜਾਂ ਆਪਣੇ ਮਸਲੇ ਹੱਲ ਕਰਨਗੇ। ਜਿਹੜੇ ਕਹਿੰਦੇ ਨੇ ਮਸਲੇ ਹੱਲ ਕਰਦੇ ਹੈ, ਉਹ ਮਸਲੇ ਉਹਨਾਂ ਨੇ ਆਪਣੇ ਤਾਂ ਕਰ ਲਏ, ਨੋਟ ਤਾਂ ਸਾਹਮਣੇ ਨਹੀਂ ਜਾਂਦੇ। ਗੱਲ ਗਰੀਬਾਂ ਦੀ ਕਰਦੇ ਹੈ, ਸੁਦਾਮਾ ਬਦਨਾਮ ਕਰੀ ਜਾਂਦੇ, ਘਰੇ ਨੋਟ ਸਾਹਮਣੇ ਨਹੀਂ, 10-10 ਕਰੋੜ ਰੁਪਈਆ ਹੇਠਾਂ ਪਿਆ ਸਾਹਿਬ, ਜਗ੍ਹਾ ਹੈ ਨਹੀਂ ਰੱਖਣ ਨੂੰ। ਤੁਸੀਂ ਬੀਜੇਪੀ ਦਾ ਪੰਜਾਬ 'ਚ ਕਿਸ ਤਰੀਕੇ ਦਾ ਸਕੋਪ ਦੇਖਦੇ ਹੋ, ਕਿਉਂਕਿ ਹੁਣ ਤੱਕ ਬੀਜੇਪੀ ਨੇ ਇੱਕ ਬਹੁਤ ਛੋਟਾ ਰੋਲ ਅਦਾ ਕਰਦੀ ਰਹੀ ਹੈ ਸਰਕਾਰ ਦੇ ਵਿੱਚ ਵੀ, ਉੱਥੇ ਆ ਗਈ ਗੱਲ ਜੀ ਲੋਕ ਸਭਾ ਦੇ ਵਿੱਚ ਵੀ, ਹੁਣ ਅੱਗੇ ਜਦੋਂ ਵੱਡੇ ਸੰਦਰਭ 'ਚ ਜਾਣਾ ਹੈ ਤਾਂ ਉੱਥੇ ਕਿਸ ਤਰੀਕੇ ਨਾਲ ਪੰਜਾਬ? ਬਿਲਕੁਲ ਸਾਹਿਬ, ਲੋਟ ਆਫ ਪੋਟੈਂਸ਼ੀਅਲ ਸਰ। ਦੇਖੋ, ਚਾਹੇ ਅਸੀਂ ਸੀਟਾਂ 23 'ਤੇ ਲੜਦੇ ਸੀਗੇ, ਪਰ ਇਹਦਾ ਮਤਲਬ ਆਹ ਨਹੀਂ ਵੀ ਬੀਜੇਪੀ ਦੇ ਚਾਹੇ ਲੀਡਰ ਨਾ ਹੋਣ, ਚਾਹੇ ਸੰਗਠਨ ਨਾ ਹੋਵੇ, ਪਰ ਬੀਜੇਪੀ ਦੇ ਹਿਮਾਇਤੀ ਹਰੇਕ ਹਲਕੇ 'ਚ ਬੈਠੇ ਹੈ, ਹਰੇਕ ਪੰਜਾਬ ਦੇ ਕੋਰਨਰ 'ਚ ਬੈਠੇ ਹੈ। ਉਹਨਾਂ ਨੂੰ ਔਰਗਨਾਈਜ਼ ਕਰਨਾ, ਉਹਨਾਂ ਨੂੰ ਸਟਰੈਂਥਨ ਕਰਨਾ, ਉਹਨਾਂ ਨੂੰ ਮੋਬਲਾਈਜ਼ ਕਰਨਾ, ਅਤੇ ਉਹਨਾਂ ਨੂੰ ਇੱਕ ਉਹਨਾਂ 'ਚੋਂ ਲੀਡਰ, ਕੋਈ ਮੈਂ ਕਹਿ ਰਿਹਾ ਨਹੀਂ, ਜਾਂ ਤਾਂ ਉਹਨਾਂ 'ਚੋਂ ਟਾਈਮ ਲੱਗ ਕੇ ਵੀ ਲੀਡਰ ਨਿਕਲੂਗਾ ਜੀ ਉਹਨਾਂ 'ਚੋਂ, ਲੀਡਰ ਇੱਕ ਦਿਨ 'ਚ ਨਹੀਂ ਬਣਦੇ ਹੁੰਦੇ ਗੌਰਵ ਜੀ। ਲੀਡਰਸ ਨੂੰ ਇਸਟੈਬਲਿਸ਼ ਕਰਨ ਆਪਣੇ ਆਪ 'ਚ, ਲੋਕ ਦੇਖਦੇ ਆ, ਪਰਤਦੇ ਆ, ਦੇਖਦੇ ਆ, ਬੜੀ ਪੈਨੀ ਨਿਗਾਹ ਨਾਲ ਦੇਖਦੇ ਆ ਵੀ ਇਹਦੇ ਪੱਲੇ ਕੁਛ ਹੈ ਵੀ ਕਰ ਸਕਦਾ, ਕੋਈ ਚੰਗਾ ਸੁਆਰ ਸਕਦਾ ਕਿਸੇ ਦਾ, ਉਸ 'ਚੋਂ ਨਿਕਲਦਾ। ਉਹਨਾਂ ਨੂੰ ਟਾਈਮ ਨਹੀਂ, ਇਲੈਕਸ਼ਨ ਸਿਰ 'ਤੇ ਆ ਗਿਆ, ਅਤੇ ਹੁਣ ਤਾਂ ਲੋਕ ਜਿਹੜੇ ਆਏ ਉਹਨਾਂ ਨੂੰ ਮੌਕਾ ਦੇ ਕੇ ਦੇਖਾਂਗੇ ਓਵਰ ਅ ਪੀਰੀਅਡ ਆਫ ਟਾਈਮ। ਅੱਜ ਤਾਂ ਸਾਡੇ ਕੋਲ 94 ਸੀਟਾਂ ਹੋਰ ਹੈ ਸਾਹਿਬ, ਜਿੱਥੇ ਲੋਕਾਂ ਨੇ ਆਉਣਾ, ਉਹ ਬਾਹਰੋਂ ਹੀ ਆਉਣਗੇ ਸਾਹਿਬ। ਅੱਜ ਤਾਂ ਸਾਡੇ ਕੋਲ ਤਾਂ ਕੋਈ ਹੈ ਨਹੀਂ ਵੀ ਜੇਬ 'ਚ ਪਏ ਹੈ ਸਭ। ਯਾਨੀ ਇਹ ਲੋਕ ਸਭਾ ਦੀ ਚੋਣ ਤੁਹਾਨੂੰ ਇੱਕ ਤਸਵੀਰ 'ਤੇ ਦਿਖਾ ਸਕਦੀ ਹੈ ਕਿ ਕਿੱਥੇ ਕਿੱਥੇ ਪੋਟੈਂਸ਼ੀਅਲ ਚੰਗੀ ਤਸਵੀਰ ਆਊਗੀ ਸਾਹਿਬ। ਮੈਂ ਤੁਹਾਨੂੰ, ਮੈਂ ਕੋਈ ਪ੍ਰੋਡਿਕਸ਼ਨ ਨਹੀਂ ਕਰਦਾ, ਪਰ ਤਸਵੀਰ ਇਜ਼ ਗੋਇੰਗ ਟੂ ਬੀ ਮੱਚ ਬੈਟਰ ਦੈਨ ਵੈਨ ਐਂਟੀਸਪੇਟਿਡ, ਮੱਚ ਬੈਟਰ ਦੈਨ ਐਂਟੀਸਪੇਟਿਡ। ਤੁਹਾਡਾ ਟਾਰਗੇਟ ਸੀਟਾਂ ਜਿੱਤਣ ਦੇ ਉੱਤੇ ਹੈ ਜਾਂ ਫਿਰ ਵੋਟ ਪਰਸੈਂਟੇਜ 'ਤੇ? ਸਾਡੀ ਵੋਟ ਫਿਰ ਤੁਸੀਂ ਮੇਰੇ ਨਾਲੋਂ ਜ਼ਿਆਦਾ ਦੇਖਦੇ ਹੋ ਸਾਹਿਬ, 6% ਤੋਂ ਤਾਂ ਵਧਣੀ ਹੈ ਸਾਹਿਬ। ਸਾਡੀ ਸੀਟਾਂ ਵੀ ਵਧਣਗੀਆਂ ਸਾਹਿਬ, ਸਾਡੀਆਂ ਵੋਟ ਪਰਸੈਂਟੇਜ ਵੀ ਵਧੂਗੀ, ਅਤੇ ਜਿਹੜਾ ਚਿਹਰਾ ਆਉਣ ਵਾਲਾ ਸਮੇਂ 'ਚ ਮੈਂ ਦੇਖ ਰਿਹਾ, ਦੇਰ ਇਜ਼ ਅ ਲੋਟ ਆਫ ਸਕੋਪ ਜਿਹੜੀ ਹੈ। ਬੀਜੇਪੀ ਹੈਜ਼ ਓਨਲੀ ਨਾਓ ਟੂ ਗੋ ਹਾਇਰ ਇੱਥੇ ਪੰਜਾਬ ਦੇ ਅੰਦਰ, ਅਤੇ ਲੋਕ ਦੇਖਣਗੇ ਅਤੇ ਲੋਕ ਜੁੜਨਗੇ ਨਾਲ, ਅਤੇ ਲੋਕਾਂ ਨੂੰ ਕਿਸ ਤਰ੍ਹਾਂ ਜੋੜਨਾ ਹੈ, ਲੋਕਾਂ ਨੂੰ ਕਿਸ ਤਰ੍ਹਾਂ ਜਿਹੜੀ ਭਾਈਚਾਰੇ ਸਾਂਝ ਦੇ ਅੰਦਰ ਸੋ ਕਾਲਡ ਸੈਕੂਲਰ ਪਾਰਟੀ ਨੇ ਢਾਲ ਆਈ ਹੈ, ਉਹਨੂੰ, ਉਸ ਪਰਸੈਪਸ਼ਨ ਨੂੰ ਖਤਮ ਕਰਨਾ ਸਾਹਿਬ, ਉਹਨੂੰ ਅਸੀਂ ਦੋਨਾਂ ਪੱਖੋਂ ਖਤਮ ਕਰਾਂਗੇ। ਇਹਨਾਂ ਨੇ ਹਿੰਦੂ ਵਾਲੀ ਗੱਲ ਕਹਿ ਕੇ ਕਾਂਗਰਸੀਆਂ ਨੇ ਮੰਜੀ ਠੋਕੀ ਹੈ, ਉਹ ਉਹਨਾਂ ਨੇ ਆਹ ਕਹਿਤਾ ਵੀ ਆਹ ਸਿੱਖਾਂ ਦੇ ਖਿਲਾਫ਼ ਹੈ, ਉਹਨੂੰ ਬ੍ਰਿਜ ਕਰਨਾ, ਦੈਟ ਇਜ਼ ਦਾ ਮੇਨ ਏਜੰਡਾ ਔਰ ਬੀਜੇਪੀ ਸਾਹਿਬ। ਤੀਜੀ ਚੀਜ਼ ਹੋਰ ਹੈ ਜਾਖੜ ਸਾਹਿਬ ਛੋਟੀ ਜੀ, ਉਹ ਐਂਟੀ ਫਾਰਮਰਸ ਵੀ, ਕਿਉਂਕਿ ਅੱਜ ਕੱਲ੍ਹ ਕਿਸਾਨ ਬਹੁਤ ਪ੍ਰੋਟੈਸਟ ਕਰ ਰਹੇ ਨੇ, ਤੁਹਾਡੇ ਕੈਂਡੀਡੇਟਸ ਨੂੰ ਮੁਸ਼ਕਿਲ ਹੋ ਰਹੀ ਹੈ ਪ੍ਰਚਾਰ ਕਰਨ 'ਚ, ਉਹਨੂੰ ਤੁਸੀਂ ਕਿਵੇਂ ਫਿਰ ਟੈਕਲ ਕਰੋਗੇ? ਸ਼ਾਮਾਂ ਪੈ ਜਾਣਗੀਆਂ ਇਸ 'ਤੇ ਗੱਲ ਕਰਦੇ ਵਿਜੇ ਜੀ, ਅੱਡ ਇੱਕ ਦਿਨ ਰੱਖ ਲਓ ਪ੍ਰੋਗਰਾਮ ਮੇਰੇ ਨਾਲ, ਮੈਂ ਇਸ 'ਤੇ ਵੀ ਬਹੁਤ ਸਾਰਾ ਕੁਛ ਮੈਂ ਕਹਿਣ ਨੂੰ, ਜਿਵੇਂ ਆਹ ਇਹਨਾਂ ਨੇ ਛੇੜ ਲਈ ਗੱਲਾਂ ਕਟਕਰੇ ਨੇ, ਉਹ ਕਿਸਾਨਾਂ ਵਾਲੇ, ਕਿਉਂਕਿ ਕਿਸਾਨੀ ਨਾਲ ਜੁੜੇ ਹਾਂ ਸਾਹਿਬ ਅਸੀਂ ਵੀ, ਮੈਂ ਵੀ ਸਮਝਦਾ ਦਰਦ ਹੈ ਕਿਸਾਨਾਂ ਦਾ ਸਾਹਿਬ, ਇਸ ਤੋਂ ਕੋਈ ਡਿਨਾਈ ਨਹੀਂ ਕਰ ਸਕਦਾ। ਜਿਹੜਾ ਬੰਦਾ ਇਸ ਗੱਲ ਨੂੰ ਡਿਨਾਈ ਕਰਦਾ, ਉਹ ਆਪਣਾ, ਉਹ ਕਹਿੰਦੇ ਨੇ ਐਪੀਟਾਫ ਲਿਖ ਰਿਹਾ ਵੀ ਉਹਦੇ ਦਾ ਭੋਗ ਪੈ ਗਿਆ, ਸਮਝ ਲਓ। ਕਿਸਾਨਾਂ ਦਾ ਪ੍ਰੋਬਲਮ ਹੈ, ਕੀ ਪ੍ਰੋਬਲਮ ਹੈ, ਉਹਨੂੰ ਕਿਵੇਂ ਹੱਲ ਕਰਨਾ ਹੈ, ਉਹ ਅੱਡ ਅੱਡ ਨਜ਼ਰੀਏ ਹੈ, ਉਹਦੇ ਵਾਸਤੇ ਬੈਠ ਕੇ ਗੱਲ ਕਰੂੰਗਾ। ਪਰ ਮੈਂ ਸਮਝਦਾ ਵੀ ਆਹ ਜਿਹੜਾ ਹੈ, ਇੱਕ ਗੱਲ ਮੈਂ ਅੱਜ ਤੁਹਾਡੇ ਨਾਲ ਇੱਥੇ ਸਾਂਝੀ ਕਰ ਸਕਦਾ, ਕੋਈ ਐਡਾ ਕੋਈ ਗਿਆਨ ਵੀ ਹੈ ਨਹੀਂ ਸਾਰਿਆਂ ਨੇ ਦੇਖਿਆ। ਜਿਹੜਾ ਮੈਂ ਦੇਖਿਆ ਵੀ ਜਦੋਂ ਇਹ 3 ਕਾਨੂੰਨ ਬਣੇ ਸੀ, ਉਹਦੇ ਬਾਅਦ ਜਿਹੜਾ ਮੁਹਿੰਮ ਚੱਲੀ, ਉੱਥੇ ਸੰਘਰਸ਼ ਚੱਲਿਆ, ਉਹਦੀ ਕਾਮਯਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਸੀਗਾ, ਇੱਕ ਤਾਂ ਸਾਰਿਆਂ ਦਾ ਏਕਾ ਸੀਗਾ ਜੀ, ਸਾਰੇ ਵਰਗ ਇਕੱਠੇ ਸੀ, ਚਾਹੇ ਵਪਾਰੀ ਸੀ, ਮਜ਼ਦੂਰ ਸੀ, ਆੜ੍ਹਤੀਏ ਸੀ, ਸਾਰਾ ਪੰਜਾਬ ਇਕੱਠਾ ਸੀਗਾ। ਦੂਜਾ ਇੱਕ ਸ਼ਾਂਤੀਪੂਰਵਕ ਸੀਗਾ ਸਭ। ਅੱਜ ਉਹ ਦੋਨੋਂ ਗੱਲਾਂ ਦਿਸ ਨਹੀਂ ਰਹੀਆਂ, ਇਸ ਕਰਕੇ ਇਹ ਗੱਲਾਂ ਇਹਨਾਂ ਦੇ ਲੀਡਰਾਂ ਨੂੰ ਵੀ ਅੰਦਰ ਝਾਤੀ ਮਾਰ ਕੇ ਦੇਖਣੀ ਚਾਹੀਦੀ ਹੈ। ਪਰ ਮੈਂ ਕਿਸੇ ਨੂੰ ਰਾਏ ਦੇਣ ਵਾਸਤੇ ਨਹੀਂ ਬੈਠਾ ਇੱਥੇ ਸਾਹਿਬ, ਨਾ ਉਹ ਆਪਦਾ ਕਰਨ, ਪਰ ਮੇਰਾ ਇਹ ਕਹਿਣਾ ਵੀ ਉਹ ਜਿਹੜਾ ਏਜੰਡਾ ਸੀਗਾ,
ਉਹ ਲੋਕਾਂ ਦੇ ਮਨ 'ਚ ਇਸ ਕਰਕੇ ਉਤਰਿਆ, ਹਿੰਦੁਸਤਾਨ ਦੇ ਲੋਕਾਂ ਨੇ ਕਿਹਾ ਵੀ ਆਹ ਹੋ ਰਿਹਾ। ਪਰ ਕਿਸਾਨ ਦਾ ਜਿਹੜੀ ਸਮੱਸਿਆ ਹੈ ਉਹਨੂੰ ਕੋਈ ਵੀ ਅੱਖੋਂ ਪਰੋਖੇ ਨਹੀਂ ਕਰ ਸਕਦਾ, ਕੋਈ ਵੀ ਕਰੂਗਾ ਹੀ ਵਿਲ ਬੀ ਡੂਇੰਗ ਐਟ ਇਜ਼ ਓਨ ਪੈਰਲ। ਸੋ ਐਟਲੀਸਟ ਆਈ ਡੋਂਟ ਮੈਂ ਸਮਝਦਾ ਵੀ ਕਿਸਾਨਾਂ ਦੇ ਮੁੱਦੇ ਨੂੰ ਬੜਾ ਗੰਭੀਰਤਾ ਨਾਲ ਤਰੀਕੇ ਨਾਲ ਐਡਰੈਸ ਹੋਵੇ, ਇਹਨਾਂ ਦੀ ਇਹਨਾਂ ਦੇ ਸਾਰਿਆਂ ਨੂੰ ਸਾਂਝ ਪਾ ਕੇ ਸਭ ਸਾਰਿਆਂ ਦੀ ਰਾਏ ਦੇ ਨਾਲ, ਇਹ ਨਾ ਹੋਵੇ ਵੀ ਮੈਂ ਮਨ 'ਚ ਆਪਣਾ ਕੋਈ ਕਹਿੰਦੇ ਨਾ ਮੈਂ ਤਾਂ ਪਾਈ ਜਾਂਦਾ ਤੇਰੇ ਅੱਖ 'ਚ ਸੁਰਮਾ ਅਤੇ ਤੁਸੀਂ ਕਹੋ ਸੁਨੀਲ ਮੇਰੀ ਅੱਖ ਫੋੜੀ ਜਾਂਦਾ, ਇਹੋ ਜਿਹਾ ਸੁਰਮਾ ਵੀ ਕਿਸ ਕੰਮ ਦਾ ਸਭ। ਇਸ ਕਰਕੇ ਆਪਾਂ ਨੂੰ ਬੜਾ ਸਾਰਿਆਂ ਨੂੰ ਬੈਠ ਕੇ ਤਰੀਕੇ ਨਾਲ ਸਮਝ, ਕਿਉਂਕਿ ਉਹ ਵਾਰ-ਵਾਰ ਕਹਿੰਦੇ ਅਸੀਂ ਤਾਂ ਸਵਾਲ ਕਰ ਰਹੇ ਹਾਂ ਔਰ ਉਹ ਕਿਤੇ ਨਾ ਕਿਤੇ ਕਲੈਸ਼ ਦਾ ਕਾਰਨ। ਮੈਂ ਦੱਸੂਗਾ ਸਾਹਿਬ, ਉਹਦਾ ਵੀ ਸਾਰੀ ਗੱਲ ਕਰਾਂਗੇ। ਆਈ ਵਿਲ ਲੋ ਸਾਡੇ ਨਾਲ ਸਾਡੀ ਸਾਰੀ ਟੀਮ ਆ, ਅਸੀਂ ਨਿਊਜ਼ ਰੂਮ ਦੇ ਵਿੱਚ ਤਾਂ ਹੀ ਜਾਖੜ ਸਾਹਿਬ ਰੱਖਿਆ ਹੋਇਆ, ਤੁਹਾਨੂੰ ਬਟਾਇਆ ਪਸੰਦ ਨਹੀਂ ਆਇਆ? ਪਸੰਦ ਨਹੀਂ, ਉਹ ਮੈਨੂੰ ਛੇੜ ਲਿਆ, ਮੈਂ ਸਾਰੀ ਉਮਰ ਕਹਿੰਦਾ ਡੋਗਰ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ, ਉਹ ਗਾਣਾ ਬੜਾ ਮਸ਼ਹੂਰ ਸੀਗਾ ਜੀ ਸਾਡੇ, ਤੇ ਤੁਸੀਂ ਭੱਜੇ ਫਿਰ ਰਹਿੰਦੇ ਹੋ ਅਦਾਲਤ ਵਾਲੇ ਕਟਹਿਰੇ ਤੋਂ, ਚੰਗਾ ਕਿ ਪੱਤਰਕਾਰਾਂ ਵਾਲਾ ਕਟਹਿਰਾ ਠੀਕ ਹੈ। ਹੋਰ ਤੁਹਾਡੀ ਠਾਠ ਹੈ ਸਾਹਿਬ, ਸਾਰਿਆਂ ਨੂੰ ਕਟਕਰੇ 'ਚ ਲਿਆ ਕੇ ਖੜੇ ਕਰ ਲੈਂਦੇ ਸਾਡੇ ਵਰਗੇ ਆ ਕੇ ਸਾਡੇ ਨਾਲ ਸਾਰੇ ਜਨਤਾ ਦੀ ਕਚਹਿਰੀ। ਯੰਗ ਜਰਨਲਿਸਟ ਬਹੁਤ ਸਾਰੇ ਹੈਗੇ ਆ ਸਾਰੇ ਨਿਊਜ਼ ਰੂਮ ਦੇ ਵਿੱਚ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੋਂ ਵੀ ਥੋੜੇ ਸਵਾਲ ਜ਼ਰੂਰ ਲੈ ਸਕੀਏ। ਵਿਨੇਸ਼ ਦਾ ਤੁਸੀਂ ਜ਼ਿਕਰ ਕਰ ਹੀ ਰਹੇ ਹੋ, ਵਿਨੇਸ਼ ਜਾਖੜ ਸਾਹਿਬ ਤੁਹਾਡਾ ਕਾਫੀ ਲੰਬਾ ਤਜਰਬਾ ਹੈ ਜਾਖੜ ਫੈਮਿਲੀ ਦਾ ਹੀ, ਤੁਹਾਡੇ ਫਾਦਰ ਸਾਹਿਬ ਸਿਆਸਤ 'ਚ ਰਹੇ, ਹੁਣ ਤੁਸੀਂ ਹੋ, ਤੁਹਾਡੇ ਭਤੀਜਾ ਵੀ MLA ਹੈ। ਮੇਰਾ ਸਵਾਲ ਇਹ ਹੈ ਕਿ ਅੱਜ ਕੱਲ੍ਹ ਜਿਹੜਾ ਸਿਆਸਤ ਵਿੱਚ ਸਪੈਸ਼ਲੀ ਇਲੈਕਸ਼ਨ ਕੈਂਪੇਨ ਦੇ ਦੌਰਾਨ ਜਿਸ ਤਰ੍ਹਾਂ ਦੀ ਲੈਂਗੁਏਜ ਦਾ ਯੂਜ਼ ਕੀਤਾ ਜਾਂਦਾ ਹੈ, ਜੇ ਸਪੈਸੀਫਿਕਲੀ ਆਪਾਂ ਗੱਲ ਕਰੀਏ ਜਿਹੜੇ ਡੈਜ਼ਿਗਨੇਟਡ ਅਹੁਦਿਆਂ 'ਤੇ ਬੰਦੇ ਬੈਠੇ ਹੈ ਭਾਵੇਂ PM ਤੋਂ ਲੈ ਕੇ ਅਤੇ ਲੋਕਲ ਵਰਕਰ ਤੱਕ, ਕਿਸ ਤਰ੍ਹਾਂ ਦੀਆਂ ਲੈਂਗੁਏਜ ਦਾ ਯੂਜ਼ ਕਰਦੇ ਹੈ? ਆਪਾਂ ਇਸ ਇਲੈਕਸ਼ਨ ਵਿੱਚ ਵੀ ਦੇਖਿਆ ਮੰਗਲਸੂਤਰ, ਮੱਝਾਂ, ਹਿੰਦੂ ਮੁਸਲਿਮ ਤਾਂ ਅਕਸਰ ਹੁੰਦਾ ਹੀ ਸੀਗਾ, ਅਤੇ ਗੁਰੂ ਨਾਨਕ ਦੇਵ ਜੀ ਦਾ ਪੰਜਾ ਐਟਸੈਕਟਰਾ ਐਟਸੈਕਟਰਾ। ਤੁਹਾਡੀ ਹਾਲਾਂਕਿ ਆਪਦੀ ਪਰਸਨਲ ਲੈਂਗੁਏਜ ਅਸੀਂ ਓਬਜ਼ਰਵ ਕੀਤਾ ਇੰਨੇ ਸਾਲਾਂ ਵਿੱਚ ਕਿ ਬੜੀ ਸਿਵਲਾਈਜ਼ਡ ਹੈ, ਬੜੀ ਸਭਿਆ ਹੈ, ਪਰ ਬਾਕੀ ਤੁਸੀਂ ਇਸ ਲੈਂਗੁਏਜ਼ ਨੂੰ ਅੱਜ ਕੱਲ੍ਹ ਦੇ ਸਿਆਸੀ ਦੌਰ ਵਿੱਚ ਕਿਵੇਂ ਦੇਖਦੇ ਹੋ, ਸਪੈਸ਼ਲੀ ਜਦੋਂ ਡੈਜ਼ਿਗਨੇਟਡ ਬੰਦਿਆਂ ਵੱਲੋਂ ਇਹੋ ਜਿਹੇ ਬਿਆਨ ਆਉਂਦੇ ਹੈ? ਡੈਜ਼ਿਗਨੇਟਡ ਨੋਨ ਡੈਜ਼ਿਗਨੇਟਡ ਸਮਾਜ 'ਚ ਮੈਂ ਸਮਝਦਾ ਵੀ ਆ ਸਭ ਕੜੱਤਨ ਖਤਮ ਹੋਣੀ ਚਾਹੀਦੀ ਹੈ, ਸਭ ਲੈਂਗੁਏਜ ਵੀ ਅਦਰਵਾਈਜ਼ ਵੀ ਆ ਕੜੱਤਨ ਖਤਮ ਹੋਣੀ ਚਾਹੀਦੀ ਹੈ। ਇੱਥੇ ਬਹੁਤ ਮੈਂ ਸਮਾਂ ਦੇਖਿਆ ਸਾਹਿਬ, ਬਹੁਤ ਹੀ ਚੰਗੇ ਸੁਖਾਵੇਂ ਮਾਹੌਲ 'ਚ ਗੱਲਬਾਤ, ਮੈਂ ਤਾਂ ਬਾਦਲ ਸਾਹਿਬ ਲਿਵਿੰਗ ਐਗਜ਼ਾਮਪਲ ਹੈ ਸਾਹਿਬ, ਵੀ ਅਸੀਂ ਸਾਰਾ ਕੁਛ ਉਹਨਾਂ ਦੇ ਖਿਲਾਫ਼, ਪਰ ਜਦੋਂ ਉਹਨੂੰ ਮਿਲਦੇ ਸੀਗੇ ਮੈਂ ਕਿਉਂ ਐਨ ਪਾਣੀ ਪਾਣੀ ਕਰਕੇ ਤੋਰਦੇ ਤੇ ਨੇਰੇ ਬਿਠਾ ਸੀਗੇ, ਉਹ ਇੱਕ ਆਈ ਥਿੰਕ ਇੱਕ ਜਨਰੇਸ਼ਨ ਬਦਲ ਰਹੀ ਹੈ ਸਾਹਿਬ, ਜਿਹੜੀ ਓਵਰਆਲ ਫਰਸਟ੍ਰੇਸ਼ਨ ਜਿਹੜੀ ਹੈ ਨਾ ਜੀ, ਇੱਕ ਅੱਗੇ ਵਧਣ ਦੀ ਇੱਕ ਖੁਆਇਸ਼, ਸੀਕਿੰਗ ਮੋਰ ਦੈਨ ਵਟ ਇਜ਼ ਵਟ ਵਨ ਡਿਜ਼ਰਵਸ, ਉਹ ਇੱਕ ਫਰਸਟ੍ਰੇਸ਼ਨ ਸੋਸਾਇਟੀ 'ਚ ਬਣਦੀ ਜਾ ਰਹੀ ਹੈ, ਦੈਟ ਰਿਫਲੈਕਟਸ। ਫਿਰ ਲੀਡਰ ਕਿਹੜੇ, ਫਿਰ ਹੈ ਤਾਂ ਬੰਦਾ ਹੀ ਸਾਹਿਬ, ਆਪਾਂ ਇੱਥੋਂ ਹੀ ਹੈ ਸਾਰੇ ਜੀ, ਮੇਰੇ ਆਪਣੇ ਗਿੱਲੇ ਛਿੱਕੇ ਹੋਣੇ ਕਿਸੇ ਹੋਰ ਦੇ ਹੋਰ ਹੈ, ਹਰੇਕ ਦਾ ਆਪਣਾ ਏਜੰਡਾ, ਇਸ ਬੈਕਗਰਾਊਂਡ ਉਹਦਾ ਜੋ ਕੁਛ ਹੈ, ਕਈ ਲੋਕ ਇਸ 'ਚ ਆਪਣੀ ਪਛਾਣ ਵੀ ਖੋ ਦਿੰਦੇ, ਉਹਦੇ 'ਤੇ ਵੀ ਮੈਂ ਗੱਲ ਕਰਨੀ ਹੈ, ਕਿਸੇ 'ਤੇ ਕਈ ਇਸ ਕਿਸਮ ਦੇ ਲੀਡਰ ਹੈ ਜਿਹੜੇ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਤੁਰੇ ਫਿਰਦੇ ਹੈ, ਪਰ ਠੀਕ ਹੈ ਸਾਹਿਬ, ਆਈ ਥਿੰਕ ਗਲਤ ਹੈ ਸਾਹਿਬ, ਸਭ ਨੂੰ ਨਾਲ ਲੈ ਕੇ ਚੱਲਣ ਦਾ ਮਾਦਾ ਜਿੱਡਾ ਵੱਡਾ ਬੰਦਾ। ਸਾਡੇ ਬਾਗੜੀ 'ਚ ਇੱਕ ਕਹਾਵਤ ਹੈ, ਉਗਾੜੀ ਭਰਮ ਲੁਗਾਈ ਸ਼ਰਮ, ਚੌਧਰੀ ਨਰਮ ਸਰਕਾਰ ਗਰਮ। ਬਾਕੀ ਗੱਲਾਂ ਛੱਡ ਦਿਓ, ਚੌਧਰੀ ਨਰਮ, ਚੌਧਰੀ ਦਾ ਮਤਲਬ ਜਿਹੜਾ ਪਿੰਡ 'ਚ ਵੱਡਾ ਹੁੰਦਾ ਸੀ, ਨਰਮ ਹੋਣਾ ਚਾਹੀਦਾ ਸਾਹਿਬ, ਚੌਧਰਾਟ ਵੱਡੇ ਫੋਟੋ ਨਾਲ ਨਹੀਂ ਆਉਂਦੀ ਸਾਹਿਬ, ਵੱਡੇ ਮੁੱਛਾਂ ਬਣਾ ਲਓ, ਐਡੀਆਂ ਮੁੱਛਾਂ ਰੱਖ ਕੇ ਕੋਈ ਮੈਂ ਵੱਡਾ ਸਰਦਾਰ ਹਾਂ, ਕੋਈ ਦੇ ਕਟਆਊਟ ਵੱਡਾ ਬਣਾ ਲਏ ਇਹਨਾਂ ਦੇ, ਐਡੇ ਐਡੇ ਲੱਗੇ ਰਾਹੁਲ ਜੀ ਦੇ ਅਤੇ ਮੋਦੀ ਸਾਹਿਬ ਦੇ, ਕਟਆਊਟ ਜਾਂ ਫੋਟੋਆਂ ਨਾਲ ਕੋਈ ਜਾਂ ਮੁੱਛਾਂ ਨਾਲ ਵੱਡਾ ਸਰਦਾਰ ਨਹੀਂ ਬਣਦਾ ਸਾਹਿਬ, ਥੋੜ੍ਹੀ ਨਿਮਰਤਾ ਨਾਲ ਹੈ।
ਵੀ ਮੈਂ ਬਾਦਲ ਸਾਹਿਬ ਦਾ, ਬਾਦਲ ਸਾਹਿਬ ਮੈਨੂੰ ਕਹਿ ਰਿਹਾ ਵੀ ਸੁਨੀਲ ਜਾਖੜ ਨੂੰ ਮੈਂ ਘੜੀਸ ਕੇ ਲੈ ਕੇ ਜਾਊਂਗਾ ਇੱਥੋਂ, ਮੈਂ ਕਿਹਾ ਉਹਨਾਂ ਦੀ ਗੁਣਗਾਣ ਗਾਈ ਜਾਂਦਾ। ਨਹੀਂ ਮੈਨੂੰ ਉਹ ਵੀ ਯਾਦ ਹੈ ਕਿ ਤੁਹਾਡੀ ਇੱਕ ਤਸਵੀਰ ਵਾਇਰਲ ਹੋਈ ਸੀ ਜਦੋਂ ਤੁਸੀਂ ਆਪੋਜੀਸ਼ਨ ਲੀਡਰ ਸੀ, ਬਾਦਲ ਸਾਹਿਬ CM ਸੀ, ਤੁਸੀਂ ਉਹਨਾਂ ਦੇ ਪੈਰੀਂ ਹੱਥ ਲਗਾਏ। ਬਿਲਕੁਲ ਸਾਹਿਬ, ਮੈਂ ਐਜ਼ ਅ ਬਜ਼ੁਰਗ ਵੀ ਬੜੀ ਬਾਤ ਦੇ ਵਿੱਚ ਇਹਨਾਂ ਨੇ ਕਰਨੀ, ਚਰਚਾ ਵੀ ਹੋਈ ਔਰ ਵਿਵਾਦ ਵੀ ਇੱਕ ਤਰੀਕੇ ਨਾਲ ਜੁੜਿਆ ਹੋਇਆ ਸੀਗਾ ਜੀ। ਮੈਂ ਉਹਨਾਂ ਦੀ ਕਦਰ ਕਰਦਾ ਸਾਹਿਬ, ਮੈਂ ਅੱਜ ਵੀ ਕਰੀ ਜਾਂਦਾ। ਲੋਕ ਕਹਿਣਗੇ ਕਮਲਾ ਹੈ, ਹੁਣ ਤਾਂ ਚੀਫ ਮਿਨਿਸਟਰ ਨਹੀਂ, ਪਹਿਲਾਂ ਤਾਂ ਕਿਸੇ ਕਹਿ ਦੇਣ ਡਰਦਾ ਹੈ। ਮੈਂ ਹੁਣ ਤਾਂ ਨਹੀਂ ਬੈਠੇ ਚੀਫ ਮਿਨਿਸਟਰ, ਨਾ ਹੀ ਕਿਤੇ ਹੁਣ ਇਹਦੀ ਪਾਰਟੀ ਨੇੜੇ ਤੇੜੇ ਆਉਣ ਵਾਲੀ ਪੋਜੀਸ਼ਨ 'ਚ। ਮੈਂ ਅੱਜ ਵੀ ਉਹਨਾਂ ਦੀ ਤਾਰੀਫ ਕਰੀ ਜਾਂਦਾ। ਮੈਂ ਸਮਝਦਾ ਉਹਨਾਂ ਬੰਦਿਆਂ ਤੋਂ, ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਵੀ ਮੇਰੀ ਪੋਜੀਸ਼ਨ ਤਾਂ ਉਹ ਹੈ ਏਕਲਵਯ ਵਰਗੀ, ਵੀ ਉਹ ਦੂਜੀ ਪਾਰਟੀ 'ਚ ਸੀਗੇ ਅਤੇ ਦਰੋਣਾਚਾਰਿਆ ਉਹਨਾਂ ਨੂੰ ਵੀ ਆਹ ਕਸ਼ਤਰੀ ਹੈ ਨਹੀਂ ਅਤੇ ਇਹਨੂੰ ਮੈਂ ਵੜ ਨਹੀਂ ਦੇਣਾ, ਅਤੇ ਉਹ ਪਾਸੇ ਖੜ੍ਹੇ ਦੇਖ ਕੇ ਸਿੱਖਦਾ ਸੀਗਾ। ਮੈਂ ਤਾਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਸਾਹਿਬ, ਬਾਦਲ ਸਾਹਿਬ ਤੋਂ। ਨਿਮਰਤਾ ਬਹੁਤ ਵੱਡੀ ਚੀਜ਼ ਹੈ ਸਾਹਿਬ, ਜਿਹੜੀ ਉਹਨਾਂ ਤੋਂ ਸਿੱਖਿਆ, ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ। ਜਾਖੜ ਸਾਹਿਬ, ਵਨ ਮੋਰ ਕੁਐਸਚਨ ਜੀ, ਬਹੁਤ ਛੋਟਾ ਜਿਹਾ ਕੁਐਸਚਨ ਹੈ, ਪਰਸਨਲ ਅਤੇ ਪ੍ਰੋਫੈਸ਼ਨਲ, ਤੁਹਾਡੀ ਦੋਨਾਂ ਲਾਈਫ ਨਾਲ ਹੈ। ਸੁਨੀਲ ਜਾਖੜ ਦਾ ਸਿਆਸੀ ਭਵਿੱਖ ਕੀ ਹੈ? ਬੜੀ ਤੁਸੀਂ ਚੁਭਦੀ ਜੀ ਗੱਲ ਪੁੱਛ ਲਈ, ਮੈਂ ਤੁਹਾਨੂੰ ਦੱਸਣਾ, ਗੱਲਾਂ ਗੱਲਾਂ ਦੱਸੀਆਂ ਸੀਗਾ। ਮੈਂ ਜਦੋਂ ਇਲੈਕਟੋਰਲ ਚ ਤੁਸੀਂ ਰਿਟਾਇਰ ਹੋ ਚੁੱਕੇ ਹੋ ਤੇ ਐਗਜ਼ੈਕਟਲੀ ਸਾਹਿਬ, ਐਕਟਿਵ ਚ ਕੀ ਤੁਹਾਡਾ ਸਿਆਸੀ ਵੀ ਬੀਜੇਪੀ ਚ ਆ ਕੇ ਕੋਈ ਨਾ ਕੋਈ ਜੇ ਸੱਤਾ ਚ ਬੈਠੇ ਹੈ, ਫੈਸਲੇ ਲੈਣ ਵਾਲੀ ਕੈਪੇਬਿਲਿਟੀ ਹੈ, ਉਹ ਪੋਜੀਸ਼ਨ ਹੈ, ਦੇ ਹੈਵ ਇੰਟੈਂਸ਼ਨਸ, ਆਲ ਦਾ ਗੁੱਡ ਇੰਟੈਂਸ਼ਨਸ ਟੁਵਰਡਸ ਪੰਜਾਬ, ਜੋ ਕੁਛ ਪੰਜਾਬ ਵਾਸਤੇ ਕੀਤਾ ਹੈ, ਜੇ ਲਾਂਘੇ ਖੁੱਲ੍ਹੇ ਹੈ, ਜੇ ਉੱਥੇ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਨੇ ਦਿਹਾੜਾ ਮਨਾਇਆ ਲਾਲ ਕਿਲ੍ਹੇ 'ਤੇ, ਅਤੇ ਇੱਧਰਲੇ ਪਾਸੇ ਉਹਨਾਂ ਦੀ ਸਵੱਲੀ ਅੱਖ ਹੈ ਪੰਜਾਬ ਕੰਨੀ, ਅਤੇ ਦੇ ਆਰ ਕੇਪੇਬਲ ਟੂ ਟੇਕ ਡਿਸੀਜਨਸ, ਅਤੇ ਨਾਲ ਤਾਂ ਪੰਜਾਬ ਦਾ ਭਲਾ ਕਰ ਜਾਂਗੇ, ਅਤੇ ਨਾਲ ਪੰਜਾਬ ਦੇ ਵੋਟਰਾਂ ਦਾ ਭਲਾ ਕਰ ਜਾਂਗੇ। ਵੀ ਇਸ ਕਿਸਮ ਦੇ ਜਿਹੜੇ ਹੈ ਦੋਗਲੇ ਲੋਕਾਂ, ਇਹਨਾਂ ਦਾ ਚਿਹਰੇ ਮੈਂ ਲੋਕਾਂ ਦੇ ਸਾਹਮਣੇ ਬੇਨਕਾਬ ਕਰਕੇ ਜਾਵਾਂ, ਵੀ ਇਹਨਾਂ ਤੋਂ ਬਚੋ। ਨਹੀਂ, ਜੇ ਬੀਜੇਪੀ 2027 'ਚ ਸਰਕਾਰ ਬਣਾਉਂਦੀ ਹੈ ਤਾਂ ਸੁਨੀਲ ਜਾਖੜ CM ਕਿਉਂ ਨਹੀਂ ਹੋ ਸਕਦੇ? ਸੁਨੀਲ ਜਾਖੜ ਜਦੋਂ ਇਲੈਕਸ਼ਨ ਲੜਦਾ ਹੀ ਨਹੀਂ ਸਾਹਿਬ, ਸੁਨੀਲ ਕਿਵੇਂ CM ਬਣ ਜੂਗਾ? ਪਾਰਟੀ ਕਹੇਗੀ ਤੇ ਤੁਸੀਂ ਛੱਡੋ, ਤੁਸੀਂ 27 ਦੀ CM, ਮੇਰਾ ਫੋਕਸ ਤਾਂ ਹੁਣ 24 ਤੇ ਹੈ ਸਾਹਿਬ, ਵੀ ਇਸ ਕਿਸਮ ਦੇ ਗਲਤ ਅਨਸਰ ਪੰਜਾਬ ਕੰਨੀ ਰਿਪ੍ਰੈਜ਼ੈਂਟੇਟਿਵ ਉੱਥੇ ਨਾ ਜਾਵਣ ਕਿਤੇ, ਪੰਜਾਬ ਨੂੰ ਬਦਨਾਮ ਨਾ ਕਰਨ ਦੇ, ਵੀ ਐਡੀ ਛੋਟੀ ਸੋਚ ਦੇ ਲੋਕ, ਗੁਰੂਆਂ ਦੇ ਪੀਰ ਪੈਗੰਬਰਾਂ ਦੀ ਉਸ ਧਰਤੀ ਤੋਂ ਆਏ, ਇੱਥੇ ਆ ਕੇ ਹਿੰਦੂ ਸਿੱਖ ਦੀ ਗੱਲ ਕਰੀ ਜਾਂਦੇ, ਇਹ ਜਿਹੇ ਛੋਟੇ ਲੋਕ ਉੱਥੇ ਨਹੀਂ ਬਣਨੇ ਚਾਹੀਦੇ ਸਾਹਿਬ, ਉੱਥੇ ਗੰਦੇ ਲੋਕ ਨਹੀਂ ਬਣਨੇ ਚਾਹੀਦੇ, ਮੋਰਲ ਜਿਹੜੇ ਦੇ ਆਰ ਡਿਬੋਚ, ਉਸ ਕਿਸਮ ਦੇ ਲੋਕ ਉੱਥੇ ਨਾ ਜਾਵਣ, ਉੱਥੇ ਬਹੁ ਬੇਟੀਆਂ ਸਾਡੇ ਸਾਰਿਆਂ ਦੀ ਉੱਥੇ ਪਹੁੰਚਦੀਆਂ, ਉਸ ਉੱਥੇ ਬਦਨਾਮ ਨਾ ਕਰ ਦੇਣਾ ਲੋਕ ਸਾਨੂੰ ਜਾ ਕੇ, ਇਹਨਾਂ ਵਾਸਤੇ ਮੈਂ ਜਾਗਰਿਤ ਕਰਨ ਇੱਥੇ ਆਇਆ। ਇੱਕ ਦੋ ਹੋਰ ਸਵਾਲ ਹੈ, ਆਪਾਂ ਅਜੇ ਵੀ ਰਹਿ ਗਿਆ, ਕੋਈ ਕੋਈ ਬੋਲੋ। ਦੇਖੋ, ਉਹ ਪਿੱਛੇ ਸਾਡੇ ਮੇਰਾ ਸਵਾਲ ਹੈ, ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਸਾਡਾ ਗੱਠਜੋੜ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਅਸੀਂ ਨੇ ਬੰਦੀ ਸਿੱਖਾਂ ਦੀ ਗੱਲ ਕੀਤੀ, ਕਿਸਾਨਾਂ ਦੀ ਗੱਲ ਕੀਤੀ, ਪੰਜਾਬ ਦੀ ਗੱਲ ਕੀਤੀ, ਪਾਣੀਆਂ ਦੀ ਗੱਲ ਕੀਤੀ, ਇਸ ਕਰਕੇ ਸਾਡਾ ਗੱਠਜੋੜ ਨਹੀਂ ਹੋ ਸਕਿਆ ਕਿਉਂਕਿ ਬੀਜੇਪੀ ਇਸ 'ਤੇ ਸਹਿਮਤ ਨਹੀਂ ਸੀ। ਤੁਸੀਂ ਦੱਸੋ ਕਿ ਅਸਲ ਕਾਰਨ ਕੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਹੋ ਸਕਿਆ ਕਿਉਂਕਿ ਇਸ ਵਾਰ ਪਹਿਲੀ ਵਾਰ ਤੁਸੀਂ ਅਕਾਲੀ ਦਲ ਤੋਂ ਵੱਖ ਹੋ ਕੇ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਹੋ? ਮੈਂ ਸਮਝਦਾ ਵੀ ਅਕਾਲੀ ਜਿਹੜੀ ਲੀਡਰਸ਼ਿਪ ਹੈ ਅੱਜ ਤਾਈਂ ਰਿਐਲਿਟੀ, ਦੇ ਆਰ ਨੋਟ ਯੈਟ ਐਕਸੈਪਟਿਡ ਦਾ ਰਿਐਲਿਟੀ। ਤੁਸੀਂ ਧਿਆਨ ਹੈ ਕਿ ਜਦੋਂ ਸ਼ਾਹਜਹਾਂ ਨੂੰ ਗ੍ਰਿਫਤਾਰ ਕਰਕੇ ਅਤੇ ਉੱਥੇ ਆਗਰੇ ਕੈਦ ਕਰਤਾ ਸੀਗਾ, ਅਤੇ ਉਹਨੇ ਉਹਨੂੰ ਕਿਹਾ ਔਰੰਗਜ਼ੇਬ ਨੂੰ ਵੀ ਮੇਰੇ ਕੋਲ ਬੱਚੇ ਭੇਜ ਦਿਆ ਕਰੋ, ਮੇਰਾ ਟਾਈਮ ਪਾਸ ਹੋ ਜੂਗਾ, ਮੈਂ ਪੜ੍ਹਾ ਦਿਆ ਕਰੂੰਗਾ। ਅਤੇ ਔਰੰਗਜ਼ੇਬ ਨੇ ਕਿਹਾ ਸੀ, ਕਹਿੰਦਾ ਅਭੀ ਵੀ ਸਿਆਸਤ ਕਰਨੇ ਕੀ ਆਦਤ ਨਹੀਂ ਗਈ ਆਪਕੀ। ਉਹ ਮੇਰੇ ਖਿਆਲ 'ਚ ਉਹਨਾਂ ਦਾ ਮਾਇੰਡ ਸੈੱਟ ਅਜੇ ਵੀ ਉੱਥੇ ਉਸ 'ਤੇ ਖੜ੍ਹੇ ਸੀ ਵੀ ਦੈਟ ਵੀ ਆਰ ਇਨ ਦੈਟ ਕਮਾਂਡਿੰਗ ਪੋਜੀਸ਼ਨ। ਹਾਲਾਤ ਬਦਲ ਗਏ ਸਭ, ਐਂਡ ਸੈਕਿੰਡਲੀ ਮੈਂ ਸਮਝਦਾ ਦੇ ਵਰ ਲੁਕਿੰਗ ਐਟ ਅ ਵੈਰੀ ਸ਼ੋਰਟ ਪੀਰੀਅਡ। ਉਹਨਾਂ ਨੇ ਲੰਬੀ ਸੋਚ ਦੇ ਨਾਲ ਫੈਸਲਾ ਲੈਂਦੇ ਪੰਜਾਬ ਦੇ ਭਵਿੱਖ ਨੂੰ ਦੇਖ ਕੇ, ਅੱਜ ਤੋਂ 10-20 ਸਾਲ ਵੀ ਕਿੱਥੇ ਪੰਜਾਬ ਨੂੰ ਲੈ ਕੇ ਜਾਣਾ, ਕਿੱਥੇ ਖੜ੍ਹੇ ਹਾਂ।
ਉਹਨਾਂ ਨੇ ਅੱਜ ਦੇ ਦਿਨ ਆਪਣੇ ਸੀਟਾਂ ਸੂਟਾਂ ਦੇ ਚੱਕਰ 'ਚ ਪੈ ਗਏ ਵੀ ਕਿੰਨੀਆਂ ਸੀਟਾਂ ਹੈ, ਜੇ ਉਹਨਾਂ ਨੂੰ ਬਰਾਬਰ ਦੀਆਂ ਸੀਟਾਂ ਦੇ ਦਿੱਤੀਆਂ ਬੀਜੇਪੀ ਜ਼ਿਆਦਾ ਜਿੱਤ ਜੂਗੀ, ਫਿਰ ਅਸੀਂ ਕਿਤੇ ਦੇ ਨਹੀਂ ਰਵਾਂਗੇ ਵੀ ਕਹਿਣਗੇ ਆਹ ਲਓ ਜੀ ਬੀਜੇਪੀ ਦਾ ਇਹਨਾਂ ਦਾ ਸਟ੍ਰਾਈਕ ਰੇਟ ਤਾਂ 100% ਆ ਗਿਆ, ਤੁਸੀਂ ਤਾਂ ਤੁਹਾਨੂੰ ਜਿਹੜੀਆਂ 6 ਮਿਲੀਆਂ ਸੀ ਤੁਸੀਂ 2 ਹੀ ਜਿੱਤੇ ਹੋ, ਫਿਰ ਪੋਲ ਖੁੱਲ੍ਹ ਜਾਣੀ ਸੀ। ਇਸ ਕਰਕੇ ਹੋ ਸਕਦਾ ਬਟ ਦੀਜ਼ ਆਰ ਕੰਜੈਕਚਰ ਮੈਂ ਤੁਹਾਨੂੰ ਦੇ ਦੇ ਬੰਦੀ ਸਿੱਖਾਂ ਦੇ ਕੀ ਸਟੈਂਡ ਆ ਤੁਹਾਡਾ? ਬੰਦੀ ਸਿੱਖਾਂ ਦੇ ਸਾਹਿਬ ਮੇਰਾ ਸਟੈਂਡ ਹਮੇਸ਼ਾ ਤੋਂ ਆ ਹੀ ਰਿਹਾ ਵੀ ਲਾਅ ਸ਼ੁੱਡ ਅਪਲਾਈ ਟੂ ਐਵਰੀਬਡੀ ਦਾ ਸੇਮ, ਚਾਹੇ ਉਹ ਬੰਦੀ ਸਿੱਖ ਹੈ, ਚਾਹੇ ਉਹ ਕੇਜਰੀਵਾਲ ਸਾਹਿਬ ਹੈ, ਚਾਹੇ ਉਹ ਕਿਹੜਾ ਵੀ ਸਾਹਿਬ ਹੈ, ਦੇ ਆਰ ਨੋਬਡੀ ਇਜ਼ ਅਬਵ ਲਾਅ। ਕੋਈ ਆਹ ਕਹਿ ਦੇਵੇ ਵੀ ਮੈਂ ਚੀਫ ਮਿਨਿਸਟਰਾਂ ਦੇ ਮੈਨੂੰ ਛੱਡ ਦਿਓ ਜੀ ਮੈਂ ਜਾ ਕੇ ਰਾਜ ਚਲਾਉਣਾ ਤਾਂ ਸਭ ਆ ਤਾਂ ਨਹੀਂ ਹੋ ਸਕਦਾ ਸਾਰਿਆਂ ਵਾਸਤੇ। ਰਣਵੀਰ ਜੀ ਸਾਡੇ ਸਹਿਯੋਗੀ, ਜਾਖੜ ਸਾਹਿਬ ਦਲ ਬਦਲੀਆਂ ਬਹੁਤ ਹੋਈਆਂ ਇਸ ਵਾਰ, ਪਵਨ ਟੀਨੂ, ਸੁਸ਼ੀਲ ਰਿੰਕੂ, ਰਵਨੀਤ ਬਿੱਟੂ, ਪ੍ਰਨੀਤ ਕੌਰ, ਤਮਾਮ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਡਾਕਟਰ ਚੱਬੇਵਾਲ, ਕੋਈ ਮੇਰਾ ਨਾਮ ਲੈ ਲਓ ਮੈਂ ਵੀ ਪਹਿਲਾਂ ਆਇਆ ਖੜਾ, ਤੁਸੀਂ ਪਹਿਲਾਂ ਆ ਗਏ ਸੀ ਥੋੜਾ ਜਿਹਾ ਹਾਲ ਹੀ ਦੇ ਵਿੱਚ ਜ਼ਿਆਦਾ ਹੋਈਆਂ ਦਲ ਬਦਲੀਆਂ ਤੇ ਤੁਹਾਡਾ ਸਟੈਂਡ ਕੀ ਹੈ ਪਰਸਨਲ ਵੀ ਐਜ਼ ਏ ਨਾਲ ਹੀ ਬੀਜੇਪੀ ਦੇ ਪ੍ਰਧਾਨ ਦੇ ਤਹਿਤ ਵੀ ਠੀਕ ਹੈ ਲੋਕ ਦਲ ਬਦਲੂਆਂ ਨੂੰ ਵੋਟ ਪਾ ਦੇਣ ਜਾਂ ਨਾ ਪਾਉਣ? ਸਭ ਬਹੁਤ ਡੂੰਘਾ ਸਵਾਲ ਕਰ ਰਹੇ ਹੋ ਤੁਸੀਂ। ਇਸ ਤੋਂ ਪਹਿਲਾਂ ਤੁਸੀਂ ਦੱਸੋ ਤੁਸੀਂ ਕਿਹੜੀ ਆਈਡੀਓਲੋਜੀ 'ਤੇ ਪਹਿਰਾ ਦਿੰਦੇ ਹੋ, ਕਿਹੜੀ ਪਾਰਟੀ ਹੈ ਜਿਹੜੀ ਆਈਡੀਓਲੋਜੀ 'ਤੇ ਪਹਿਰਾ ਦਿੰਦੀ ਹੈ? ਆਈਡੀਓਲੋਜੀ ਤੋਂ ਵੱਡੋ ਅੱਡ ਹੋਣ ਲੱਗੇ ਵਨ ਸ਼ੁੱਡ ਕੰਸੀਡਰ ਵੀ ਮੈਂ ਆਈਡੀਓਲੋਜੀ ਛੱਡਣ ਲੱਗਿਆਂ। ਮੈਂ 50 ਸਾਲ ਸੈਕੂਲਰਿਜ਼ਮ ਦੀ ਆਈਡੀਓਲੋਜੀ 'ਤੇ ਪਹਿਰਾ ਦਿੱਤਾ ਸਭ, ਐਨ ਠੋਕ ਕੇ ਦਿੱਤਾ, ਕੋਈ ਕਿਸੇ ਤੋਂ ਸੰਗ ਨਹੀਂ ਵੀ ਸਾਰੇ ਇਕੱਠੇ ਆ ਸਾਰਿਆਂ ਦਾ ਗੁਲਦਸਤਾ ਹੈ। ਅਤੇ ਜਦੋਂ ਮੈਨੂੰ ਪੁੱਛਣ ਲੱਗੇ ਵੀ ਤੂੰ ਤੇਰੀ ਜਾਤ ਕੀ ਹੈ, ਤੂੰ ਕੌਮ ਕਿਹੜੇ ਦਾ ਹੈ, ਤੂੰ ਪੱਗ ਬੰਨਦਾ ਕਿ ਨਹੀਂ ਬੰਨਦਾ, ਤੇਰੇ ਨਾਲ ਅੱਗ ਲੱਗ ਜੂਗੀ, ਮੈਂ ਮਾਚਿਸ ਦਿਸਣ ਲੱਗਿਆ ਉਹਨਾਂ ਨੂੰ, ਫਿਰ ਇਹਨਾਂ 'ਚ ਕੀ ਨੁਕਸ ਹੈ ਸਭ? ਫਿਰ ਮੈਂ ਇੱਧਰ ਹਾਂ ਫਿਰ ਇੱਧਰ ਹਾਂ, ਫਰਕ ਪੈਂਦਾ ਕੋਈ? ਕੋਈ ਫਰਕ ਨਹੀਂ ਲੱਗਦਾ ਤੁਹਾਨੂੰ? ਨਹੀਂ ਤੁਸੀਂ ਆਈਡੀਓਲੋਜੀ ਨਹੀਂ ਹੈਗੀ ਕੋਈ ਵੀ ਪਾਰਟੀਆਂ ਦੀ ਆਈਡੀਓਲੋਜੀ? ਮੈਂ ਦੱਸੀ ਜਾਂਦਾ ਜਿਹੜੀ ਆਈਡੀਓਲੋਜੀ ਤੁਸੀਂ ਬਲੇਮ ਕਰਦੇ ਹੋ ਵੀ ਇਹ ਤਾਂ ਜੀ ਸਿੰਗਲ ਮਾਈਂਡਡ ਚੱਲਦੇ ਹੈ, ਇਹ ਡਬਲ ਮਾਈਂਡਡ ਆ ਜਿਹੜੇ ਸੈਕੂਲਰ ਪਾਰਟੀ ਵਾਲੇ ਅੱਜ ਕਹੀ ਜਾਂਦੇ ਹੈ। ਮੈਂ 72 'ਚ ਲੱਗਿਆ ਜੀ, ਕਾਲਜ 'ਚ ਸੀਗਾ ਜਦੋਂ ਕਾਂਗਰਸ ਦਾ ਝੰਡਾ ਫੜਿਆ, ਇੱਕੋ ਨਾਰਾ ਹੁੰਦਾ ਸੀ ਨਾ ਜਾਤ ਪੇ ਨਾ ਪਾਤ ਪੇ ਮੋਹਰ ਲੱਗੇਗੀ ਹੱਥ ਪੇ, ਉਹ ਅੱਜ ਕਹਿੰਦੇ ਅਸੀਂ ਜਾਤ ਸਾਰਿਆਂ ਦੀ ਪਛਾਣ। ਤੁਹਾਡੇ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਕਿ ਸੀਐਮ ਬਣਦੇ ਬਣਦੇ ਰਹਿ ਗਏ, ਦੁੱਖ ਇਸੇ ਗੱਲ ਦਾ ਏ, ਇਸੇ ਕਰਕੇ ਪਾਰਟੀ। ਮੈਂ ਫਿਰ ਸਪਟੈਂਬਰ 'ਚ ਛੱਡ ਦਿੰਦਾ ਸਾਹਿਬ, ਉਦੋਂ ਬੀਜੇਪੀ ਨੂੰ ਬੰਦੇ ਵੀ ਚਾਹੀਦੇ ਸੀਗੇ, ਉਦੋਂ ਮੈਂ ਅਤੜ ਹੈ ਨਾ, ਉਹ ਕਹਿੰਦੇ ਨਾ ਹੱਕਾ ਹੱਕੇ ਮਾਰ ਮਾਰ ਕੇ ਬੁਲਾਇਆ ਸੀ ਵੀ ਆਜੋ, ਫਿਰ ਵੀ ਪੂਰੇ ਨਹੀਂ ਹੋਏ ਚੋਰਾਂ ਨੇ। ਕਹਿੰਦੇ ਤੁਸੀਂ ਅੰਦਰ ਰਹਿ ਕੇ ਜ਼ਿਆਦਾ ਡੈਮੇਜ ਕਰ ਗਏ ਤੁਹਾਡੀਆਂ ਸਟੇਟਮੈਂਟ? ਕੀ ਡੈਮੇਜ ਕੀਤਾ ਮੈਂ ਦੱਸੋ? ਕਹਿੰਦੇ ਬਹੁਤ ਡੈਮੇਜ ਹੋਇਆ ਕਿ ਹਿੰਦੂ ਵੋਟਰ ਨਾਰਾਜ਼ ਹੋਏ ਪੰਜਾਬ ਵਿੱਚ ਕਾਂਗਰਸ? ਮੈਂ ਕੀ ਤੁਹਾਡੀ ਸਟੇਟਮੈਂਟ ਕੀ? ਤੁਸੀਂ ਵਾਰ ਵਾਰ ਕਿਹਾ ਕਿ ਮੈਂ ਹਿੰਦੂ ਸੀ, ਆਹ ਬੋਲ ਦਿੱਤਾ ਗਿਆ ਉੱਥੇ ਅੱਗ ਲਗਾਉਣ ਵਾਲੀ ਗੱਲ। ਸੋਰੀ ਸੋਰੀ ਗੌਰਵ ਜੀ, ਆਹੀ ਤਾਂ ਪ੍ਰੋਬਲਮ ਹੈ, ਮੈਂ ਜਰਨਲਿਸਟ ਨੂੰ ਵੀ ਆਈ ਡੋਂਟ ਰੇਜ਼ ਕੁਐਸਚਨਸ ਔਨ ਯੂ, ਪਰ ਮੇਰੇ ਸਾਰੀ ਸਟੇਟਮੈਂਟ ਕੱਢ ਕੇ ਚਲਾਓ ਇਹਨੂੰ। ਚੰਨੀ ਜੀ ਨੂੰ ਪੁੱਛ ਲਿਓ, ਅੱਜ ਕੱਲ੍ਹ ਚੰਨੀ ਜੀ ਮੇਰੀ ਸਾਰੀ ਸਟੇਟਮੈਂਟਸ ਲਈ ਫਿਰਦੇ, ਉਹਨਾਂ ਨੇ ਆਹ ਨਹੀਂ ਦਿਖਾਣੀ। 100 ਵਾਰੀ ਮੈਂ ਕਿਹਾ ਆਹ ਸੋਚ ਕਾਂਗਰਸ ਪਾਰਟੀ ਦੀ ਸੋਚ ਨਹੀਂ, ਆਹ ਸੋਚ ਅੰਬਿਕਾ ਸੋਨੀ ਦੀ ਸੋਚ ਹੋ ਸਕਦੀ ਹੈ, ਉਹਨਾਂ ਲੋਕਾਂ ਦੀ ਸੋਚ ਹੋ ਸਕਦੀ ਹੈ ਪਾਰਟੀ 'ਚ ਜਿਹੜੇ ਹੇਠਾਂ ਛੋਟੀ ਸੋਚ ਦੇ ਲੋਕ ਵੱਡੇ। ਮੇਰੇ ਤਾਂ ਟਵੀਟ ਪਿਆ ਸਭ, ਉਹ ਤਾਂ ਨਹੀਂ ਜਾਖੜ ਸਾਹਿਬ ਵਿਦ ਡਿਊ ਰਿਸਪੈਕਟ ਮੈਂ ਕੋਈ ਮਤਲਬ ਆਰਗਿਊ ਨਿਊਜ਼ ਦੇ ਉੱਪਰ ਕਰ ਰਿਹਾ, ਪਰ ਦੇਖੋ ਗੱਲ ਇਹ ਕਿ ਇੱਕ ਮੈਸੇਜ ਤਾਂ ਗਿਆ। ਮੈਂ ਦਿੱਤਾ ਮੈਸੇਜ, ਕਹਿੰਦੇ ਮੈਸੇਜ ਗਿਆ ਕਿ ਜਾਖੜ ਉਸ ਦੇ ਉੱਪਰ ਗੱਲ ਕਰ ਰਹੇ ਸੀ, ਉਹਦਾ ਨੁਕਸਾਨ ਹੋ ਗਿਆ ਪਾਰਟੀ ਤਾਂ ਕਰੂਗਾ ਗੱਲ, ਜਾਖੜ ਨਾਲ ਗੱਲ ਕਰੂਗਾ ਤਾਂ ਕੌਣ ਕਰੂਗਾ ਸਾਹਿਬ? ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ, ਮੈਂ ਆ ਕਿਹਾ ਸੀ ਵੀ ਮੇਰਾ ਗਿਲਾ ਰਾਹੁਲ ਗਾਂਧੀ ਜੀ ਨਾਲ ਇੱਕ ਗੱਲ ਤਾਂ ਅੱਜ ਵੀ ਹੈ, ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਜੀ ਆਹ ਸਾਡੀ ਪਾਰਟੀ ਦਾ ਵਿਊ ਨਹੀਂ, ਅੰਬਿਕਾ ਸੋਨੀ ਦਾ ਵਿਊ ਹੋ ਸਕਦਾ, ਸੁਨੀਲ ਨੂੰ ਇਸ ਕਰਕੇ ਨਹੀਂ ਬਣਾਇਆ ਵੀ ਐਮ ਐਲ ਏ ਨਹੀਂ ਸੀ, ਗੱਲ ਹੀ ਖਤਮ ਹੋ ਜਾਂਦੀ। ਪਰ ਕੀ ਅੰਬਿਕਾ ਸੋਨੀ ਐਡੇ ਵੱਡੇ
ਕਪੈਸਿਟੀ ਸੀ ਉਹਨਾਂ ਦੀ ਕਿ ਉਹ ਫੈਸਲਾ ਇਸ ਸੰਬੰਧੀ ਕਰ ਸਕਦੇ ਸੀ ਕਿ ਸੁਨੀਲ ਜਾਖੜ ਨੂੰ ਨਾ ਬਣਾਓ, ਤੁਹਾਡੇ ਸਾਹਮਣੇ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿਓ, ਫਿਰ ਉੱਤੋਂ ਸੋਨੀਆ ਗਾਂਧੀ ਵੀ ਸੀ, ਰਾਹੁਲ ਗਾਂਧੀ ਵੀ ਸੀ, ਪਾਰਟੀ ਦੇ ਤਮਾਮ ਲੀਡਰਸ਼ਿਪ ਸੀ, ਕੀ ਅੰਬਿਕਾ ਸੋਨੀ ਨੇ ਫੈਸਲਾ ਕਰਤਾ? ਉਹਦੇ ਰਾਏ ਨਾਲ ਹੀ ਹੋਇਆ ਸਾਹਿਬ, ਉਹਨੇ ਇੱਥੇ ਛੇੜਤਾ, ਚਿੰਗਾਰੀ ਤਾਂ ਛੇੜਤੀ ਸਾਹਿਬ, ਅੱਜ ਆਪਾਂ ਗੱਲ ਕਰੀ ਜਾਂਦੇ ਉਹ ਆਹ ਗੱਲ ਜਾ ਕੇ ਸੋਨੀਆ ਜੀ ਦੇ ਜਾ ਕੇ ਕੰਨ ਕਹਿ ਸਕਦੀ ਵੀ ਆਹ ਨਾ ਬਣਾਓ ਜੀ ਜਾਂ ਪੈ ਜੂਗਾ। ਉਹਨੇ ਸਟੇਟਮੈਂਟ ਇਸੇ ਕਰਕੇ ਦਿੱਤੀ ਵੀ ਉਹ ਆਪਣੇ ਆਪ ਨੂੰ ਇੱਕ ਬੜਾ ਚਿਹਰਾ ਸਾਬਿਤ ਕਰਨਾ ਚਾਹੁੰਦੀ ਸੀ, ਅੱਜ ਆਈ ਆਏ ਤਾਂ ਨਹੀਂ ਇੱਥੇ। ਉਹਨਾਂ ਲੀਡਰਾਂ ਨੂੰ ਇਹ ਚਾਹੀਦਾ ਸੀਗਾ ਵੀ ਇਹ ਜੇ ਪੰਜਾਬ ਦਾ ਭਵਿੱਖ ਜਿਹਨਾਂ ਨੇ ਨਿਰਧਾਰਿਤ ਕੀਤਾ ਹੈ, ਉਹਨਾਂ ਨੂੰ ਚਾਹੀਦਾ ਸੀ ਵੀ ਅਨੰਦਪੁਰ ਸਾਹਿਬ ਆ ਕੇ ਫਿਰ ਲੜ ਲੈਂਦੇ ਇੱਥੇ ਟੈਰਿਸ ਲੈ ਆਈਏ ਅਸੀਂ। ਚਲ ਮੇਰੇ ਕਹਿਣ ਨਾਲ ਨਾ ਕਿਸੇ ਨੂੰ ਲਿਆਓ ਸਾਹਿਬ, ਨਾ ਲਿਆਓ ਤੁਸੀਂ ਆਪਣੇ ਨਾਲ, ਪਰ ਜਿਹੜੇ ਸਵਾਲਾਂ ਦੇ ਜਵਾਬ ਹੈ ਮੈਂ ਤਾਂ ਆਹ ਪੁੱਛਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਅੱਜ ਵੀ ਦੱਸ ਦੇਵੇ ਵੀ ਕੀ ਕਹਿੰਦੇ ਹੈ, ਕੀ ਕਹਿੰਦੀ ਹੈ ਕਾਂਗਰਸ ਪਾਰਟੀ ਅੱਜ ਇਸ ਮਸਲੇ 'ਤੇ। ਸੁਨੀਲ ਜਾਖੜ ਨੇ ਕਮਾਲ ਕਰੀ ਜਾਂਦੇ ਹੋ, ਮੇਰਾ ਹੀ ਤਾਂ ਕਤਲ ਕਰਤਾ, ਮੈਨੂੰ ਪੁੱਛੀ ਜਾਂਦੇ ਹੋ ਵੀ ਤੇਰਾ ਕਤਲ ਕਿਉਂ ਹੋਇਆ, ਕਮਾਲ ਕਰੀ ਜਾਂਦੇ ਹੋ, ਚੰਗੀ ਗੱਲ ਕਰੀ ਜਾਂਦੇ ਹੋ ਤੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਹੋ ਤੂੰ ਮਰਿਆ ਕਿਉਂ, ਪਾਰਟੀ ਵਾਲੇ ਕਰ ਰਹੇ ਹੋ। ਤੁਸੀਂ ਸਵਾਲ ਪੁੱਛੋ ਵੀ ਤੁਸੀਂ ਉਦੋਂ, ਮੈਂ ਕਹੀ ਜਾਂਦਾ ਵੀ ਇੱਕ ਬੰਦੇ ਨੇ ਆਵਾਜ਼ ਉਠਾਈ, ਗਿਆਨੀ ਹਰਪ੍ਰੀਤ ਸਿੰਘ, ਕਿਆ ਬਾਤ ਹੈ ਉਸ ਆਦਮੀ ਦੀ, ਸਰ ਨਹੀਂ ਕਿਹਾ ਉਹਨਾਂ ਨੇ ਉਸੇ ਦਿਨ ਨੈਕਸਟ ਡੇ ਕਾਂਗਰਸ ਪਾਰਟੀ ਦਾ ਦੇ ਕੇ ਸਿਰਾਣੇ ਦੇ ਹੱਥ ਸੌਂਗੀ, ਉਹਨਾਂ ਨੇ ਕਿਹਾ ਵੀ ਨਹੀਂ ਸਾਹਿਬ ਪੰਜਾਬ ਨੂੰ ਬਦਨਾਮ ਨਾ ਕਰੋ, ਪੰਜਾਬ ਦੇ ਅੰਦਰ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ ਸਾਹਿਬ। ਜਦੋਂ ਸੀਐਮ ਬਣ ਰਹੇ ਸੀ, ਜਦੋਂ ਛੱਡਿਆ ਕਰੋ ਫਿਰ ਸੀਐਮ ਕਿਹਦੇ, ਸੀਐਮ ਸਾਹਿਬ ਤੁਹਾਡੀ ਗੱਲ ਨਹੀਂ ਕਰ ਰਿਹਾ, ਫਿਰ ਕਿਹਦੀ ਗੱਲ ਕਰ ਰਿਹਾ। ਰੰਧਾਵਾ ਸਾਹਿਬ ਦਾ ਵੀ ਨਾਮ ਆਇਆ ਸੀ, ਉਦੋਂ ਰੰਧਾਵਾ ਸਾਹਿਬ ਦਾ ਨਾਮ ਆਇਆ ਤਾਂ ਉਹ ਵੀ ਕਟਹਿਰੇ 'ਚ ਆ ਕੇ ਗਏ ਨੇ, ਸਾਡੇ ਨਿਊਜ਼ ਰੂਮ 'ਚ ਆ ਕੇ ਗਏ ਨੇ, ਉਹ ਕਹਿੰਦੇ ਸੁਨੀਲ ਜਾਖੜ ਦੇ ਨਾਲ ਨਾਲ ਨਵਜੋਤ ਸਿੱਧੂ ਦੋ ਬੰਦਿਆਂ ਨੇ ਵਿਰੋਧ ਕਰਤਾ ਤਾਂ ਉਹ ਸੀਐਮ ਬਣਦੇ ਬਣਦੇ ਰਹਿ ਗਏ। ਛੱਡੋ ਮੈਂ ਇਹਨਾਂ ਬੰਦਿਆਂ ਦੇ, ਮੈਂ ਦੇਖੋ ਮੈਂ ਤੁਹਾਨੂੰ ਕਿਹਾ ਕੋਈ ਚੱਜ ਦੀ ਗੱਲ ਕਰੋ ਮੇਰੇ ਨਾਲ, ਪਾਰਟੀ ਦੀਆਂ ਗੱਲਾਂ ਨੇ, ਤੁਸੀਂ ਉਸ ਪਾਰਟੀ ਦੇ ਪ੍ਰਧਾਨ ਰਹੇ ਨਹੀਂ। ਮੈਂ ਸਾਰਿਆਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ, ਮੈਂ 50 ਸਾਲ ਨੇ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਤੋਂ ਜਾਣਦਾ, ਇਸ ਕਰਕੇ ਇਹਨਾਂ ਦਾ ਸੁਨੀਲ ਜਾਖੜ ਦੇ ਵਿਰੋਧ ਕਰਕੇ, ਉਹਨਾਂ ਦੇ ਤਾਂ ਬਿਆਨ ਤੁਸੀਂ ਕੱਢੋ ਸਾਹਿਬ, ਤੁਹਾਡਾ ਹੀ ਬਿਆਨ ਹੈ ਜਿਹੜੇ ਕਹਿੰਦੇ ਸੀ ਵੀ ਕੈਪਟਨ ਅਮਰਿੰਦਰ ਸਿੰਘ ਕੌਣ ਹੁੰਦਾ, ਸੁਨੀਲ ਜਾਖੜ ਨੇ ਮੈਨੂੰ ਬਣਾਇਆ ਮਿਨਿਸਟਰ, ਉਹਨਾਂ ਦੇ ਆਪਦੇ ਬਿਆਨ ਕੱਢ ਲਓ ਸਾਹਿਬ, ਇਸ ਬੰਦੇ ਦੇ ਮੈਂ ਤੁਹਾਨੂੰ ਜਵਾਬ ਦੇਊਂਗਾ ਸਾਹਿਬ, ਉਹਨਾਂ ਦੇ ਹੈ ਕਿ ਤੁਹਾਡੇ ਕੋਲ ਵੀਡੀਓ, ਮੈਂ ਭੇਜ ਦੇਣਾ ਤੁਹਾਨੂੰ, ਮੈਂ ਭੇਜ ਦੇਣਾ ਵੀਡੀਓ ਤਾਂ ਦੇਖੋ ਯੂਟਿਊਬ ਤੇ ਲੱਭ ਹੀ ਜਾਣੀ ਹੈ, ਹਾਂ ਜਿਹੜੇ ਤੁਹਾਨੂੰ ਸੁਣ ਰਹੇ ਉਹਨਾਂ ਨੇ ਵੀ ਲੱਭ ਹੀ ਲੈਣੀ। ਹਾਂ ਬਿਲਕੁਲ, ਉਹਨਾਂ ਨੇ ਬਿਲਕੁਲ ਕਿਹਾ, ਕਹਿੰਦਾ ਕੈਪਟਨ ਅਮਰਿੰਦਰ ਸਿੰਘ ਕੌਣ ਹੁੰਦਾ, ਕਹਿੰਦਾ ਸੁਨੀਲ ਜਾਖੜ ਨੇ ਮੈਨੂੰ ਮੰਤਰੀ ਬਣਾਇਆ, ਉਹ ਕਹਿੰਦੇ ਮੇਰਾ ਵਿਰੋਧ ਕਰੀ ਜਾਂਦੇ ਆ, ਮੈਂ ਤਾਂ ਕਹਿੰਦਾ ਅਸਤਾ ਹਮ ਤੋਂ ਲੁੱਟ ਗਏ ਤੇਰੇ ਪਿਆਰ ਮੇਂ, ਅਸਤਾ ਜਿਹੜੇ ਲੋਕਾਂ ਨੂੰ ਆਪਣਾ ਆਈ ਤਾਂ ਪ੍ਰੋਬਲਮ ਸੀਗੀ, ਬੰਦਿਆਂ ਦੀ ਪਛਾਣ ਸਾਨੂੰ ਵੀ ਹੈ ਨਹੀਂ ਸੀਗੀ, ਜਿਨ੍ਹਾਂ ਨੂੰ ਅਸੀਂ ਨਾਲ ਲਈ ਫਿਰਦੇ ਸੀਗੇ ਉਹ ਸ਼ੁਰਾ ਲਈ ਫਿਰਦੇ। ਅੱਛਾ ਜਾਖੜ ਸਾਹਿਬ, ਹੁਣ ਚਲੋ ਜੇ ਆਪਾਂ ਅੱਜ ਦੀ ਗੱਲ ਕਰੀਏ, ਹੁਣ ਚੋਣਾਂ ਸਿਰ 'ਤੇ ਹੈ, ਪ੍ਰਚਾਰ ਚੱਲ ਰਿਹਾ, ਅਸੀਂ ਸਾਰੇ ਆਗੂਆਂ ਨੂੰ ਇਹ ਪੁੱਛਿਆ, ਕਾਂਗਰਸ ਦੇ ਵੀ, ਅਕਾਲੀ ਦਲ ਦੇ ਵੀ, ਆਮ ਆਦਮੀ ਪਾਰਟੀ ਦੇ, ਭਗਵੰਤ ਮਾਨ ਕਹਿੰਦੇ ਆ 13-0, ਕਾਂਗਰਸ ਕਹਿੰਦੀ ਹੈ ਕਿ ਅਸੀਂ 8 ਤੋਂ ਘੱਟ ਤਾਂ ਮਤਲਬ ਹੀ ਨਹੀਂ, 8 ਤੋਂ 10 ਸੀਟਾਂ 'ਤੇ ਪਹੁੰਚ ਜਾਵਾਂਗੇ, ਅਕਾਲੀ ਦਲ ਆਪਣੇ ਦਾਅਵੇ ਕਰ ਰਿਹਾ, ਤੁਹਾਡਾ ਕੋਈ ਦਾਅਵਾ ਹੈ? ਮੈਂ ਤੁਹਾਨੂੰ ਦੱਸਿਆ ਨਾ ਜੀ, ਬੈਟਰ ਦੈਨ ਐਕਸਪੈਕਟਡ, ਜਿੰਨੇ ਕੁ ਲੋਕ ਤੁਸੀਂ ਆਸ ਲਾਈ ਜਾਂਦੇ ਹੋ ਉਸ ਤੋਂ ਬਹੁਤ ਬਿਹਤਰ ਰਿਜ਼ਲਟ। ਤੁਸੀਂ ਦੋ, ਤੁਸੀਂ ਕਿਹਾ ਸੀਟਾਂ ਬਦਲਣਗੀਆਂ, ਮਤਲਬ ਦੋ ਤੋਂ ਜ਼ਿਆਦਾ ਤੁਹਾਨੂੰ ਲੱਗ ਰਿਹਾ ਕਿ ਸੀਟਾਂ ਹੋਣਗੀਆਂ? ਮੈਂ ਕਿਹਾ ਪਰ ਜੋ ਲੋਕ ਉਮੀਦ ਕਰਦੇ ਆ, ਜਾਖੜ ਸਾਹਿਬ ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਸਾਡਾ ਇੱਕ ਛੋਟਾ ਜਿਹਾ ਸੈਗਮੈਂਟ ਆ ਉਸਦਾ ਜਵਾਬ ਦਿਓਗੇ। ਪਲੀਜ਼ ਜੇਕਰ ਮੈਂ ਸੀਟ ਵਾਈਜ਼ ਆ ਜਾਊਂਗਾ ਕਿ ਅਸੀਂ ਇੱਕ ਇੱਥੇ ਰੱਖਿਆ ਹੋਇਆ ਕਿ ਕਿਹੜੀ ਸੀਟ ਦੇ ਉੱਤੇ ਤੁਹਾਨੂੰ ਕੀ ਲੱਗ ਰਿਹਾ ਕਿ ਕਿਹਦੇ ਨਾਲ ਮੁਕਾਬਲਾ ਹੋਏਗਾ ਬੀਜੇਪੀ ਦਾ ਸਿੱਧੇ ਤੌਰ ਦੇ ਉੱਤੇ, ਬਠਿੰਡੇ ਵਾਲੀ ਸੀਟ 'ਤੇ ਤੁਹਾਨੂੰ ਕੀ ਲੱਗਦਾ ਕਿ ਮੁਕਾਬਲਾ? ਮੈਂ ਫੰਡਾਮੈਂਟਲ ਕੁਐਸਚਨ ਐਡਰੈਸ ਕਰੂੰਗਾ ਸਾਹਿਬ, ਕੌਣ ਕਿਹਦੇ ਨਾਲ ਹੈ, ਤੁਸੀਂ ਕਿੰਨੀ ਪਾਰਟੀਆਂ ਗਿਣਦੇ ਹੋ ਪੰਜਾਬ ਦੇ ਅੰਦਰ ਇਲੈਕਸ਼ਨ ਲੜਨੀਆਂ? ਦੇਖੋ ਮੁੱਖ ਤੌਰ ਤੇ 4 ਪਾਰਟੀਆਂ, ਇੱਕ ਸਿਮਰਜੀਤ ਸਿੰਘ ਔਰ 5 ਨੇ, ਵਾਕੇ 4 ਹੈ ਕਿ ਤੁਸੀਂ ਕਹਿ ਸਕਦੇ ਹੋ 4 ਹੈਗੀਆਂ? ਤੁਸੀਂ ਕਹਿ ਰਹੇ ਹੋ ਕਿ ਅੰਦਰ ਖਾਤੇ ਗਠਜੋੜ ਹੈ ਕਿਸੇ ਦਾ? ਅੰਦਰ ਖਾਤੇ ਕਮਾਲ ਹੋ ਰਹੀ ਹੈ, ਆਪਾਂ ਜੇ ਚੰਡੀਗੜ੍ਹ 'ਚ ਬੈਠੇ ਹਾਂ ਇੱਥੇ, ਕਿਹਦਾ ਕਿਹਦੇ ਨਾਲ ਗਠਜੋੜ ਆ ਜੀ ਇੱਥੇ? ਉਹ ਕਹਿੰਦੇ ਪੰਜਾਬ 'ਚ ਨਹੀਂ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇੱਥੇ ਗਠਜੋੜ, ਕਮਾਲ ਹੋ ਗਈ ਸਰ, ਇੱਥੋਂ ਆਪਾਂ ਇੱਥੋਂ 4 ਪੈਰ ਪਟਾਂਗੇ, ਆਪਾਂ ਮੋਹਾਲੀ 'ਚ ਜਾ ਵੜਾਂਗੇ ਤੇ ਉੱਥੇ ਉੱਥੇ ਕੌਣ ਹੈ?
ਕਮਲਿਆਂ ਸੀ, ਕਮਾਲ ਕਰੀ ਜਾਂਦੇ ਹੋ, ਤੁਸੀਂ ਤਾਂ ਪੜ੍ਹੇ ਲਿਖੇ ਲੋਕ ਹੋ, ਸਾਰੇ ਨੌਜਵਾਨ ਇੱਥੇ ਜਰਨਲਿਸਟ ਬੈਠੇ ਆ, ਐਡਾ ਆਪਾਂ ਆਪਾਂ ਨੂੰ ਭੇਡਾਂ ਸਮਝ ਰੱਖਿਆ ਇਹਨਾਂ ਨੇ, ਕਮਾਲ ਕਰੀ ਜਾਂਦੇ ਹੋ ਸਾਹਿਬ, ਟਿਕਟਾਂ ਵੇਚ ਵੇਚ ਕੇ ਆਈ ਜਾਂਦੇ ਆ, ਇਹ ਲੋਕ ਇਲੈਕਸ਼ਨ ਲੜਨਗੇ, ਟਿਕਟਾਂ ਵਿਕੀਆਂ ਕਿ ਨਹੀਂ ਵਿਕੀਆਂ ਸਾਹਿਬ, ਟਿਕਟਾਂ ਵੇਚ ਰਹੇ ਹੈ, ਆਹ ਕੰਮ ਬੱਸ ਕੰਡਕਟਰ ਦਾ ਹੁੰਦਾ, ਜਾਂ ਸਿਨੇਮਾ 'ਚ ਅੰਦਰ ਟਿਕਟਾਂ ਵਿਕਦੀਆਂ, ਆਹ ਪਾਰਟੀ ਦੀ ਟਿਕਟਾਂ ਵੇਚੀ ਜਾਂਦੀਆਂ ਸਾਹਿਬ, ਤੁਸੀਂ ਇਹਨਾਂ ਨੂੰ ਪਾਰਟੀ ਗਿਣਦੇ ਹੋ, ਤੁਸੀਂ ਕਾਂਗਰਸ ਤੇ ਇਲਜ਼ਾਮ ਲਗਾ ਰਹੇ ਹੋ ਕਿ ਆਮ ਆਦਮੀ ਪਾਰਟੀ, ਮੈਂ ਕਦੋਂ ਕਾਂਗਰਸ ਦਾ ਨਾਂ ਲਿਆ, ਤੁਹਾਨੂੰ ਕਿਵੇਂ ਲੱਗਿਆ ਵੀ ਇਹਨਾਂ ਨੇ ਵੇਚੀ? ਮੈਂ ਤਾਂ ਹੀ ਆਪਸ਼ਨ ਦੇ, ਆਪਸ਼ਨ ਨਹੀਂ ਆਮ, ਇਹਨਾਂ ਨੇ ਆਪਸ਼ਨ ਤਾਂ ਆਈਏ ਸਨ ਆਫਟਰ ਥੋਟ, ਤੁਸੀਂ ਗੱਲ ਜਿਹੜੀ ਹੈ ਤੁਹਾਡੇ ਮੂੰਹੋਂ ਨਿਕਲ ਗਈ, ਬੱਚਾ ਬੱਚਾ ਬੋਲਦਾ ਸਾਹਿਬ, ਪੰਜਾਬ ਬੋਲਦਾ ਵੀ ਟਿਕਟਾਂ ਵਿਕ ਰਹੀਆਂ, ਤੁਸੀਂ ਕਹਿੰਦੇ ਉਹਨਾਂ ਨੂੰ ਕੰਪੀਟੀਸ਼ਨ 'ਚ ਗਿਣੀ ਜਾਂਦੇ ਹੋ, ਉਹ ਪੰਜਾਬ ਵੇਚ ਆਉਣਗੇ ਸਾਹਿਬ, ਮੈਂ ਲੋਕਾਂ ਨੂੰ ਇਸ ਕਰਕੇ ਕਹਿ ਰਿਹਾ ਵੀ ਵੋਟ ਸਮਝ ਕੇ ਪਾਇਓ, ਇਹ ਸਾਰਾ ਕੁਝ ਵੇਚ ਆਉਣਗੇ, ਜਿਨ੍ਹਾਂ ਲੋਕਾਂ ਦੇ ਮੁੱਖ ਮੰਤਰੀ ਖੜਾ ਹੋ ਕੇ ਵਿਧਾਨ ਸਭਾ 'ਚ ਕਹਿ ਸਕਦਾ ਮੇਰੀ ਅੱਖ 'ਚ ਅੱਖ ਪਾ ਕੇ ਗੱਲ ਕਰ, ਫਿਰ ਤੁਹਾਡਾ ਕੀ ਖਿਆਲ ਹੈ ਜਿਹੜੇ ਵਿਜੀਲੈਂਸ ਨਹੀਂ ਝੇਲ ਸਕਦੇ ਉਹ ਪੰਜਾਬ ਦਾ ਹੱਕ ਉੱਥੇ ਲਿਆ ਕੇ ਤੁਹਾਡਾ ਮੋਦੀ ਸਾਹਿਬ ਦੇ ਅੱਖ 'ਚ ਅੱਖ ਪਾ ਲੈਣਗੇ, ਹੈ ਇਹਨਾਂ ਦੀ ਜ਼ਰੂਰਤ? ਇਹ ਤਾਂ ਦੰਡਵਤ ਹੋਣਗੇ ਉੱਥੇ, ਇਹਨਾਂ ਨੂੰ ਵੋਟ ਪਾ ਕੇ ਸਤਿਆਨਾਸ਼ ਕਰਨਾ ਵੋਟ ਦਾ ਸਾਹਿਬ, ਫਿਰ ਤਾਂ ਇਹਨਾਂ ਨੂੰ ਦੇ ਦਿਓ ਤੁਹਾਡੇ ਹਿਸਾਬ ਨਾਲ ਕਿੰਨੀ? ਮੇਰੇ ਹਿਸਾਬ, ਹਾਂਜੀ, ਮੇਰੇ ਹਿਸਾਬ ਨਾਲ ਤਾਂ ਇੱਕ ਆਮ ਆਦਮੀ ਪਾਰਟੀ ਹੈ ਜੀ, ਜਿੰਨੀ ਕਿ ਆ ਅਕਾਲੀ ਹੈ ਅਤੇ BJP ਹੈ ਸਾਹਿਬ, ਸਿੰਪਲ, ਇਹ ਜਿਹੜੇ ਹੈ ਦੇ ਆਰ ਅਪਰੋਕਸੀ ਫੋਰ ਆਮ ਆਦਮੀ ਪਾਰਟੀ, ਜਿੱਥੇ ਉਹਨਾਂ ਕੋਲ ਕੈਂਡੀਡੇਟ ਕੋਲ ਸੂਤ ਨਹੀਂ ਆਇਆ ਉੱਥੇ ਇਹਨਾਂ ਨੇ ਸੈਟਿੰਗ ਕਰ ਲਈ, ਬਾਕੀ ਹੈ ਵੇਚ ਆਏ, ਦੋ ਦੋ ਥਾਂ ਪੈਸੇ ਲਏ ਉਸ ਸੀਟ ਦੇ ਅੰਦਰ ਬਠਿੰਡੇ ਵਾਲੀ 'ਚ, ਦੋ ਤੋਂ ਮੰਨ ਗਏ ਮੇਰੇ ਸ਼ੇਰਾਂ ਨੂੰ, ਦੇ ਹੈ ਪਰਫੈਕਟਡ ਦਾ ਆਰਟ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਹੁਣ ਪਤਾ ਨਹੀਂ ਕਿੰਨਾ ਕੁ ਤੁਸੀਂ ਚਲਾਓਗੇ ਕਿ ਨਾ ਚਲਾਓਗੇ, ਮੈਂ ਬਹੁਤ ਲੰਬੇ ਸਮੇਂ ਉੱਥੇ ਅਮੈਰੀਕਾ ਰਿਹਾ ਜੀ, ਉੱਥੇ ਇੱਕ ਮੈਨੂੰ ਕਿਸੇ ਨੇ ਪੁੱਛਿਆ, ਕਹਿੰਦਾ ਸੁਨੀਲ ਡਿਫਰੈਂਸ ਬਿਟਵੀਨ ਅ ਕੌਨ ਮੈਨ ਐਂਡ ਅ ਪ੍ਰੋਫੈਸ਼ਨਲ ਕੌਨ ਮੈਨ, ਮਤਲਬ ਠੱਗ ਨੂੰ ਕੌਨ ਮੈਨ ਜਿਹੜੇ ਕਹਿੰਦੇ ਵੀ ਠੱਗ ਅਤੇ ਇੱਕ ਪ੍ਰੋਫੈਸ਼ਨਲ ਠੱਗ 'ਚ ਕੋਈ ਫਰਕ ਤੁਹਾਨੂੰ ਪਤਾ? ਮੈਂ ਕਿਹਾ ਨਹੀਂ ਯਾਰ, ਠੱਗ ਇੱਕ ਤਾਂ ਕੋਈ ਛੋਟੀ ਠੱਗੀ ਕਰ ਜਾਂਦਾ, ਕੋਈ ਵੱਡੀ ਠੱਗੀ ਕਰ ਜਾਂਦਾ। ਕਹਿੰਦਾ ਨਾ ਨਾ ਨਾ, ਦੇਰ ਇਜ਼ ਅ ਡਿਸਟਿੰਕਟ ਡਿਫਰੈਂਸ। ਮੈਂ ਕਿਹਾ ਜੀ ਉਹ ਕੀ? ਕਹਿੰਦਾ ਕੌਨ ਮੈਨ ਵਿਲ ਟੇਕ ਯੂ ਫੋਰ ਅ ਰਾਈਡ ਐਂਡ ਡਿਸਪੀਅਰ, ਵੀ ਉਹ ਤੁਹਾਡੇ ਨਾਲ ਠੱਗੀ ਕਰੂਗਾ, ਗਾਇਬ ਹੋ ਜੂਗਾ। ਕਹਿੰਦਾ ਪ੍ਰੋਫੈਸ਼ਨਲ ਕੌਨ ਮੈਨ ਵਿਲ ਟੇਕ ਯੂ ਫੋਰ ਅ ਰਾਈਡ, ਆਫਟਰ ਵਾਈਲ ਵਿਲ ਕਮ ਬੈਕ ਅਗੇਨ ਐਂਡ ਕਨਵਿੰਸ ਯੂ ਦੈਟ ਇਟ ਵਾਜ਼ ਯੋਰ ਫੋਲਟ ਐਂਡ ਅਗੇਨ ਟੇਕ ਯੂ ਫੋਰ ਅ ਰਾਈਡ। ਇਸ ਕਿਸਮ ਦੇ ਇਹਨਾਂ ਨੇ ਪ੍ਰਫੈਕਸ਼ਨ ਕਰ ਰੱਖੀ ਹੈ ਸਾਹਿਬ। ਇਹਨਾਂ ਨੇ ਸੁਖਬੀਰ ਹੋਰਾਂ ਤੋਂ ਵੀ ਪੈਸਾ ਲਿਆ, ਇੱਧਰਲੇ ਪਾਸੇ ਮਾਨ ਸਾਹਿਬ ਦੇ ਪੈਰ ਫੜ ਲਏ ਸੀ, ਵੀ ਦੇਖੋ ਜੀ ਅਸੀਂ ਤੁਹਾਨੂੰ ਕੈਂਡੀਡੇਟ ਦੇ ਕੇ ਚੱਲੇ ਹਾਂ, ਆਹ ਤੁਹਾਡੇ ਵਾਲੇ ਨੂੰ ਜਿਤਾ ਦੇਵਾਂਗੇ ਅਸੀਂ, ਖੁੱਡੀਆਂ ਸਾਹਿਬ ਨੂੰ ਜਿਤਵਾਉਣ ਦਾ ਇੰਤਜ਼ਾਮ ਕਰ ਗਿਆ, ਦੇਖਿਓ ਸਾਡੇ 'ਤੇ ਠੰਡੀ ਨਿਗਾਹ ਰੱਖਿਓ, ਸਾਡੇ ਵਾਲੇ ਪਰਚੇ ਪੁਰਚੇ ਨਾ ਖੋਲਿਓ, ਘੱਟੋ ਘੱਟ ਇਲੈਕਸ਼ਨ ਕਢਾ ਦਿਓ। ਇਸ ਕਿਸਮ ਦੇ ਲੋਕ ਹੈ ਸਾਹਿਬ, ਤੁਸੀਂ ਇਹਨਾਂ ਨੂੰ ਪਾਰਟੀ ਗਿਣੀ ਜਾਂਦੇ ਹੋ, ਜਿਹੜੇ ਵਿਜੀਲੈਂਸ ਨਹੀਂ ਚੱਲ ਸਕੇ, ਪੰਜਾਬ ਵਿਜੀਲੈਂਸ ਨਹੀਂ ਚੱਲ ਸਕੇ, ਅਤੇ ਇਲਜ਼ਾਮ ਤਾਂ BJP 'ਤੇ ਲਾਦੇ ਜੀ, ED ਚੱਲ ਲੈਣਗੇ, ED ਚੱਲ ਲੈਣਗੇ ਸਾਹਿਬ, ਇਹ ਜਾ ਕੇ ਪੰਜਾਬ ਦੀ ਗੱਲ ਕਰਨਗੇ ਉੱਥੇ। ਮੈਂ ਤਾਂ ਲੋਕਾਂ ਨੂੰ ਜਾਗਰਿਤ ਕਰ ਰਿਹਾ ਸਾਹਿਬ, ਆਪਸ਼ਨ ਦੇਖ ਲਿਓ ਮੇਰੇ ਕਹੇ ਨਾਮ ਇਹਨਾਂ ਦੇ, ਤੁਹਾਨੂੰ ਪਸੰਦ ਨਾ ਆਵੇ ਮੈਂ ਫਿਰ ਵੀ ਪੁੱਛੂਗਾ, ਤੁਸੀਂ ਇਲਜ਼ਾਮ ਲਗਾ ਰਹੇ ਉਹਨਾਂ ਦੇ ਉੱਤੇ ਗੱਠਜੋੜ ਦਾ, ਉਹ ਤੁਹਾਡੇ 'ਤੇ ਇਲਜ਼ਾਮ ਲਗਾਉਂਦੇ ਕਿ ਤੁਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਹੈ, ਕਿ ਤਾਂ ਬਥੇਰੀ ਕੋਸ਼ਿਸ਼ ਕੀਤੀ ਨਹੀਂ, ਵੋਟ ਪਾਓ ਅਤੇ BJP ਨੂੰ ਜਾਏਗੀ, ਕਿਹਨੂੰ? ਸਾਡੇ ਵਾਲਾ ਦਾ ਕੈਂਡੀਡੇਟ ਭਗਵੰਤ ਮਾਨ ਜੀ ਕੈਂਸਲ ਕਰੀ ਜਾਂਦੇ, ਪਰਮਪਾਲ ਕੌਰ ਵਾਲਾ ਅਸੀਂ ਕੀਤਾ, ਭਗਵੰਤ ਮਾਨ ਜੀ ਨੂੰ ਕਹੋ ਜੇ ਉਹ ਇਲਜ਼ਾਮ ਲਗਾ ਰਹੇ ਤਾਂ ਭਗਵੰਤ ਮਾਨ ਜੀ ਨੂੰ ਕਹੋ ਉਹਨਾਂ ਦਾ ਵਾਪਸ ਲੈ ਲੈਣ ਓਬਜੈਕਸ਼ਨ, ਵੈਸੇ ਓਬਜੈਕਸ਼ਨ ਉਹਦਾ ਵੀ ਕਾਨੂੰਨੀ ਅਸੀਂ ਦੇਖ ਰਹੇ ਹਾਂ, ਦਿਸ ਨੋਟ ਐਨ ਓਬਜੈਕਸ਼ਨ, ਦੇਅਰ ਇਜ਼ ਅ ਰੈਜੀਡੂਅਲ ਪਾਵਰ ਵਿਦ ਸੈਂਟਰਲ ਗਵਰਨਮੈਂਟ ਦੈਟ ਦੇ ਕੈਨ ਐਕਸੈਪਟ ਦ ਰੈਜੀਗਨੇਸ਼ਨ ਅੰਡਰ ਸਰਟਨ ਸਰਕਮਸਟਾਂਸਿਸ, ਬਟ ਉਹ ਅਸੀਂ ਦੇਖਾਂਗੇ, ਪਰ ਸਾਡੇ ਦਲ 'ਚ ਅਗਰ ਅਸੀਂ ਇਹਨਾਂ ਨਾਲ ਗੱਠਜੋੜ 'ਚ ਹਾਂ ਫਿਰ ਸਾਡਾ ਕੈਂਡੀਡੇਟ ਕਿਉਂ ਵਿਡਰਾਅ ਕਰਾ ਰਹੇ? ਜਾਖੜ ਸਾਹਿਬ, ਮੈਂ ਤੁਸੀਂ ਪਹਿਲਾਂ ਕਹਿ ਦਿੱਤਾ ਫੰਡਾਮੈਂਟਲ, ਪਰ ਮੈਂ ਦੋ ਤਿੰਨ ਸੀਟਾਂ ਬਾਰੇ ਜ਼ਰੂਰ ਜਾਣਨਾ ਚਾਹੁੰਦਾ। ਜਲੰਧਰ, ਤੁਸੀਂ ਬਾਰ ਬਾਰ ਜ਼ਿਕਰ ਚੰਨੀ ਦਾ ਕੀਤਾ, ਜਲੰਧਰ ਵਾਲੀ ਸੀਟ ਸਾਹਿਬ, ਮੈਂ ਜਲੰਧਰ ਦਾ ਕੀਤਾ, ਮੈਂ ਕਿ ਲੋਕਾਂ ਨੂੰ ਦੇਖਣਾ ਚਾਹੀਦਾ ਸਾਹਿਬ, ਲੋਕ ਆਪਣੀ ਵੋਟ ਦੇ ਨਾਲ ਨਾਲ ਤਰੱਕੀ ਦੇ ਨਾਲ ਨਾਲ ਆਪਣੇ ਇੱਜ਼ਤ ਦਾ ਤਾਂ ਪਹਿਲਾਂ ਪਹਿਰਾ ਦੇਣ ਸਾਹਿਬ।
ਆਪਣੇ ਘਰ ਦੀ ਇੱਜ਼ਤ ਸਾਰਿਆਂ ਦੀ ਬਰਾਬਰ ਹੁੰਦੀ ਹੈ, ਗਰੀਬ ਹੋਏ ਚਾਹੇ ਅਮੀਰ ਹੋਏ, ਸਭ ਕਈ ਲੋਕਾਂ ਨੂੰ ਵਿਹੜੇ 'ਚ ਮੋੜ ਦੇਣਾ ਚਾਹੀਦਾ, ਜਿਵੇਂ ਹੁਣ ਕਿਸਾਨ ਕਹਿੰਦੇ ਨੇ ਅਸੀਂ ਪਿੰਡ 'ਚ ਨਹੀਂ ਵੰਡ ਦੇਣਾ। ਤੁਹਾਨੂੰ ਲੱਗਦਾ ਕਿ ਚੰਨੀ ਵਰਸਿਸ ਫਿਰ ਤੁਸੀਂ ਅਗੇਨ ਸੇਇੰਗ ਆਈ ਐਮ ਨੋਟ ਨੇਮਿੰਗ ਐਨੀਬਡੀ ਸਾਹਿਬ, ਮੈਂ ਬਥੇਰੇ ਦੁਸ਼ਮਣ ਬਣਾ ਲਏ, ਆਈ ਹੈਡ ਇਨਫ। ਸੋ ਮੈਂ ਇੰਨਾ ਹੀ ਕਹਿ ਰਿਹਾ ਵੀ ਲੋਕਾਂ ਨੂੰ ਐਜ਼ ਅ ਪ੍ਰਿੰਸੀਪਲ, ਮੈਂ ਤੁਹਾਨੂੰ ਇੱਕ ਫੰਡਾਮੈਂਟਲ ਗੱਲ ਦੱਸੀ ਸੀਗੀ ਵੀ ਇਹਨਾਂ ਦਾ ਕੋਈ ਵਜੂਦ ਹੀ ਨਹੀਂ ਸਾਹਿਬ, ਇਹਦੇ ਨਾਲ ਤਾਂ ਖੂਹ 'ਚ ਸਿੱਟ ਦਿਓ ਵੋਟ, ਤੁਸੀਂ ਫੋਟੋ ਜ਼ਰੂਰ ਚਲਾਓਗੇ ਵੀ ਫਲਾਣੇ ਵੋਟਰ ਨੇ ਜਾ ਕੇ ਆਪਣਾ ਵੋਟ, ਹੁਣ ਤਾਂ ਵੋਟ ਹੀ ਹੈ ਨਹੀਂ, ਉਹ ਪਾਣਗੇ ਕਿ ਉਹ ਸਲਿੱਪ ਜੀ ਜਾ ਕੇ ਖੂਹ 'ਚ ਸਿੱਟੀ, ਬੜਾ ਨੈਸ਼ਨਲ ਨਿਊਜ਼ ਬਣੂਗੀ ਵੀ ਲੋਕ ਆਰ ਸੋ ਫੈਡ ਅਪ ਵਿਦ ਪੰਜਾਬ ਪੋਲੀਟੀਸ਼ੀਅਨਸ ਵੀ ਉਹਨਾਂ ਨੇ ਨੋਟ ਉਹ ਨੋਟਾਂ ਵੀ ਨਹੀਂ ਦਿਵਾਇਆ, ਖੂਹ 'ਚ ਜਾ ਕੇ ਸਿੱਟੇ। ਆਹ ਕੋਈ ਗੱਲ ਹੈ ਸਾਹਿਬ, ਇਹਨਾਂ ਲੋਕਾਂ ਨੂੰ ਵੋਟ ਪਾਓਗੇ ਸਰ? ਲੁਧਿਆਣਾ, ਲੁਧਿਆਣਾ ਬੀਜੇਪੀ ਇਜ਼ ਇਨ ਅ ਵੈਰੀ ਸਟਰੋਂਗ ਪੋਜੀਸ਼ਨ ਸਰ, ਇਹਨਾਂ ਦੇ ਤਾਂ ਜੇ ਮੈਂ ਉੱਥੇ ਜਾ ਕੇ ਖਾਤੇ ਖੋਲ ਲਏ, ਬਾਕੀ ਬੀਜੇਪੀ ਇਜ਼ ਇਨ ਅ ਵੈਰੀ ਸਟਰੋਂਗ। ਚਲੋ ਅਸੀਂ ਵਾਈਂਡ ਅਪ ਕਰਦੇ ਹਾਂ, ਖਤਮ ਬਹੁਤ ਹੋ ਗਿਆ। ਦੇਖੋ ਮੈਨੂੰ ਲੱਗਦਾ ਕਿ ਸ਼ੁਰੂਆਤ ਦੇ ਵਿੱਚ ਸ਼ਾਇਦ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗੀ, ਪਰ ਗੱਲ ਇਹ ਹੈ ਕਿ ਖੁੱਲ੍ਹ ਕੇ ਤਾਂ ਗੱਲ ਹੋਣੀ ਚਾਹੀਦੀ। ਜਾਖੜ ਸਾਹਿਬ ਤੁਸੀਂ ਬਹੁਤ ਸੀਨੀਅਰ ਹੋ, ਫਰਕ ਤਾਂ ਪੈਂਦਾ ਸਾਹਿਬ, ਇਸ ਗੱਲ ਦਾ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ, ਲੱਗਦਾ ਕਿ ਓਪਨਿੰਗ ਨਾਲ ਵੀ ਫਰਕ ਬਹੁਤ ਹੈ, ਲੱਖਾਂ ਦੁਨੀਆ ਨੇ ਦੇਖਣਾ ਔਰ ਤੁਸੀਂ ਮੈਂ ਸਭ ਮੈਂ ਕਿਤੇ ਸਟੇਜ ਤੇ ਪ੍ਰਚਾਰ ਕਰਨਾ ਜਾਣਾ, ਜਨ ਸਭਾ ਨੂੰ ਸਿੱਖੂਗਾ ਕਰਨਾ, ਆਹੀ ਗੱਲ ਮੈਂ ਸਟੇਜ ਤੇ ਕਹਿਣਾ, ਇੱਕਦਮ ਉਹੀ ਸਾਰੀਆਂ ਗੱਲਾਂ ਜਿਹੜੀਆਂ ਨੇ ਲੱਖਾਂ ਲੋਕਾਂ ਤੱਕ ਸਿੱਧੀਆਂ ਪਹੁੰਚ ਜਾਂਦੀਆਂ ਤਾਂ ਉਹਦੇ ਨਾਲ ਨਹੀਂ ਨਹੀਂ ਬਿਲਕੁਲ ਅੱਗੇ ਫਰਕ ਪੈਂਦਾ। ਬਿਲਕੁਲ ਸਾਹਿਬ, ਮੀਡੀਆ ਹੀ ਹੈ ਜੋ ਕੁਛ ਹੈ, ਮੈਂ ਸਮਝਦਾ ਵੀ ਆਹ ਜਿਹੜਾ ਹੁਣ ਪੁਰਾਣੇ ਰੀਤੀ ਰਿਵਾਜ ਬਣ ਗਏ ਜੀ, ਇਕੱਠ ਕਰੋ ਜੀ, ਇਹ ਕਰੋ ਉਹ ਕਰੋ, ਇੱਥੇ ਬੈਠ ਕੇ ਜਿੰਨੇ ਲੋਕਾਂ ਨੂੰ ਪਹੁੰਚ ਲਿਆ ਉਹਨੇ ਤਾਂ ਕਦੇ ਜੁੜਦੇ ਨਹੀਂ ਸਰ ਜੀ, ਜਿੰਨੇ ਲੋਕਾਂ ਤਾਂ ਸੋਸ਼ਲ ਮੀਡੀਆ ਦਾ, ਤੁਹਾਡੇ ਇਲੈਕਟ੍ਰੋਨਿਕ ਮੀਡੀਆ ਦਾ ਹੈ, ਸੋਸ਼ਲ ਮੀਡੀਆ ਦਾ ਡਸ ਬਿਕਮ ਐਂਟੀ ਸੋਸ਼ਲ ਦੀਸ ਡੇਜ਼, ਬਟ ਚੱਲੀ ਜਾਂਦਾ ਕੰਮ। ਠੀਕ ਹੈ ਸਰ, ਥੈਂਕ ਯੂ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਇੱਕ ਵਾਰੀ ਸਾਡੇ ਬਿਜ਼ੀ ਸ਼ੈਡਿਊਲ ਸੀ, ਤੁਸੀਂ ਫਿਰ ਵੀ ਟਾਈਮ ਕੱਢਿਆ, ਥੈਂਕ ਯੂ ਸਰ, ਥੈਂਕ ਯੂ। ਪੰਜਾਬ ਦੇ ਚੋਣ ਰਣ ਦੇ ਵਿੱਚ ਬੀਜੇਪੀ ਕਿਸ ਤਰੀਕੇ ਨਾਲ ਉਤਰਦੀ ਹੈ, ਅਸੀਂ ਬਹੁਤ ਸਾਰੇ ਸਵਾਲਾਂ ਦੇ ਜ਼ਰੀਏ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ। ਕਈ ਵਾਰੀ ਤਲਖੀ ਦੇ ਵਿੱਚ ਜ਼ਰੂਰੀ ਹੁੰਦਾ ਹੈ ਕਿ ਸਵਾਲ ਹਰ ਹੋਵੇ, ਕੋਸ਼ਿਸ਼ ਸਾਡੀ ਵੀ ਇਸ ਪ੍ਰੋਗਰਾਮ ਦੇ ਦੌਰਾਨ ਇਹ ਹੋ ਰਹੀ ਹੈ। ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ।